Thank you, Vijay, for sharing this important information about the company. And ਹੁਣ ਉਹ ਟਾਈਮ ਆ ਗਿਆ ਹੈ ਜਿਹਦਾ ਸਾਨੂੰ ਸਾਰਿਆਂ ਨੂੰ ਇੰਤਜ਼ਾਰ ਸੀਗਾ, ਤੇ ਅਸੀਂ ਹੁਣ ਕੀਨੋਟ ਸਪੀਕਰਸ ਨੂੰ ਬੁਲਾਵਾਂਗੇ। ਐਂਡ ਮੈਨੂੰ ਹੋਪ ਆ ਕਿ ਤੁਸੀਂ ਸਾਰੇ ਜਾਣੇ ਐਕਸਾਈਟਡ ਹੋ, ਰੈਡੀ ਹੋ ਉਹਨਾਂ ਨੂੰ ਸੁਣਨ ਵਾਸਤੇ, ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡਾ ਬਿਜ਼ਨਸ ਬਿਲਡ ਕੀਤਾ ਹੈ। ਐਂਡ ਮੈਂ ਥੋੜ੍ਹੀ ਜਿਹੀ ਬੈਕਗ੍ਰਾਉਂਡ ਦੱਸਾਂ ਤੇ ਜਿਹੜੇ ਸਰ ਹੈਗੇ ਆ ਮਾਂਗਰ ਸਾਹਿਬ ਨੇ, ਉਹ ਇੱਕ ਸਾਇੰਸ ਟੀਚਰ ਸੀਗੇ, ਉਹਨਾਂ ਨੇ 23 ਸਾਲ ਗਵਰਨਮੈਂਟ ਜੋਬ ਕੀਤੀ ਆ। ਐਂਡ ਹੀ ਬਿਲੋਂਗਸ ਟੂ ਏ ਫਾਰਮਰ ਫੈਮਿਲੀ, ਪੰਜਾਬ ਦੇ ਵਿੱਚ ਗੁਰਦਾਸਪੁਰ ਡਿਸਟ੍ਰਿਕਟ ਨੂੰ ਬਿਲੋਂਗ ਕਰਦੇ ਨੇ ਉਹ। ਐਂਡ ਮਿਸਿਸ ਦੰਦੀਰ ਕੌਰ ਮਾਂਗਟ ਹਾਊਸਵਾਈਫ ਸੀਗੇ ਇਸ ਬਿਜ਼ਨਸ ਚ ਆਉਣ ਤੋਂ ਪਹਿਲਾਂ। ਬੋਏ ਕੁਆਲੀਫਿਕੇਸ਼ਨ ਗ੍ਰੈਜੂਏਟ ਨੇ ਉਹ, ਐਂਡ ਆਪਣੇ ਹਸਬੈਂਡ ਦੇ ਨਾਲ ਇਸ ਬਿਜ਼ਨਸ ਨੂੰ ਬਹੁਤ ਪੈਸ਼ਨੇਟਲੀ ਬਿਲਡ ਕਰ ਰਹੇ ਨੇ। ਉਹਨਾਂ ਕੋਲ ਇੰਨੀ ਵਿਜ਼ਡਮ ਹੈ ਕਿ ਆਪਣੀ ਵਿਜ਼ਡਮ ਦੇ ਨਾਲ ਮਿਸਿਸ ਮਾਂਗਟ ਨੇ ਹਜ਼ਾਰਾਂ ਲੋਕਾਂ ਦੀ ਲਾਈਫ ਨੂੰ ਚੇਂਜ ਕੀਤਾ ਹੈ। ਨਾਓ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ ਉਹਨਾਂ ਨੂੰ ਬੁਲਾਉਣ ਵਾਸਤੇ, ਕਿਉਂਕਿ ਇੱਕ ਬਹੁਤ ਵੱਡੀ ਪੇਨ ਲੈਵਲ ਤੇ ਹੈਗੇ ਆ ਉਹ। ਐਂਡ ਉਹਨਾਂ ਦੇ ਬਾਰੇ ਮੈਂ ਅਗਰ ਬਰੀਫਿੰਗ ਕਰਾਂ ਥੋੜੀ ਬਿਜ਼ਨਸ ਦੀ, ਤੇ ਉਹਨਾਂ ਨੇ 1998 ਦੇ ਵਿੱਚ ਇਹ ਬਿਜ਼ਨਸ ਸਟਾਰਟ ਕੀਤਾ ਸੀਗਾ, ਐਂਡ ਆਪਣੀ ਜੌਬ ਦੇ ਨਾਲ ਨਾਲ। ਐਂਡ ਫਸਟ ਈਅਰ ਉਹਨਾਂ ਨੇ ਸਿਲਵਰ ਪ੍ਰੋਡਿਊਸਰ, ਗੋਲਡ ਪ੍ਰੋਡਿਊਸਰ, ਪਲੈਟੀਨਮ, ਰੂਬੀ ਇੱਕ ਸਾਲ ਦੇ ਵਿੱਚ ਉਹਨਾਂ ਨੇ ਅਚੀਵ ਕਰ ਲਿਆ ਸੀਗਾ। ਐਂਡ 2002 ਦੇ ਵਿੱਚ ਹੀ ਵਾਜ਼ ਐਮਰਲਡ, ਬ੍ਰੈਂਡ ਨਿਊ ਐਮਰਲਡ। 2004 ਦੇ ਵਿੱਚ ਦੇ ਵਾਰ ਫਾਊਂਡਰਸ ਐਮਰਲਡ, ਐਂਡ 2004 ਦੇ ਵਿੱਚ ਡਾਇਮੰਡ ਸੀਗੇ। ਐਂਡ 2009 ਦੇ ਵਿੱਚ ਉਹ ਫਾਊਂਡਰਸ ਡਾਇਮੰਡ ਉਹਨਾਂ ਨੇ ਅਚੀਵ ਕੀਤਾ। ਐਂਡ 2019 ਦੇ ਵਿੱਚ ਉਹਨਾਂ ਨੇ ਈਡੀਸੀ ਐਂਡ ਫਾਊਂਡਰਸ ਈਡੀਸੀ ਦੋ ਪਿੰਨਾਂ ਇੱਕੋ ਸਾਲ ਦੇ ਵਿੱਚ ਅਚੀਵ ਕੀਤੀਆਂ। ਐਂਡ ਬਹੁਤ ਹੀ ਵੱਡਾ ਬਿਜ਼ਨਸ ਉਹਨਾਂ ਦਾ। ਮੈਂ ਇਹੀ ਚਾਹੁੰਦਾ ਕਿ ਤੁਸੀਂ ਸਾਰੇ ਜਾਣੇ ਉਹਨਾਂ ਨੂੰ ਬਹੁਤ ਧਿਆਨ ਦੇ ਨਾਲ ਸੁਣੋ। ਐਂਡ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਆ। ਤੁਹਾਡੀ ਬਿਗ ਰਾਊਂਡ ਆਫ ਅਪਲੌਜ਼ ਦੇ ਨਾਲ ਅਸੀਂ ਉਹਨਾਂ ਦਾ ਵੈਲਕਮ ਕਰਾਂਗੇ। ਪਲੀਜ਼ ਵੈਲਕਮ ਔਨ ਦ ਸਟੇਜ ਸਰਦਾਰ ਅਜੀਤਪਾਲ ਸਿੰਘ ਐਂਡ ਰਣਦੀਪ ਕੌਰ ਮਾਂਗਰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਮੇਰਾ ਨਾਮ ਅਜੀਤਪਾਲ ਸਿੰਘ ਮਾਂਗਟ ਔਰ ਮੇਰੀ ਵਾਈਫ ਰਣਦੀਪ ਮਾਂਗਟ, ਅਸੀਂ ਚੰਡੀਗੜ੍ਹ ਤੋਂ ਬੋਲ ਰਹੇ ਹਾਂ। ਤੁਹਾਡੇ ਨਾਲ ਅੱਜ ਸਾਂਝੇ ਕਰਾਂਗੇ ਕਿ ਇਹ ਐਮਵੇ ਬਿਜ਼ਨਸ ਜਿਹੜਾ ਬੈਸਟ ਆਫ ਦਾ ਬੈਸਟ ਬਿਜ਼ਨਸ ਇਨ ਦੀ ਵਰਲਡ, ਇਹ ਕਿਵੇਂ ਕੰਮ ਕਰਦਾ ਹੈ ਔਰ ਇਹਦੇ ਵਿੱਚ ਕੀ ਕਰਨਾ ਪੈਂਦਾ ਹੈ, ਅਸੀਂ ਕੀ ਕੀਤਾ ਔਰ ਤੁਸੀਂ ਕੀ ਕਰ ਸਕਦੇ ਹੋ। ਇਹ ਗੁਰੂਕੁਲ ਦੇ ਮਾਧਿਅਮ ਦੇ ਰਾਹੀਂ ਅੱਜ BBS ਤੁਹਾਡੇ ਸਾਹਮਣੇ ਹੈ। ਤੁਸੀਂ ਸਭ ਇਹ BBS ਦੇਖ ਰਹੇ ਹੋ, ਇਸ ਕਰਕੇ ਤੁਹਾਡਾ ਸਾਰਿਆਂ ਦਾ ਥੈਂਕ ਯੂ, ਕਿਉਂਕਿ ਤੁਸੀਂ ਇਹ ਬਿਜ਼ਨਸ ਦੇ ਪ੍ਰਤੀ ਪੋਜ਼ਿਟਿਵ ਹੋ ਔਰ ਐਕਸਾਈਟਡ ਹੋ, ਤਾਂ ਹੀ ਤੁਸੀਂ ਇਹ BBS ਵੀ ਦੇਖ ਰਹੇ ਹੋ। ਔਰ ਅੱਜ ਮੈਂ ਤੁਹਾਡੇ ਸਾਹਮਣੇ ਅਸੀਂ ਗੱਲ ਕਰਾਂਗੇ ਆਪਣੇ ਬਾਰੇ ਕਿ ਐਮਵੇ ਬਿਜ਼ਨਸ ਦੇ ਵਿੱਚ ਅਸੀਂ ਕਿਵੇਂ ਇਸ ਲੈਵਲ ਤੇ ਪਹੁੰਚੇ, ਕਿਵੇਂ ਆਪਾਂ ਡਾਇਮੰਡ EDC ਲੈਵਲ ਤੱਕ ਪਹੁੰਚੇ, ਅਸੀਂ ਕੀ ਕੀਤਾ, ਕੀ ਅਸੀਂ ਬੜੇ ਸਿਆਣੇ ਸੀਗੇ ਜਾਂ ਬੜੇ ਜੀਨੀਅਸ ਸੀਗੇ ਜਾਂ ਬੜੇ ਇੰਟਲੈਕਚੁਅਲ ਸੀਗੇ। ਨੋਟ ਐਟ ਆਲ, ਵੀ ਵਰ ਜਸਟ ਆਰਡੀਨਰੀ ਕਪਲ, ਪਿੰਡ ਤੋਂ ਉੱਠ ਕੇ ਆਏ ਸੀਗੇ ਕਿ ਕਿਵੇਂ ਅਸੀਂ ਚੰਡੀਗੜ੍ਹ ਸ਼ਹਿਰ ਵਰਗੇ ਸ਼ਹਿਰ ਵਿੱਚ ਰਹਿ ਕੇ ਇਸ ਬਿਜ਼ਨਸ 'ਚ ਕਾਮਯਾਬ ਹੋਏ। ਉਹਦੇ ਬਾਰੇ ਤੁਹਾਨੂੰ ਅਸੀਂ ਆਪਣੀ ਸਟੋਰੀ ਵੀ ਸਾਰੀ ਦੱਸਾਂਗੇ ਕਿ ਹਾਓ ਆਲ ਦਿਸ ਹੈਪਨ, ਤੇ ਕਿਵੇਂ ਤੁਹਾਡੇ ਨਾਲ ਵੀ ਕਿਵੇਂ ਇਹ ਸਾਰਾ ਕੁਝ ਹੋ ਸਕਦਾ ਹੈ, ਤੁਸੀਂ ਕਿਵੇਂ ਡਾਇਮੰਡ ਐਂਡ ਅਬਵ ਕਿਵੇਂ ਇਹ ਬਿਜ਼ਨਸ ਵਿੱਚ ਜਾ ਸਕਦੇ ਹੋ, ਇਹ ਆਪਾਂ ਗੱਲਬਾਤ ਤੁਹਾਡੇ ਨਾਲ ਕਰਾਂਗੇ। ਇਹ ਕੋਈ 20 ਮਿੰਟ ਦੀ ਸਟੋਰੀ ਰਹੇਗੀ ਤੁਹਾਡੇ ਨਾਲ ਸਾਡੀ, ਐਂਡ ਕਿਉਂਕਿ ਸਟੋਰੀ ਇਸ ਕਰਕੇ ਆਪਾਂ ਕਰਦੇ ਹਾਂ ਕਿ ਸਟੋਰੀ ਰਾਹੀਂ ਸਿੱਖਦੇ ਹਾਂ ਕਿ ਬੰਦੇ ਦਾ ਸਫ਼ਰ ਕੀ ਰਿਹਾ। ਕਈ ਵਾਰੀ ਇਹ ਲੱਗਦਾ ਕਿ ਸ਼ਾਇਦ ਇਹ ਬਿਜ਼ਨਸ ਵਾਸਤੇ ਅਨੁਕੂਲ ਸੀਗੇ ਲੋਕ, ਇਹ ਤਾਂ ਕਰਕੇ ਇਟਸ ਨਾਟ ਬਾਈਕ ਅਪ ਆਫ ਦੀ ਲਈ। ਕਈ ਲੋਕਾਂ ਨੂੰ ਐਵੇਂ ਲੱਗਦਾ ਹੁੰਦਾ ਕਿ ਸ਼ਾਇਦ ਮੇਰੇ ਵਾਸਤੇ ਬਿਜ਼ਨਸ ਬਣਿਆ ਨਹੀਂ ਹੈ। ਨਹੀਂ, ਇਹ ਗਲਤ ਗੱਲ ਹੈ, ਇਹ ਸਭ ਵਾਸਤੇ ਬਿਜ਼ਨਸ ਬਣਿਆ ਹੈ। ਜੋ ਸਿੱਖੇਗਾ, ਜੋ ਜਿਹਦੇ ਅੰਦਰ ਕੋਈ ਜ਼ਿੰਦਗੀ 'ਚ ਲਕਸ਼ ਹੈ, ਜਿਹਦੇ ਅੰਦਰ ਕੋਈ ਪੈਸ਼ਨ ਹੈ ਕਿ ਮੈਂ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦਾ, ਜਿੱਥੇ ਵੀ ਹੈਗਾ ਉੱਥੇ ਵੀ ਅਗਰ ਉਹ ਮਿਹਨਤ ਕਰੇਗਾ, ਅਗਰ ਉਹ ਸਿੱਖੇਗਾ, ਅਗਰ ਉਹ ਕਿਸੇ ਕਾਮਯਾਬ ਦੀ ਬੰਦੇ ਦੀ ਉਂਗਲੀ ਪਕੜ ਕੇ ਇਹ ਕੰਮ ਕਰੇਗਾ ਤਾਂ ਉਹ ਵੀ ਕਾਮਯਾਬ ਹੋ ਸਕਦਾ, ਕਿਉਂਕਿ ਦੁਨੀਆਂ ਦੇ ਵਿੱਚ ਹਜ਼ਾਰਾਂ ਲੱਖਾਂ ਲੋਕ ਇਹ ਬਿਜ਼ਨਸ ਦੇ ਵਿੱਚ ਕਾਮਯਾਬ ਹੋਏ, ਤੁਸੀਂ ਵੀ ਹੋ ਸਕਦੇ ਹੋ। ਔਰ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇਹ ਬਿਜ਼ਨਸ ਕਰਨ ਤੋਂ ਪਹਿਲਾਂ ਮੈਂ ਆਪਣੇ ਪਿੰਡ, ਸਾਡਾ ਪਿੰਡ ਡੇਰਾ ਬਾਬਾ ਨਾਨਕ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ, ਅਸੀਂ ਉੱਥੇ ਰਹਿੰਦੇ ਸੀਗੇ 5 ਭਰਾ, ਔਰ ਅਸੀਂ ਆਪਣੀ ਨਾਲ ਵਾਈ ਖੇਤੀ ਕਰਦੇ ਸੀਗੇ, ਔਰ ਸਾਡੀ ਉੱਥੇ ਸਾਡੇ ਫਾਦਰ ਸਾਹਿਬ ਨੇ ਕਾਫੀ ਜ਼ਮੀਨ ਜਾਇਦਾਦ ਬਣਾਈ ਸੀਗੀ, ਤੇ ਅਸੀਂ 5 ਭਰਾ ਉੱਥੇ ਸਾਡੀ ਖੇਤੀਬਾੜੀ ਦਾ ਕੰਮ ਸੀਗਾ। ਮੈਂ ਪਿੰਡ ਦੇ ਸਕੂਲ ਦੇ ਵਿੱਚ ਹੀ, ਮਿਡਲ ਸਕੂਲ ਦੇ ਵਿੱਚ ਐਜ ਏ ਸਾਇੰਸ ਟੀਚਰ ਦੀ ਜੋਬ ਕਰਦਾ ਸੀਗਾ, ਨਾਲ ਦੇ ਨਾਲ ਹੀ ਖੇਤੀਬਾੜੀ ਵੀ ਕਰਨੀ ਔਰ ਨਾਲ ਦੇ ਨਾਲ ਹੀ ਸਕੂਲ ਦੇ ਵਿੱਚ ਪੜ੍ਹਾਉਣਾ। ਔਰ 12-13 ਸਾਲ ਉੱਥੇ ਅਸੀਂ ਮੈਂ ਨੌਕਰੀ ਕੀਤੀ, ਔਰ ਮੇਰੀ ਵਾਈਫ ਨੇ ਨੌਕਰੀ ਨਹੀਂ ਕੀਤੀ, ਇਹ ਵੀ ਸ਼ੀ ਇਜ਼ ਆਲਸੋ ਗ੍ਰੈਜੂਏਟ, ਪਰ ਉਹ ਕੋਈ ਇਸ ਤਰ੍ਹਾਂ ਦਾ ਸਿਸਟਮ ਸੀਗਾ ਕਿ ਮੈਂ ਕਹਿੰਦਾ ਸਾਡੇ ਮੈਨੂੰ ਲੈਟ ਮੀ ਟਰਾਈ, ਮੈਂ ਆਪਣੀ ਆਪੇ ਜ਼ਿੰਦਗੀ ਦੀ ਕੋਸ਼ਿਸ਼ ਕਰਦਾ। ਤੋ ਅਸੀਂ ਉੱਥੇ ਇੱਦਾਂ ਕੰਮ ਚੱਲਦਾ ਰਿਹਾ, ਫਿਰ ਅਚਾਨਕ ਜਦ ਸਾਡੇ ਬੱਚੇ ਥੋੜ੍ਹੇ ਵੱਡੇ ਹੋਣ ਲੱਗੇ ਤਾਂ ਮਨ ਵਿੱਚ ਆਇਆ ਕਿ ਯਾਰ ਪਿੰਡ ਦੇ ਵਿੱਚ ਕੋਈ ਅਪਰਚੁਨਿਟੀ ਨਹੀਂ ਹੈ, ਨਾ ਕੁਛ ਅੱਜ ਦਾ ਸਕੂਲ ਹੈ, ਅਤੇ ਕਿਉਂ ਨਾ ਕਿਸੇ ਸ਼ਹਿਰ ਵਿੱਚ ਜਾਇਆ ਜਾਏ।
ਤੇ ਅਸੀਂ ਉੱਥੋਂ ਸਿੱਧੀ ਇੱਕ ਫਲਾਈਟ ਮਾਰੀ ਡਾਇਰੈਕਟ ਸਿੱਧੀ ਲੌਫਟੀ ਸਿੱਧੇ ਚੰਡੀਗੜ੍ਹ ਪਹੁੰਚ ਗਏ। ਚੰਡੀਗੜ੍ਹ ਸਾਡਾ ਕੁਛ ਨਹੀਂ ਹੈਗਾ, ਨਾ ਕੋਈ ਜ਼ਮੀਨ, ਨਾ ਜਾਇਦਾਦ, ਨਾ ਕੋਈ ਮਕਾਨ, ਨਾ ਫਲੈਟ, ਨਾ ਮੇਰੀ ਟਰਾਂਸਫਰ ਹੋਈ। ਬੜਾ ਹੀ ਇੱਕ ਸਮਝੋ ਕਿ ਇੱਕ ਸਟੂਪਿਡ ਜਿਹਾ ਹੀ ਡਿਸੀਜਨ ਲੈ ਕੇ ਆਪਾਂ ਆ ਗਏ। ਹੁਣ ਮੈਂ ਕਈ ਵਾਰੀ ਸੋਚਦਾ ਵੀ ਇਹ ਪਾਸਾ ਸਿੱਧਾ ਪੈ ਗਿਆ, ਜੇ ਕਿਤੇ ਪੁੱਠਾ ਪੈ ਜਾਂਦਾ ਤੇ ਕੁਛ ਪਤਾ ਨਹੀਂ ਕੀ ਬਣਨਾ ਸੀਗਾ। ਤੋ ਅਸੀਂ ਚੰਡੀਗੜ੍ਹ ਆ ਗਏ। ਉਹ ਚੰਡੀਗੜ੍ਹ ਆ ਕੇ ਮੇਰੀ 2-3 ਸਾਲ ਤੇ ਮੇਰੀ ਬਦਲੀ ਨਹੀਂ ਹੋਈ। ਮੈਂ ਬੜੀ ਮੁਸ਼ਕਿਲ ਨਾਲ ਫਿਰ ਡੈਪੂਟੇਸ਼ਨ ਤੇ ਟਰਾਂਸਫਰ ਕਰਾਈ ਔਰ ਇੱਥੇ ਚੰਡੀਗੜ੍ਹ ਦੇ ਸਕੂਲਾਂ ਦੇ ਵਿੱਚ ਮੈਂ ਪੜ੍ਹਾਉਂਦਾ ਰਿਹਾ ਸਾਇੰਸ। ਔਰ ਮੇਰਾ ਲਾਸਟ ਸਕੂਲ ਸੀਗਾ ਵੀ ਸੈਕਟਰ ਸੀਨੀਅਰ ਸੈਕੰਡਰੀ ਸਕੂਲ। ਸਾਨੂੰ ਇੱਕ ਸਰਕਾਰੀ ਮਕਾਨ ਮਿਲ ਗਿਆ, ਛੋਟਾ ਜਿਹਾ ਕੁਆਟਰ ਸੀਗਾ, ਛੋਟੇ ਛੋਟੇ 2 ਕਮਰੇ, ਛੋਟੀ ਜਿਹੀ ਕਿਚਨਟ ਸੀਗੀ, ਉੱਥੇ ਰਹਿਣਾ ਸ਼ੁਰੂ ਕਰ ਦਿੱਤਾ। ਔਰ ਮੈਂ ਔਰ ਮੇਰੀ ਵਾਈਫ ਔਰ ਸਾਡੇ ਕੋਲ ਇੱਕ ਸਿੰਪਲ ਸਕੂਟਰ ਸੀਗਾ ਔਰ ਬੜੀ ਆਰਡੀਨਰੀ ਲਾਈਫ ਸੀਗੀ। ਤਨਖਾਹ ਬੜੀ ਥੋੜ੍ਹੀ ਸੀਗੀ, ਜਦ ਅਸੀਂ ਬਿਜ਼ਨਸ ਜੁਆਇਨ ਕੀਤਾ ਐਮ ਬੀ ਬਿਜ਼ਨਸ ਤੇ ਉਹਨਾਂ ਪੈਸਿਆਂ ਨਾਲ ਗੁਜ਼ਾਰਾ ਨਹੀਂ ਸੀਗਾ ਉਹਦਾ। ਅਸੀਂ ਮੈਂ ਜਦ ਉੱਥੋਂ ਆਪਣੇ ਪਿੰਡ ਤੋਂ ਉੱਠ ਕੇ ਚੰਡੀਗੜ੍ਹ ਆਇਆ ਤੋ ਮੈਂ ਮੇਰਾ ਵੱਡਾ ਭਰਾ ਕਹਿੰਦਾ ਕਿ ਤੂੰ ਆਪਣੇ ਬੱਚੇ ਲੈ ਕੇ ਜਾ ਰਿਹਾ ਚੰਡੀਗੜ੍ਹ ਸ਼ਹਿਰ ਤੇ ਤੂੰ ਅਜੀਤਪਾਲ ਏਦਾਂ ਕਰਕੇ ਮੇਰੇ ਵੀ ਯਾਰ ਬੱਚੇ ਤੋਂ ਨਾਲ ਹੀ ਲੈ ਜਾ ਆਪਣੇ ਔਰ ਉੱਥੇ ਆਪਾਂ ਰਲ ਮਿਲ ਕੇ ਸਾਰਾ ਖਰਚਾ ਚੱਕ ਲਿਆ ਕਰਾਂਗੇ, ਮੈਨੇਜ ਕਰ ਲਾਂਗੇ। ਮੈਂ ਕਿਹਾ ਠੀਕ ਹੈ ਯਾਰ, ਉਹ ਵੀ ਆਪਣੇ ਬੱਚੇ ਆ। ਤੋ ਮੈਂ ਰਣਵੀਰ ਮਾਂਗਟ ਜਿਹੜਾ ਇਸ ਬਿਜ਼ਨਸ ਫਾਊਂਡਰ ਹੈ ਮੇਰੇ ਨਾਲ ਇਸ ਵੇਲੇ, ਉਹ ਔਰ ਉਹਦੀ ਸਿਸਟਰ ਸੰਦੀਪ, ਉਹਨਾਂ ਨੇ ਵੀ ਨਾਲ ਲੈ ਕੇ ਆਪਣੇ ਬੱਚਿਆਂ ਦੇ ਨਾਲ ਸੈਂਟੀ ਐਂਡ ਰੀਤੂ ਦੇ ਆਪਾਂ ਚਾਰੇ ਬੱਚੇ ਲੈ ਕੇ ਚੰਡੀਗੜ੍ਹ ਆ ਗਏ। ਔਰ ਇੱਥੇ ਪਹਿਲਾਂ ਪ੍ਰਾਈਵੇਟ ਮਕਾਨਾਂ 'ਚ ਰਹੇ ਜਾਂ ਬਦਲੀ ਹੋਏ, ਫਿਰ ਸਰਕਾਰੀ ਮਕਾਨ ਮਿਲਿਆ ਜਿਵੇਂ ਮੈਂ ਤੁਹਾਨੂੰ ਦੱਸਿਆ। ਔਰ ਉਹ ਸਰਕਾਰੀ ਮਕਾਨ ਦੇ ਵਿੱਚ ਮੈਨੂੰ ਇੱਕ ਆਪਣਾ ਹੀ ਰਿਸ਼ਤੇਦਾਰ ਸੀਗਾ ਮੁੰਡਾ, ਉਹਨੇ ਕਿ ਬਿਜ਼ਨਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ। ਐਕਚੁਅਲੀ ਉਹ ਗਲਤੀ ਇਹ ਕਰ ਗਿਆ ਕਿ ਉਹਨੇ ਮੈਨੂੰ ਬਿਜ਼ਨਸ ਦਾ ਪਲਾਨ ਨਹੀਂ ਦਿਖਾਇਆ, ਉਹ ਮੈਨੂੰ ਗੱਲਾਂ ਬਾਤਾਂ ਨਾਲ ਕਨਵਿੰਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਤੇ ਕਨਵਿੰਸ ਤੇ ਦੁਨੀਆ ਤੇ ਕੋਈ ਹੁੰਦਾ ਹੀ ਨਹੀਂ, ਕਨਵਿੰਸ ਤੇ ਇੱਕ ਤਰ੍ਹਾਂ ਦੀ ਡਿਫੀਟ ਹੁੰਦੀ ਹੈ, ਕਨਵਿੰਸ ਹੋ ਜਾਏ ਤਾਂ ਆਪਾਂ ਤੇ ਬਿਲਕੁਲ ਹੀ ਬੜੇ ਆਪਣੇ ਨੂੰ ਖੱਬੀ ਖਾ ਸਮਝਦੇ ਹੁੰਦੇ ਸੀ ਆਪਣਾ ਉਹਨਾਂ ਦਿਨਾਂ ਦੇ ਵਿੱਚ। ਤੇ ਉਹ ਮੈਨੂੰ ਬਿਜ਼ਨਸ ਬਾਰੇ ਸਮਝਾਉਂਦਾ ਰਿਹਾ, ਮੇਰੇ ਦਿਮਾਗ 'ਚ ਕੁਛ ਨਹੀਂ ਪਿਆ, ਮੇਰੇ ਦੇ ਉੱਤੋਂ ਦੀ ਲੰਘ ਗਈ ਸਾਰੀ ਗੱਲ। ਔਰ ਉਹ ਮੈਨੂੰ ਕਹਿੰਦਾ ਅੰਕਲ ਜੀ ਤੁਹਾਨੂੰ ਸਮਝ ਨਹੀਂ ਆਈ, ਤੁਹਾਡੀਆਂ ਮੀਟਿੰਗਾਂ ਹੁੰਦੀਆਂ, ਇੱਕ ਦਿਨ ਤੁਸੀਂ ਮੀਟਿੰਗ 'ਚ ਆਇਓ ਤੇ ਫਿਰ ਤੁਹਾਨੂੰ ਸਮਝ ਆਏਗੀ। ਮੈਂ ਕਿਹਾ ਠੀਕ ਹੈ, ਆਪਾਂ ਮੀਟਿੰਗ 'ਤੇ ਚੱਲਾਂਗੇ। ਤੇ ਕਿਤੇ 2 ਹਫ਼ਤਿਆਂ ਬਾਅਦ ਮੀਟਿੰਗ ਸੀਗੀ ਜੀ ਕੇ ਇੰਟਰਨੈਸ਼ਨਲ ਹੋਟਲ ਚੰਡੀਗੜ੍ਹ। ਮੈਨੂੰ ਉਹਨਾਂ ਦਾ ਫੋਨ ਆਇਆ ਕਿ ਅੰਕਲ ਜੀ ਆਪਾਂ ਮੀਟਿੰਗ 'ਤੇ ਚੱਲਣਾ। ਮੈਂ ਕਿਹਾ ਚਲੋ ਚੱਲਦੇ ਹਾਂ। ਕਹਿੰਦਾ ਵੀ ਮੈਂ ਆ ਰਿਹਾ ਤੁਹਾਡੇ ਕੋਲ ਅਤੇ ਆਪਾਂ ਇਕੱਠੇ ਚੱਲ ਪਾਂਗੇ। ਮੈਂ ਕਿਹਾ ਨਹੀਂ ਤੂੰ ਸਿੱਧਾ ਪਹੁੰਚ ਲੈ, ਮੈਂ ਤੇਰੇ ਤੋਂ ਵੀ ਪਹਿਲਾਂ ਉੱਥੇ ਪਹੁੰਚਿਆ ਲੈ। ਔਰ ਉਹ ਤੇ ਉੱਥੇ ਵਿਚਾਰਾ ਗੇਟ ਤੇ ਖੜ ਕੇ ਮੇਰੀ ਵੇਟ ਕਰਦਾ ਰਿਹਾ। ਮੈਂ ਘਰ ਟੀ ਵੀ ਤੇ ਵੈਰੀ ਸ਼ਕਤੀਮਾਨ ਦੇਖਦਾ ਰਿਹਾ, ਮੈਂ ਗਿਆ ਨਹੀਂ ਕਿਉਂਕਿ ਮੈਂ ਆਪਣੇ ਆਪ ਨੂੰ ਬੜਾ ਸੁਪਰ ਡੁਪਰ ਇੰਟੈਲੀਜੈਂਟ ਬੰਦਾ ਉਦੋਂ ਸਮਝਦਾ ਹੁੰਦਾ ਆਪਣੇ ਆਪ ਨੂੰ, ਕਿਉਂਕਿ ਮੇਰੀ ਜੇਬ 'ਚ ਇੱਕ ਪੈਸਾ ਨਹੀਂ ਹੁੰਦਾ। ਉਹਨਾਂ ਦਿਨਾਂ ਦੇ ਵਿੱਚ ਇੱਕ ਹੀ ਚੀਜ਼ ਸੀ ਆਪਣੇ ਕੋਲ ਸਿਰਫ ਕਿ ਐਵੇਂ ਈਗੋ ਐਟ ਹੋਮ ਹੈ ਕਿ ਮੈਂ ਸਭ ਆਈ ਨੋ ਐਵਰੀਥਿੰਗ ਅਬਾਊਟ ਐਵਰੀਥਿੰਗ, ਇਸ ਤਰ੍ਹਾਂ ਦਾ ਇੱਕ ਐਟੀਟਿਊਡ ਸੀਗਾ। ਬਸ ਆਪਣਾ ਕੰਮ ਕਰਦੇ ਰਹੇ। ਫਿਰ ਇੱਕ ਦਿਨ ਇੱਕ ਹੋਰ ਮੇਰਾ ਫਰੈਂਡ ਹੈ, ਉਹ ਮੇਰਾ ਐਵੇਂ ਦੋਸਤ ਬਣ ਗਿਆ ਸੀ ਕਿਤੇ ਸੁਖਨਾ ਲੇਕ ਤੇ ਘੁੰਮਦਿਆਂ ਘੁੰਮਾਉਂਦਿਆਂ, ਉਹਦਾ ਮੈਨੂੰ ਫੋਨ ਆਇਆ ਕਿ ਭਾਅ ਜੀ ਕੀ ਕਰ ਰਹੇ ਹੋ, ਮੈਂ ਕੁਛ ਵੀ ਨਹੀਂ ਵਿਹਲੇ ਬੈਠਿਆ, ਕਹਿੰਦੇ ਆ ਜਾਓ ਮੇਰੇ ਘਰੇ ਆ ਜਾਓ। ਮੈਂ ਕਿਹਾ ਕੀ ਪ੍ਰੋਗਰਾਮ, ਪਾਰਟੀ ਹੈ ਕੋਈ? ਕਹਿੰਦਾ ਨਹੀਂ, ਅਮਰੀਕਾ ਤੋਂ ਕੁਝ ਬੰਦੇ ਆਏ ਨੇ ਸਾਡੇ ਪੜੋਸ ਦੇ ਵਿੱਚ ਤੇ 2 ਕਪਲ ਹੈ, ਹਸਬੈਂਡ ਵਾਈਫ, ਮਿਸਿਸ ਢਿੱਲੋਂ, ਡਾਕਟਰ ਢਿੱਲੋਂ, ਉਹਨਾਂ ਦੇ ਘਰ ਕੋਈ ਉਹਨਾਂ ਬਿਜ਼ਨਸ ਦੀ ਪ੍ਰੈਜੈਂਟੇਸ਼ਨ ਦੱਸਣੀ ਹੈ। ਮੈਂ ਸੋਚਿਆ ਕਿ ਯਾਰ ਨੰਬਰ 1 ਵੀ ਅਮਰੀਕਾ ਤੋਂ ਬੰਦੇ ਆਏ, ਨੰਬਰ 2 ਕਿ ਦੋਨੋਂ ਡਾਕਟਰ ਬੰਦੇ ਆ, ਉਹਨਾਂ ਦੇ ਘਰ ਕੋਈ ਬਿਜ਼ਨਸ ਦਾ ਕੰਮ ਤੇ ਵਧੀਆ ਹੀ ਹੋਏਗਾ। ਮੇਰੇ ਚਿੱਤ ਖਿਆਲ 'ਚ ਵੀ ਨਹੀਂ ਆਇਆ ਕਿ ਐਮਏ ਬਿਜ਼ਨਸ ਹੋਏਗਾ। ਜੇ ਕਿਤੇ ਮੈਂ ਉਹਨੂੰ ਪੁੱਛਿਆ ਵੀ, ਮੈਂ ਕਿਹਾ ਇਜ਼ ਇਟ ਐਮਓਏ, ਉਹ ਕਹਿੰਦਾ ਨਹੀਂ ਮੈਨੂੰ ਪਤਾ ਨਹੀਂ ਹੈ। ਉਹਨੇ ਝੂਠ ਨਹੀਂ ਬੋਲਿਆ ਕਿਉਂਕਿ ਉਹਨੂੰ ਅੱਜ ਤੱਕ ਵੀ ਨਹੀਂ ਪਤਾ ਐਮਏ ਕੀ ਹੈ, ਹੈ ਨਾ। ਤੇ ਉਹ ਫੇਸਬੁੱਕ 'ਤੇ ਚੜਿਆ ਰਹਿੰਦਾ ਰੋਜ਼ ਦਿਹਾੜੀ, ਤੇ ਉਹ ਮੈਂ ਚਲਾ ਗਿਆ ਉੱਥੇ, ਕੋਈ ਗੱਲ ਨਹੀਂ, ਮੈਂ ਉੱਥੇ ਚਲਾ ਗਿਆ। ਇਟਸ ਵੀ ਨੈਚੁਰਲ, ਮੈਂ ਚਲਾ ਗਿਆ ਉੱਥੇ। ਮੈਂ ਤਾਂ ਆਈ ਐਮ ਜਸਟ ਟਾਕਿੰਗ ਟੂ ਯੂ, ਆਪਾਂ ਗੱਲਾਂ ਕਰ ਰਹੇ ਹਾਂ, ਭਾਸ਼ਣ ਨਹੀਂ ਕਰ ਰਿਹਾ, ਕਿਉਂਕਿ ਇਹਦੇ ਵਿੱਚ ਆਹ ਨਹੀਂ ਹੋਣਾ ਚਾਹੀਦਾ, ਨਥਿੰਗ ਟੂ ਵਰੀ, ਹੈ ਨਾ, ਨੈਚੁਰਲ। ਤੋ ਮੈਂ ਚਲਾ ਗਿਆ ਉੱਥੇ, ਆਪਣੇ ਸਕੂਟਰ ਨੂੰ ਇੱਕ ਵਾਰੀ ਟੇਡਾ ਕੀਤਾ ਔਰ ਪਹੁੰਚ ਕੇ ਉੱਥੇ ਕਨਾਲ ਦੀ ਕੋਠੀ ਸੀਗੀ, ਬੜੀ ਬੜਾ ਵੱਡਾ ਡਰਾਇੰਗ ਰੂਮ, ਬੜੀ ਵੱਡੀ ਲੋਬੀ, 20-25 ਲੋਕ ਬੈਠੇ ਸੀਗੇ ਕੁਰਸੀਆਂ ਤੇ ਔਰ ਇੱਕ ਸਰਦਾਰ ਜੀ ਵਾਈਟ ਬੋਰਡ ਦੇ ਉੱਤੇ ਕੁਛ ਸਮਝਾ ਰਿਹਾ ਸੀਗਾ। ਤੋ ਮੈਂ ਜਦ ਉੱਥੇ ਪਹੁੰਚਿਆ ਤੇ ਆਪਾਂ ਨੂੰ ਪਿੱਛੇ ਜੇ 2 ਕੁਰਸੀਆਂ ਮਿਲ ਗਈਆਂ, ਇੱਕ ਤੇ ਉਹ ਬਹਿ ਗਿਆ ਮੁੰਡਾ ਮੈਨੂੰ, ਜਿਹਨੇ ਮੈਨੂੰ ਨਾਲ ਬੁਲਾਇਆ ਸੀ, ਇੱਕ ਤੇ ਮੈਂ ਬੈਠ ਗਿਆ। ਮੈਂ ਦੇ ਘਰ ਵਾਲੇ ਵੀ ਅੰਦਰ ਹੈ ਕਿਉਂਕਿ ਆਈ ਐਮ ਵੈਰੀ ਕਲੀਨ ਅਬਜ਼ਰਵਰ, ਮੈਨੂੰ ਲਾਈਫ ਸਟਾਈਲ ਬੜੇ ਵਧੀਆ ਲੱਗਦੇ ਲੋਕਾਂ ਦੇ, ਮੈਂ ਬੜੇ ਧਿਆਨ ਨਾਲ ਗਹੁ ਨਾਲ, ਕੋਈ ਕਾਰ ਵੀ ਵਧੀਆ ਲੰਘ ਜਾਏ ਤਾਂ ਉਹਨੂੰ ਵੀ ਵਹਿੰਦਾ ਹੁੰਦਾ ਸੀਗਾ, ਹੈ ਨਾ, ਕਿਉਂਕਿ ਅੰਦਰ ਨਾ ਇੱਕ ਲਾਲਸਾ ਸੀਗੀ ਵੀ ਕਦੀ ਸਾਡੇ ਕੋਲ ਵੀ ਇਹੋ ਜਿਹਾ ਹੋਏਗਾ ਕੁਛ। ਤੇ ਉਹਨਾਂ ਦੇ ਜਦ ਮੈਂ ਘਰ ਗਿਆ ਤਾਂ ਉਹਨਾਂ ਦਾ ਘਰ ਬੜਾ ਸੋਹਣਾ ਸੀਗਾ, ਇੱਥੇ ਸਰਕਾਰੀ ਮਕਾਨ 'ਚ ਰਹਿੰਦੇ ਸੀ, ਉਹ ਘਰ ਦੇ ਵਿੱਚ ਸੈਂਡਲੀਅਰ ਲੱਗੇ ਔਰ ਇੰਨੀਆਂ ਸੋਹਣੀਆਂ ਕੁਰਸੀਆਂ, ਇੰਨੀਆਂ ਸੋਹਣੀਆਂ ਦੀਵਾਰਾਂ ਤੇ ਪੇਂਟਿੰਗ ਲੱਗੀਆਂ, ਹਰ ਚੀਜ਼ ਹੀ ਬੜੀ ਵਧੀਆ। ਮੈਂ ਤਾਂ ਕਦੇ ਇੱਧਰ ਦੇਖ, ਕਦੇ ਉੱਧਰ ਦੇਖ, ਕਦੇ ਉੱਧਰ ਦੇਖ, ਕਦੇ ਇੱਧਰ ਦੇਖ। ਉਹ ਬਾਅਦ ਦੇ ਵਿੱਚ ਮੇਰਾ ਉਹ ਸਰਦਾਰ ਜੀ ਜਿਹੜੇ ਬਿਜ਼ਨਸ ਦਾ ਪਲਾਨ ਦੱਸ ਰਹੇ ਉਹਨਾਂ ਵੱਲ ਧਿਆਨ ਗਿਆ, ਤੋ ਮੈਂ ਵਾਈਟ ਬੋਰਡ ਵੇਖਿਆ ਤੇ ਵਾਈਟ ਬੋਰਡ ਦੇ ਥੱਲੇ ਮੈਂ LOC ਸੀਪ ਸਪਰੇ ਦੀਆਂ ਬੋਤਲਾਂ ਵੇਖੀਆਂ ਔਰ ਮੈਨੂੰ ਜੱਜਮੈਂਟ ਹੋ ਗਈ, ਮੈਂ
99% ਲੋਕ ਜਿਹੜੇ ਨੇ ਉਹ ਸਮਝਦੇ ਸਾਨੂੰ ਐਮਬੀਏ ਬਾਰੇ ਪਤਾ, ਉਹਨਾਂ ਨੂੰ ਕੁਛ ਨੀ ਪਤਾ ਐਮਬੀਏ ਬਾਰੇ ਸੀ। ਉਹੀ ਮੇਰਾ ਹਾਲ ਸੀਗਾ। ਮੈਂ ਬੈਠਾ ਤੇ ਰਿਹਾ ਉੱਥੇ ਥੋੜੀ ਦੇਰ, ਮੈਂ ਕਿਹਾ ਸਿਰਫ ਬੈਠਾ ਇਸ ਕਰਕੇ ਦਰਵਾਜ਼ੇ ਲੈ ਕੇ ਕੁਰਸੀ ਹੁੰਦੀ ਤੇ ਸ਼ਾਇਦ ਮੈਂ ਉੱਠ ਗਿਆ ਹੁੰਦਾ, ਪਰ ਮੈਂ ਵਿੱਚ ਜੇ ਫਸ ਗਿਆ ਸੀਗਾ ਤੇ ਮੈਂ ਕਿਹਾ ਯਾਰ ਬੁਰੇ ਜੇ ਲੱਗਾਂਗੇ ਇੱਥੋਂ ਉੱਠਦੇ, ਇਸ ਕਰਕੇ ਮੈਂ ਬੈਠਾ ਰਿਹਾ। ਔਰ ਜਦ ਤੱਕ ਉਹ ਬਿਜ਼ਨਸ ਦਾ ਪਲੈਨ ਉਹ ਦੱਸ ਰਿਹਾ ਸੀ, ਉਹਦੀਆਂ ਮੈਨੂੰ ਗੱਲਾਂ ਚੰਗੀਆਂ ਲੱਗਣ ਲੱਗ ਗਈਆਂ ਬੰਦੇ ਦੀਆਂ, ਮੇਰਾ ਜਿਹੜਾ ਉਹ ਇੱਕ ਵੇਗ ਜਿਹੀ ਪਿਕਚਰ ਸੀ ਐਮਬੀਏ ਦੀ ਉਹ ਹਟਣ ਲੱਗ ਗਈ, ਉਹਦੀ ਜਗ੍ਹਾ ਕਲੀਅਰ ਕੱਟ ਪਿਕਚਰ ਮੈਨੂੰ ਦਿਖਣ ਲੱਗ ਗਈ। ਮੈਂ ਥੋੜਾ ਸਿੱਧਾ ਹੋ ਕੇ ਬੈਠ ਗਿਆ ਔਰ ਜਦ ਤੱਕ ਉਹ ਬਿਜ਼ਨਸ ਦਾ ਪਲੈਨ ਖਤਮ ਹੋਇਆ ਮੈਨੂੰ ਐਂ ਲੱਗਾ ਕਿ ਇਹ ਜਿੰਨੇ ਬੰਦੇ 25 ਬੈਠੇ ਰਹੇ ਇਹਨਾਂ 'ਚ ਪਤਾ ਨਹੀਂ ਕੌਣ ਸਿਲਵਰ ਜਾਏਗਾ ਕਿ ਨਹੀਂ ਜਾਏਗਾ, ਮੈਂ ਸਿਲਵਰ ਜ਼ਰੂਰ ਜਾਊਂਗਾ। ਮੈਨੂੰ ਉੱਥੇ ਬੈਠੇ ਬੈਠੇ ਮੇਰੇ ਦਿਮਾਗ ਦੇ ਵਿੱਚ ਇਹ ਗੱਲ ਆਈ। ਦੂਸਰੀ ਮੈਨੂੰ ਇਹ ਵਧੀਆ ਲੱਗਾ ਉੱਥੇ ਕਿ ਉਹ ਕਹਿੰਦਾ ਕਿ ਪਾਰਟ ਟਾਈਮ, ਉਹਨੇ ਦੱਸਿਆ ਕਿ ਪਾਰਟ ਟਾਈਮ ਦੇ ਵਿੱਚ ਆਪਣੀ ਨੌਕਰੀ ਆਪਣੇ ਬਿਜ਼ਨਸ ਦੇ ਨਾਲ ਨਾਲ ਤੁਸੀਂ 40-50 ਹਜ਼ਾਰ ਰੁਪਈਆ ਮਹੀਨਾ ਇਸ ਬਿਜ਼ਨਸ ਨੂੰ ਵੀ ਕਮਾ ਸਕਦੇ ਹੋ। ਤੇ ਉਹਨੇ ਬੜੇ ਲੋਕਾਂ ਦੀਆਂ ਫੋਟੋਆਂ ਵੀ ਦਿਖਾਈਆਂ ਕਿ ਦੇਖੋ ਆਹ ਲੋਕ ਕਮਾ ਰਹੇ ਨੇ। ਆਈ ਗੋਟ ਐਕਸਾਈਟਡ। ਮੈਂ 25 ਸਾਲ ਸਰਕਾਰੀ ਨੌਕਰੀ ਕਰਨ ਦੇ ਬਾਅਦ ਵੀ ਇਹ ਸਕੂਟਰ ਤੋਂ ਉੱਤਰ ਕੇ ਇੱਕ ਕਾਰ ਤੱਕ ਨਹੀਂ ਹੈ ਪਹੁੰਚ ਸਕਿਆ। ਪਰ ਜਦੋਂ ਉਹਨੇ ਦੱਸਿਆ ਕਿ 50 ਹਜ਼ਾਰ ਰੁਪਏ ਮਹੀਨੇ ਦੀ ਇਨਕਮ ਹੋ ਜਾਏਗੀ, ਬਾਈ ਗਾਡ ਮੇਰੇ ਨੱਕ 'ਚੋਂ ਉਸੇ ਵੇਲੇ ਨਵੀਆਂ ਸੀਟਾਂ ਦੀ ਸਮੈਲ ਆਉਣ ਲੱਗੀ ਉੱਥੇ ਬੈਠਿਆਂ ਬੈਠਿਆਂ ਵੀ, ਨਾਓ ਇਟਸ ਪੋਸੀਬਲ ਯਾਰ, ਹੁਣ ਇਹ ਬਣੇਗੀ ਗੱਲ, ਹੈ ਨਾ। ਮੈਂ ਉੱਡਦਾ ਘਰ ਆਇਆ, ਪਤਾ ਨਹੀਂ ਕਿੱਦਾਂ ਰਸਤੇ 'ਚ ਸਕੂਟਰ 'ਤੇ ਘਰ ਆ ਕੇ ਵਾਈਫ ਨਾਲ ਗੱਲ ਕੀਤੀ, ਤਾਂ ਵਾਈਫ ਨੂੰ ਤੇ ਵਾਈਫ ਕਿਹੜੀ ਗਈ ਸੀ ਮੇਰੇ ਨਾਲ, ਤੋ ਵਾਈਫ ਨੇ ਤੇ ਮੇਰੀ ਗੱਲ ਅਣਸੁਣੀ ਜੀ ਕਰ ਛੱਡੀ ਔਰ ਆਪਸ ਹੋ ਗਏ। ਮੈਨੂੰ ਤਾਂ ਰਾਤ ਨੀਂਦ ਨਹੀਂ ਆਈ, ਮੈਂ ਅੱਧੀ ਰਾਤ ਨੂੰ ਰੋਟੀ ਕੱਢਦਾ ਰਿਹਾ ਸਾਰੀ ਰਾਤ ਵੀ ਯਾਰ ਇਹ 50 ਹਜ਼ਾਰ ਰੁਪਏ ਇੰਨਾ ਪੈਸਾ ਕਰਾਂਗੇ ਕੀ, ਔਰ ਸਵੇਰੇ ਉੱਠ ਕੇ ਮੈਂ ਗਿਣ ਲਿਆ ਫੱਟੇ ਚੱਕ ਦਾਂਗੇ, ਇਹਨੂੰ ਕਰ ਦਾਂਗੇ, ਉਹਨੂੰ ਕਰ ਦਾਂਗੇ, ਆਹ ਕਰ ਦਾਂਗੇ, ਇੰਨੇ ਬੰਦੇ, ਇੰਨੇ ਮਾਸਟਰ, ਇੰਨੇ ਪ੍ਰਿੰਸੀਪਲ, ਇੰਨੇ ਮੈਂ ਠੇਕੇਦਾਰੀ ਵੀ ਕਰਦਾ ਰਿਹਾ, ਇੰਨੇ ਓਵਰਸੀਅਰ SVO ਸਭ ਗਿਣ ਲਏ ਮੈਂ, ਇੰਨੇ ਠੇਕੇਦਾਰ। ਮੈਂ ਕਿਹਾ ਮੈਂ 100-200 ਬੰਦਾ ਹਫ਼ਤੇ ਦੇ ਵਿੱਚ ਵਿੱਚ ਭਰ ਦੇਣਾ, ਮੈਂ ਕਿਹਾ ਇਹ ਤਾਂ ਕੋਈ ਕੰਮ ਹੀ ਕੱਖ ਨਹੀਂ, ਤਾਂ ਖੱਬੇ ਹੱਥ ਦੀ ਗੇੜ, ਮੈਨੂੰ ਇੱਦਾਂ ਲੱਗਾ। ਪਰ ਪਹਿਲੇ 10-15 ਦਿਨ ਮੈਂ ਮਰ ਗਿਆ ਸ਼ਦਾਈ, ਰਾਤ ਨੂੰ ਆ ਕੇ ਤਾਰੇ ਗਿਣਦੇ ਹੁੰਦੇ ਆ, ਇੱਕ ਬੰਦਾ ਨਾ ਮੇਰੇ ਕੋਲ ਸਪੋਂਸਰ ਹੋਏ, ਔਰ ਮੈਂ ਸੋਚਿਆ ਜੇ ਬਿਜ਼ਨਸ ਸ਼ੁਰੂ ਕੀਤਾ ਫੱਟੇ ਚੱਕ ਦਾਂਗੇ, ਔਰ 15 ਦਿਨ ਦੇ ਬਾਅਦ ਫੱਟਾਂ ਉੱਤੇ ਆਪਾਂ ਫੱਟੇ ਦੇ ਥੱਲੇ ਦੱਸਦਾ ਯਾਰ ਕੁਛ ਹੋ ਵੀ ਜਾਏਗਾ, ਇਹ ਲੱਗਣ ਲੱਗ ਗਿਆ ਵੀ ਯਾਰ ਪਤਾ ਨਹੀਂ ਇਹ ਗੱਲ ਬਣੇਗੀ ਸੀ। ਪਰ ਸਮਹਾਉ ਆਈ ਸਾਈਨਡ 1 ਪਰਸਨ, ਮੈਂ ਇੱਕ ਬੰਦਾ ਸਪੋਂਸਰ ਕਰਤਾ, ਮੇਰੀ ਐਨਰਜੀ ਜਿੰਨੀ ਸੀਗੀ ਸਾਰੀ ਵਾਪਸ ਆ ਗਈ, ਆਈ ਵਾਜ਼ ਅਗੇਨ ਫਾਇਰਡ ਅਪ। ਉਹਦੇ ਮੈਂ ਕਿਹਾ ਲੈ ਵੀ ਬਾਕੀ ਕੰਮ ਤੇ ਰੈਪੀਟੀਸ਼ਨ ਹੀ ਹੈ, ਜੇ ਮੈਂ 1 ਕਰ ਸਕਦਾ ਤੇ ਮੈਂ 10 ਵੀ ਕਰ ਸਕਦਾ, ਮੈਂ 50 ਵੀ ਕਰ ਸਕਦਾ। ਤੋ ਇੱਦਾਂ ਇੱਕ ਦੇ ਬਾਅਦ ਇੱਕ ਸਾਡਾ ਬਿਜ਼ਨਸ ਹੋਣ ਲੱਗ ਗਿਆ, ਸਾਡੀ ਇੱਕ ਟੀਮ ਬਣ ਲੱਗ ਗਈ, ਪ੍ਰੋਡਕਟ ਬਹੁਤ ਅੱਛੇ ਗਿਆ, ਤਾਂ ਅਸੀਂ ਪ੍ਰੋਡਕਟ ਵਰਤ ਕੇ ਵੇਖੇ ਤੇ ਆਸ਼ਵਸਤ ਕਰ ਰਹੇ, ਬਾਈ ਗੱਡ ਕਿਆ ਪ੍ਰੋਡਕਟ ਹੈ ਜਾ। ਮੈਂ ਤਾਂ ਵਾਸ਼ ਬੇਸ਼ਨ ਦੇ ਉੱਤੇ ਖੜ ਕੇ ਕਿੰਨੀ ਕਿੰਨੀ ਦੇਰ ਡਿਸਟਰਬ ਐਂਡ GH ਬਾਡੀ ਸ਼ੈਂਪੂ ਦੀ ਡੈਮੋ ਕਰਦਾ ਰਿਹਾ। ਫਿਰ ਹੋ ਕੇ ਮੇਰੀ ਬੇਟੀ ਕਹਿੰਦੀ ਮੰਮੀ ਇਹ ਅੰਕਲ ਪਾਪਾ ਨੂੰ ਕਹਿ ਗਿਆ, ਲੈ ਪਾਪਾ ਵਾਸ਼ ਬੇਸ਼ਨ ਤੇ ਸਵੇਰੇ ਹਾਦੀ ਧੋਏ ਜਾਣ ਦੇ। ਮੈਂ ਐਕਚੁਅਲੀ ਚੈੱਕ ਕਰ ਰਿਹਾ ਇਹ ਵੀ ਇਹਦੀ ਕੀ ਕੰਸੈਂਟਰੇਸ਼ਨ ਹੈ, ਕਿੰਨਾ ਕੰਮ ਕਰੇਗਾ, ਇੱਕ ਨਹਾਉਣ ਵਾਸਤੇ ਕਿੰਨੇ ਦਾ ਲੱਗੇਗਾ, ਜਾਂ ਇਹ ਸਾਰਾ ਕੁਝ ਮੈਂ ਚੈੱਕ ਕਰ ਰਿਹਾ ਕਿ ਅਗਰ ਮੇਰਾ ਬਿਲੀਫ ਹੈ ਤੇ ਫਿਰ ਮੈਂ ਲੋਕਾਂ ਨੂੰ ਦੱਸ ਪਾਊਂਗਾ। ਮੈਂ ਉਹਦਾ ਲਿਟਰੇਚਰ ਪੜ੍ਹਿਆ, ਜਦ ਮੈਂ ਵੇਖਿਆ ਕਿ ਪ੍ਰੋਡਕਟਸ ਆਰ ਫੁਲੀ ਔਰਗੈਨਿਕ, ਦੇ ਨੋ ਕੈਮੀਕਲ ਐਂਡ ਦੇਰ ਇਜ਼ ਕੰਸੈਂਟਰੇਸ਼ਨ ਥਿਊਰੀ ਐਂਡ ਪ੍ਰੋਡਕਟਸ ਆਰ ਦਾ ਬੈਸਟ ਇਨ ਦੀ ਵਰਲਡ, ਤਾਂ ਅਸੀਂ ਕੀ ਕੀਤਾ, ਅਸੀਂ ਦੋਨਾਂ ਜੀਆਂ ਨੇ ਸਭ ਤੋਂ ਪਹਿਲਾਂ ਆਪਣੇ ਪੜੋਸੀਆਂ ਨਾਲ ਪ੍ਰੋਡਕਟ ਸ਼ੇਅਰ ਕੀਤੀ ਐਂਡ ਦੇ ਆਲਸੋ ਲਾਈਕ ਇਟ। ਅਸੀਂ ਉਹਨੂੰ ਡੈਮੋ ਕਰਕੇ ਦੱਸੀ। ਮੇਰਾ ਇੱਕ ਫਰੈਂਡ ਸੀਗਾ, ਉਹਦੇ ਸੀਸੇ ਭਰਿਆ ਆਉਂਦਾ ਹੁੰਦਾ ਸੀ, ਸੀਸੇ ਸਾਫ਼ ਕਰਨ ਵਾਲਾ, ਉਹ ਮੇਰਾ ਫੇਵਰੇਟ ਪ੍ਰੋਡਕਟ ਸੀਗਾ। ਮੈਂ ਉਹਨੂੰ ਡਿਲੀਊਟ ਕਰਕੇ ਆਪਣੀ ਗੱਡੀ 'ਚ ਹੀ ਰੱਖਦਾ ਹੁੰਦਾ ਸੀਗਾ, ਤੇ ਉਹਦੇ ਨਾਲ ਮੈਂ ਪਲੈਨ ਗੱਡੀ ਦੇ ਉੱਤੇ ਸੀਗੀ ਸਕੂਟਰ ਤੇ, ਮੈਂ ਉਹਨਾਂ ਦੇ ਘਰ ਜਾ ਕੇ ਮੈਂ ਉਹਨਾਂ ਦੇ ਸੈਂਟਰ ਟੇਬਲ ਦੇ ਉੱਤੇ ਉਹਨਾਂ ਨੂੰ ਪਹਿਲਾਂ ਬਿਜ਼ਨਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ। ਉਹ ਮੂੰਹਾ ਕਰੀ ਜਾਣ ਕਿ ਨਹੀਂ ਨਹੀਂ ਨਾਟ ਇੰਟਰਸਟਡ ਪਲਾਂਟਿੰਗ। ਮੈਂ ਕਿਹਾ ਤੁਹਾਨੂੰ ਕਹਿੰਦੇ, ਫਿਰ ਉਹ ਕਹਿੰਦੇ ਪ੍ਰੋਡਕਟ ਕੀ ਨੇ, ਮੈਂ ਕਿਹਾ ਤੁਹਾਨੂੰ ਪ੍ਰੋਡਕਟ ਦੇਣਾ। ਮੈਂ ਪ੍ਰੋਡਕਟ ਲੈ ਕੇ ਆਇਆ, ਮੈਂ ਉਹਦੇ ਅੱਗੇ ਸ਼ੀਸ਼ਾ ਪਿਆ ਸੀਗਾ, ਉਹ ਹਸਬੈਂਡ ਵਾਲੀ ਦੂਸਰੀ ਸਾਈਡ 'ਤੇ ਬੈਠੇ ਸੀ, ਮੈਂ ਦੂਸਰੀ ਸਾਈਡ 'ਤੇ ਬੈਠਾ ਸੀਗਾ। ਜਦ ਉਹਨਾਂ ਦੇ ਸ਼ੀਸ਼ਾ, ਮੈਂ ਕਿਹਾ ਤੁਹਾਡਾ ਸ਼ੀਸ਼ਾ ਬੜਾ ਸਾਫ਼ ਹੈ, ਕਹਿੰਦੇ ਆਮ ਬੜਾ ਸਾਫ਼ ਹੈ। ਮੈਂ ਕਿਹਾ ਹੁਣ ਦੇਖਿਓ ਕਮਾਲ। ਮੈਂ ਉਹਦੇ ਸੀਸੇ ਬਰੇ ਦਾ ਇੱਕ ਸਪਰੇਅ ਮਾਰ ਕੇ ਉੱਥੇ ਕੱਪੜਾ ਪਿਆ ਮੈਂ ਮੇਰੇ ਸਾਫ਼ ਕਰਦਾ, ਉਹਦਾ ਮੂੰਹ ਵਿੱਚੋਂ ਦੇ ਸੀਸੇ ਦੇ ਮੈਨੂੰ ਦੇਖਣ ਲੱਗ ਗਿਆ, ਮੇਰਾ ਉਹਨਾਂ ਨੂੰ ਦੇਖਣ ਲੱਗ ਗਿਆ, ਇੱਕ ਵਾਲ ਦੇਖਣ ਲੱਗ ਗਿਆ। ਉਹ ਆਸ਼ਿਸ਼ ਕਰ ਉਹਨਾਂ ਦੇ ਪ੍ਰੋਡਕਟ ਤੋਂ ਬੜੇ ਕਮਾਲ ਦੇ ਪ੍ਰੋਡਕਟ ਤਾਂ ਰੀਅਲੀ ਗ੍ਰੇਟ ਐਂਡ ਹੀ ਜਾਇਨ ਦਾ ਬਿਜ਼ਨਸ। ਤੋ ਇੱਦਾਂ ਪ੍ਰੋਡਕਟ ਦੇ ਵਿੱਚ ਇੰਨੀ ਜਾਨ ਹੈ ਐਮਵੀ ਪ੍ਰੋਡਕਟ ਦੇ ਵਿੱਚ ਕਿ ਜੋ ਵੀ ਪ੍ਰੋਡਕਟ ਦੇਖਦਾ ਉਸੇ ਪ੍ਰੋਡਕਟ ਦੇ ਗੁਣ ਗਾਈ ਜਾਂਦਾ। ਔਰ ਇਹਦੇ ਵਿੱਚ ਆਏ ਕਸਟਮਰ ਬੇਸਡ ਬਿਜ਼ਨਸ ਹੈ, ਕਿਉਂਕਿ ਵੀ ਵਿਲ ਕ੍ਰੀਏਟਡ ਲੋਟਸ ਆਫ ਕਸਟਮਰਸ, ਐਂਡ ਬਹੁਤ ਸਾਰੇ ਲੋਕ ਇਹੋ ਜਿਹੇ ਮਿਲੇ ਜਿਹੜੇ ਕਹਿੰਦੇ ਕਿ ਨਹੀਂ ਅਸੀਂ ਬਿਜ਼ਨਸ ਵਿੱਚ ਇੰਟਰਸਟਿਡ ਨਹੀਂ ਹੈ, ਸਾਡੇ ਘਰ ਸ਼ਾਦੀ ਆ, ਸਾਡਾ ਉਹ ਚੱਲ ਰਿਹਾ ਬਿਜ਼ਨਸ ਦਾ, ਨਵਾਂ ਨਵਾਂ ਸਾਡਾ ਉੱਧਰ, ਇਸ ਕਰਕੇ ਅਸੀਂ ਨਹੀਂ ਟਾਈਮ ਦੇ ਸਕਦੇ, ਪਰ ਸਾਨੂੰ ਪ੍ਰੋਡਕਟ ਚੰਗੇ ਲੱਗਦੇ, ਸਾਨੂੰ ਤੁਸੀਂ ਆਪਣੇ ਹੱਥ ਲਿਆਉਂਦੇ ਸਾਡੇ ਵਾਸਤੇ ਲਿਆ ਕਰੋ। ਵੀ ਸਟਾਰਟਡ ਕ੍ਰੀਏਟਿੰਗ ਕਸਟਮਰ ਫਰੋਮ ਦਾ ਵੈਰੀ ਬਿਗਨਿੰਗ। ਉਹਦੇ ਬਾਅਦ ਸਾਡੇ ਥੱਲੇ ਲੋਕ ਸਪੋਂਸਰ ਹੋਣ ਲੱਗ ਗਏ, ਤੇ ਇਹਦਾ ਇੱਕ ਦੇ ਬਾਅਦ ਬੰਦੇ ਸਪੋਂਸਰ ਹੁੰਦੇ ਗਏ। ਮੈਂ ਤਾਂ ਇੱਕ ਚਾਰਟ ਪੇਪਰ ਦੇ ਉੱਤੇ ਗੋਲੇ ਲਾਉਂਦਾ ਹੁੰਦਾ ਸੀਗਾ,
मान लो मई का महीना एक गोला वाल है, लिखता अजीत पाल सिंह, एक बंदा स्पॉन्सर करके थले गोला मारता, दूसरा स्पॉन्सर की गोला मारता, तीजा करता गोला मारता, और पहले महीने तीन परसेंट अचीव किया। साढ़े वास्ते 3% बड़ी वड्डी गल सी, 3% साढ़ा 352,000 रुपए का चैक है, पर वी वर ऑन टॉप ऑफ वर्ल्ड। सानू ये लगा कि अहीं उन्हां लोगों में शामिल हो गए जिथे पैसे आते, मनी शेयरिंग, पैसे आने लग गए। मैं क्या हौली हौली आपे बदलगे, हौली हौली जीरो लग दिए जाएंगे अपने आप। उही काम होया, पहले महीने 3%, अगले महीने 6%, अगले महीने 12.5%, 6 तो, और 12 तो फिर थोड़े डाउन आए, 9 ते आए, फिर 12 ते गए, फिर 12, 15 सिल्वर। 9th, 10th मंथ आई वॉज फर्स्ट सिल्वर प्रोड्यूसर फ्रॉम चंडीगढ़। मौजा बन गया, लाला लाला मच गई, 40-42 हज़ार रुपया महीने की 50,000 तनखा इनकम हो गई, तनखा सैलरी मिलती होती के 11-12 हज़ार रुपया, और पैसे आने लगे जो मुकने नहीं, इन्ना पैसा आ गया, साड़ियाँ रेकोगनीशन आने लग गया, मीटिंग आने लग गया, मीटिंग सू स्टेज उ बुला के लाला लाला पै गई, लोग सैल्फिया लैन लग गए और खड़े हो गए, ताड़ियाँ बजन लग गए। मैं अजीतपाल जी ने कोई जानता नहीं, मांगट मांगट होने लग गया चार सवेरे, और इदा स्टोरी बनती बनती गई। और बिजनेस ज्यू ज्यू अं दिल्ली जाना, बिजनेस दीटिंग MBA को अटेंड करनी, प्रोडक्ट सैशन अटेंड करने, फिर MBA सू गोवा लै गया, ALS वास्ते फर्स्ट ALS इन गोवा, वो तो लंबी चौड़ी स्टोरी है, इन्ना टाइम नहीं है। ਆਪਾਂ ਜਦ ਗੋਆ ਗਏ, ਐਕਚੁਅਲੀ ਆਈ ਵਾਜ਼ ਸੋ ਮੱਚ ਬਿਜ਼ੀ ਇਨ ਬਿਲਡਿੰਗ ਬਿਜ਼ਨਸ, ਮੈਨੂੰ ਪਤਾ, ਮੈਂ ਸੋਚਿਆ ਮੈਂ ਕੁਆਲੀਫਾਈ ਨਹੀਂ ਕਰਦਾ ਗੋਆ ਵਾਸਤੇ, ਕਿਉਂਕਿ ਉਹਦੇ ਵਾਸਤੇ ਕੁਆਲੀਫਿਕੇਸ਼ਨ ਨਹੀਂ ਕਿ ਤੁਹਾਡੀਆਂ 8 ਕੁਆਲੀਫਿਕੇਸ਼ਨ ਆਉਣੀਆਂ ਚਾਹੀਦੀਆਂ, ਪਰ ਮੇਰੀਆਂ 6 ਕੁਆਲੀਫਿਕੇਸ਼ਨਾਂ ਸਿਰਫ ਹੋਈਆਂ, ਅਤੇ ਅਸੀਂ ਕਿਹਾ ਅਸੀਂ 6 ਜਾਂ 6 ਵਾਲੇ ਤਾਂ ਜਾਣਾ ਨਹੀਂ ਹੈ, ਪਰ ਸਾਨੂੰ ਵੋਲੀਅਮ ਇਕਵੀਲੈਂਸੀ ਨਾਲ ਇੱਕ ਹੋਰ MBA ਨੇ ਨਾਲ ਰੱਖਿਆ, ਇੱਕ ਕ੍ਰਾਈਟੀਰੀਆ ਉਹਦਾ ਸਾਨੂੰ ਪਤਾ ਨਹੀਂ ਗਿਆ, ਪਰ ਸਾਨੂੰ ਉਦੋਂ ਪਤਾ ਲੱਗਾ ਜਦ ਸਾਡੇ ਘਰ ਚਿੱਠੀ ਆ ਗਈ ਕਿ ਯੂ ਆਰ ਵੈਲਕਮ ਟੂ ਫਸਟ ALS ਐਟ ਗੋਆ, ਉਹ ਨਾਲ ਹੀ ਸਾਨੂੰ ਟਿਕਟਾਂ ਭੇਜ ਦਿਓ। ਹੁਣ ਤਾਂ ਔਨਲਾਈਨ ਟਿਕਟਾਂ ਆਉਂਦੀਆਂ ਨੇ, ਉਦੋਂ ਹਾਰਡ ਕਾਪੀ ਹਰੇ ਲਾਲ ਹਰੀਆਂ ਜਿਹੀਆਂ ਟਿਕਟਾਂ ਵੀ ਆਉਂਦੀਆਂ ਨਾਲ। ਅਸੀਂ ਇੱਕ ਦੂਜੇ ਵਾਲੇ ਵੇਖਿਆ, ਮੈਂ ਕਿਹਾ MBA ਲੱਗ ਗਈ ਕੋਈ ਗਲਤੀ, ਅਤੇ ਸਾਡੀ ਇਹ ਤਾਂ ਗਲਤੀ ਨਾਲ ਚੌਕੀ ਕਰ ਉਹਨਾਂ ਤੋਂ, ਪਰ ਬਾਅਦ ਵਿੱਚ ਪਤਾ ਚੱਲਿਆ ਕਿ ਅਸੀਂ ਉਹਦੇ ਵਾਸਤੇ ਕੁਆਲੀਫਾਈਡ ਸੀਗੇ ਡਿਊ ਟੂ ਅਦਰ ਥਿੰਗ। ਪਹਿਲੀ ਵਾਰੀ ਅਸੀਂ 5-star ਵੇਖਿਆ ਜ਼ਿੰਦਗੀ ਦਾ, ਪਹਿਲੀ ਵਾਰ ਅਸੀਂ ਹਵਾਈ ਜਹਾਜ਼ 'ਚ ਬਹਿ ਕੇ ਵੇਖੇ ਬੈਠੇ, ਪਹਿਲੀ ਵਾਰ ਦੁਨੀਆ ਦਾ ਵਨ ਆਫ ਦਾ ਬੈਸਟ ਰਿਜੋਰਟ ਲੀਲਾ ਰਿਜੋਰਟ ਦੇ ਵਿੱਚ ਗਏ, ਇਹ ਸਮੁੰਦਰ ਦਾ ਪਾਣੀ ਨਾਲ ਟੱਚ ਕਰਦੇ ਪੈਰਾਂ ਨੂੰ, ਉੱਥੋਂ ਦੇ ਪੂਲਸ ਐਂਡ ਆਈ ਵਾਜ਼ ਰੂਬੀ ਡਾਇਰੈਕਟ ਬਾਈ ਦੈਨ, ਔਰ ਰੂਬੀ ਦੀ ਇਨਕਮ ਜਿਹੜੀ ਮੇਰੀ 1,00,000 ਰੁਪਏ ਤੋਂ ਜ਼ਿਆਦਾ ਇਨਕਮ ਹੋ ਚੁੱਕੀ ਸੀ, ਐਂਡ ਆਈ ਵਾਜ਼ ਫੀਲਿੰਗ ਔਨ ਟੋਪ ਆਫ ਵਰਲਡ। ਔਰ ਉੱਥੇ ਜਾ ਕੇ ਜੋ ਟ੍ਰੀਟਮੈਂਟ ਦੇਖਿਆ, ਉੱਥੇ ਦੁਨੀਆ ਭਰ ਦੇ MBA ਦੇ ਵੱਡੇ ਵੱਡੇ ਲੀਡਰ ਦਿੱਗਜ ਜਦ ਦੇਖੇ, ਤੇ ਬਾਈਗਣ ਉੱਥੇ ਜਾ ਕੇ ਪਤਾ ਚੱਲਿਆ ਕਿ ਯਾਰ ਇਹ ਬਿਜ਼ਨਸ ਕਿਆ ਚੀਜ਼ ਹੈ, ਇਹ ਬਿਜ਼ਨਸ ਕਿੱਡਾ ਵੱਡਾ ਆ। ਉੱਥੇ ਜਾ ਕੇ ਲੱਗਾ, ਉੱਥੋਂ ਆ ਕੇ ਆਪਾਂ ਫੱਟੇ ਚੱਕਦੇ, ਆਪਾਂ ਦਿਨ ਰਾਤ ਇੱਕ ਕਰ ਦਿੱਤਾ, ਔਰ ਹੌਲੀ ਹੌਲੀ ਸਾਡੇ ਸਿਲਵਰ ਬ੍ਰੇਕ ਆਉਣ ਲੱਗ ਗਏ, ਇੱਕ ਲੈਗ ਬ੍ਰੇਕ ਹੋਈ, ਦੂਜੀ ਲੈਗ ਬ੍ਰੇਕ ਹੋਈ, ਰਣਵੀਰ ਮਾਗਟ ਬ੍ਰੇਕ ਹੋ ਗਿਆ, ਗੋਪੀ ਰਾਮ ਬ੍ਰੇਕ ਹੋ ਗਿਆ, ਦੇਸ਼ ਰਾਮ ਬ੍ਰੇਕ ਹੋਇਆ, ਤਾਂ ਬ੍ਰੇਕ ਆਉਣ ਲੱਗ ਗਏ ਲੋਕ, ਪਾਰਟੀਆਂ ਜੀ ਹੋ ਗਏ, ਔਰ ਆਪਾਂ ਐਮਰਲਡ ਹੋ ਗਏ। 2 ਸਾਲ ਦੇ ਵਿੱਚ ਉਹੀ ਵਾਰ ਐਮਰਲਡ, ਐਮਰਲਡ ਲੈਵਲ 'ਤੇ ਮੇਰੀ ਇਨਕਮ ਕੋਈ 1.5-2 ਲੱਖ ਰੁਪਏ ਮਹੀਨਾ ਹੋ ਗਈ। ਕਿੱਥੇ 1.5-2 ਲੱਖ ਮੈਂ ਸਾਲ ਦੀ ਤਨਖਾਹ ਲੈਂਦਾ ਹੁੰਦਾ, ਪੂਰੇ ਸਾਲ ਦੀ। ਸਾਨੂੰ ਹੁਣ ਪਤਾ ਨਾ ਲੱਗੇ ਕਰੀਏ ਕਿ ਪਹਿਲਾਂ 18% ਦੇ ਆਪਾਂ ਆਪਣੀ ਮਰੂਤੀ ਖਰੀਦ ਲਈ, ਰੂਬੀ ਬਣੇ ਦਾ ਆਪਾਂ ਉਹ ਖਰੀਦ ਲਈ, ਸੈਂਟਰ ਖਰੀਦ ਲਈ, ਔਰ ਜਿੱਦਣ ਆਪਾਂ ਐਮਰਲਡ ਬਣ ਗਏ, ਵੀ ਬਾਟ ਲਾਂ ਸਰਕਾਰ, ਤਾਂ ਮੈਂ ਉਹ ਸਰਕਾਰ ਸਟਿਲ ਵੀ ਆਰ ਇਨ ਸਰਕਾਰੀ ਕੁਆਟਰ। ਛੋਟਾ ਜਿਹਾ ਉਹਦਾ ਗੇਟ ਹੁੰਦਾ ਸੀਗਾ, ਬੜੀ ਮੁਸ਼ਕਲ ਨਾਲ ਗੱਡੀ ਲੰਘਣੀ, ਪਰ ਆਪਣੀ ਫਿਰ ਪ੍ਰੈਕਟਿਸ ਨਹੀਂ ਆਈ ਤਾਂ ਥਾਹ ਕਹਿੰਦੀ ਵੜਦੇ ਹੁੰਦੇ ਸੀ ਅੰਦਰ, ਤਾਂ ਸਕੂਲ ਵੀ ਮੈਂ ਉਸੇ ਕਾਰ 'ਤੇ ਪੜ੍ਹਾਉਣ ਜਾਂਦਾ ਹੁੰਦਾ ਸੀ। ਐਮਰਲਡ ਬਣ ਕੇ 1.5-2 ਲੱਖ ਰੁਪਏ ਮਹੀਨਾ ਇਨਕਮ ਪੜ੍ਹਾਇਆ, ਕਿੱਥੇ ਜਾਂਦਾ ਸੀਗਾ, ਪਰ ਸਕੂਲ ਜਾਂਦੇ ਸੀ ਕਾਰ ਖੜੀ ਕਰਕੇ ਪਹਿਲਾਂ ਇੱਧਰ ਉੱਧਰ ਦੇਖਣਾ ਕਾਰ ਵੱਲ, ਨਿਆਣੇ ਵੀ ਭੱਜ ਕੇ ਆਏ ਸਾਰੇ, ਹਰੇ ਸਾਰ ਆ ਗਏ ਕਾਰ ਦੇ ਦੁਆਲੇ ਹੋਇਆ ਸਾਰਿਆ। ਔਰ ਮਾੜੀ ਗੱਲ ਇਹ ਸੀ ਕਿ ਪ੍ਰਿੰਸੀਪਲ ਸਕੂਟਰ 'ਤੇ ਆਉਂਦਾ ਸੀ, ਹੈ ਨਾ, ਕੋਈ ਗੱਲ ਨਹੀਂ, ਰਿਐਲਿਟੀ ਹੈ। ਔਰ ਇਸ ਲੈਵਲ 'ਤੇ ਜਾ ਕੇ ਦੈਨ ਆਈ ਲੈਫਟ ਮਾਈ ਜੋਬ, ਫਿਰ ਮੇਰਾ ਜੀ ਨਹੀਂ ਕਰਦਾ ਪੜ੍ਹਾਉਣ ਨੂੰ, ਮੈਂ ਕਿਹਾ ਯਾਰ ਕਿ ਹੋਰ ਨੂੰ ਚਾਂਸ ਦਿਓ, ਫਿਰ ਆਈ ਲੈਫਟ ਮਾਈ ਜੋਬ। ਮੈਂ ਆਪਣੀ ਸਰਕਾਰੀ ਨੌਕਰੀ ਛੱਡ ਦਿੱਤੀ, ਸਰਕਾਰੀ ਮਕਾਨ ਛੱਡ ਦਿੱਤਾ, ਅਤੇ ਆਪਾਂ ਮੋਹਾਲੀ ਦੇ ਵਿੱਚ ਕਨਾਲ ਦੀ ਵੱਡਾ ਬੰਗਲਾ ਲੈ ਕੇ ਉੱਥੇ ਕਿਰਾਏ 'ਤੇ ਰਹਿਣਾ ਸ਼ੁਰੂ ਕਰ ਦਿੱਤਾ। ਔਰ 2004 ਦੇ ਵਿੱਚ ਅਸੀਂ ਡਾਇਮੰਡ ਬਣ ਗਏ, ਡਾਇਮੰਡ ਬਣ ਗਏ ਅਤੇ ਹੋਰ ਬੱਲੇ ਬੱਲੇ ਹੋ ਗਈ ਪੈਸੇ ਦੇ, ਅਤੇ ਬੇਅੰਤ ਪੈਸਾ ਹੋ ਗਿਆ ਬੈਂਕ 'ਚ, ਕਦੀ ਪੈਸੇ ਇੰਨੇ ਵੇਖੇ ਨਹੀਂ, ਇੰਨੇ ਪੈਸੇ ਆਉਣ ਲੱਗੇ, ਇੰਨੇ GIB ਐਂਡ ਐਨੂਅਲ ਬੋਨਸ ਜ਼ਿਆਦਾ ਆਏ ਬਾਈ ਗਾਰਡ। ਮੈਂ ਤਾਂ ਆਪਣਾ ਅਕਾਊਂਟ ਵੇਖ ਵੇਖ ਕੇ ਮੈਂ ਕਿਹਾ ਯਾਰ ਕਦੀ ਸੋਚਿਆ ਨਹੀਂ ਹੈ ਕਿ ਇੰਨਾ ਪੈਸਾ ਸਾਨੂੰ ਵੀ ਕਦੀ ਅਸੀਂ ਵੇਖ ਸਕਦੇ ਹਾਂ, ਔਰ ਅਸੀਂ ਭੱਜੇ ਫਿਰੀਏ ਵੀ ਕਿਤੇ ਭਜਾਣਾ ਪੂਨਾ ਕਰੀਏ, ਕੋਈ ਕੋਈ ਸਮਾਨ ਖਰੀਦੀਏ, ਕਿਉਂਕਿ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ। ਔਰ ਡਾਇਮੰਡ ਬਣੇ ਕੰਪਨੀ ਸਾਨੂੰ ਲਾਸ ਵੈਗਸ ਲੈ ਗਈ, ਲਾਸ ਵੈਗਸ ਦੇ ਵਿੱਚ ਅਸੀਂ ਗਏ, ਜਾ ਕੇ ਦੇਖਿਆ ਕਿਆ ਸ਼ਹਾਨਾ ਉੱਥੇ ਸਾਡਾ ਸਿਸਟਮ,
और बहुत ही कमाल दा जिंदगी बिल्कुल 180 डिग्री ते चेंज हो गई ड्यू टू एमबीए बिजनेस। सोच के डर लगता जे कितने एमबीए दे सिर एम ना लिया हुंदा वी जे कितने एम नहीं लगया हुंदा अज की हाल हुंदा साडा है ना। तो अज वी आर फुली रिटायर्ड, साडे बच्चे दे आर हैप्पी, दे आर लिविंग इन ऑस्ट्रेलिया, वो इंडिया दे विच प्लैटिनम ने, मेरी बेटी भी बेटा भी, और वी आर फाउंडर ईडीसी। पिछले 2019 दे विच आपां फाउंडर ईडीसी कीता एंड साड़ी ग्रुप दे विच बहुत सारे डायमंड एंड एमरल्ड एंड प्लैटिनम एंड गोल्ड एंड सिल्वर ब्रॉन्ज ने, और बहुत सारे डायमंड इन दी मेकिंग ने। अगले 2000 साल दे विच वेख लैणा ला देंगे अपन डायमंड्स दी। तो तुसी भी आ सकते हो, तुसी जो भी ये बीबीएस मेरा देख रहे हो, अगर तुसी चाहो, अगर तुहाडे दिल विच भी कोई इहो जी कि मैं जिथे भी हैगा उत्थे अगे जाना चाहुंदा, तो दिस बिजनेस इज फॉर यू, वी आर विद यू, अहीं तुहाडे नाल है। और थोड़ी जी मेहनत करनी पेगी, थोड़ा सीखना पेगा। मेरी वाइफ ने हर वेले मेरे नाल मोढ़े नाल मोढ़ा जोड़ के बिजनेस दे विच मेरी हेल्प की थी, क्योंकि बिजनेस हस्बैंड वाइफ का है, क्योंकि घर का जिहड़ी मालिक रियल होंदी है वो वाइफ ही होंदी है, बंदा नहीं होंदा। जब वाइफ पॉजिटिव हो जाती है तो समझो सारा घर सारा परिवार पॉजिटिव हो गया। तो साड़ी यही खुशनसीबी रही कि वाइफ ने पहले दिन तो मेरे नाल रही, आप रल के दुनिया भर दी सैर करते हैं, इकट्ठे जाने जिथे भी जाइए और इकट्ठे बिजनेस बिल्ड करते हैं। तो तुम उन्होंने जबानी सुनो कि उन्होंने की मैसेज है वो कहते हैं। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਰਣਧੀਰ ਮਾਂਗਟ ਹੈ ਔਰ ਸਾਡੀ ਤਾਂ ਪਲੈਨਿੰਗ ਸੀਗੀ ਕਿ ਬੱਚਿਆਂ ਨੂੰ ਉੱਥੇ ਲੈ ਕੇ ਜਾਵਾਂਗੇ ਚੰਡੀਗੜ੍ਹ, ਇਹਦੇ ਪੜ੍ਹ ਲਿਖ ਜਾਣਗੇ ਤੇ ਫਿਰ ਸੋਚਾਂਗੇ, ਪਰ ਪਰਮਾਤਮਾ ਦੀ ਕੋਈ ਹੋਰ ਪਲੈਨਿੰਗ ਸੀਗੀ। ਅਸੀਂ ਐਮਵੇ ਦੇਖਿਆ ਫਸਟ ਟਾਈਮ ਤਾਂ, ਜਦ ਦੇਖਿਆ ਮੇਰੇ ਹਸਬੈਂਡ ਦੇਖ ਕੇ ਆਏ ਤਾਂ ਬੜੇ ਐਕਸਾਈਟਡ ਆਏ, ਮੈਨੂੰ ਕਿਹਾ ਪਰ ਮੈਨੂੰ ਲੱਗਦਾ ਨਹੀਂ ਕਿ ਅਸੀਂ ਕਰ ਪਾਵਾਂਗੇ। ਕਿਉਂ ਲੱਗਦਾ ਸੀ? ਕਿਉਂਕਿ ਬਿਜ਼ਨਸ ਤਾਂ ਵੈਸੇ ਮੈਨੂੰ ਡਰ ਲੱਗਣ ਲੱਗ ਗਿਆ ਸੀ। ਪਹਿਲਾਂ ਵੀ ਅਸੀਂ ਬੜੇ ਬਿਜ਼ਨਸ ਕੀਤੇ, ਲੱਗਦਾ ਹੁੰਦਾ ਸੀ ਕਿ ਬਿਜ਼ਨਸ 'ਚ ਬੜੇ ਪੈਸੇ ਆਉਂਦੇ ਆ, ਪਰ ਜੋ ਟ੍ਰੈਡੀਸ਼ਨਲ ਬਿਜ਼ਨਸ ਹੁੰਦਾ ਹੈ ਉਹਦੀ ਖੂਹ ਦੀ ਮਿੱਟੀ ਖੂਹ 'ਚ ਹੀ ਚੱਲਦੀ, ਹੌਲੀ ਹੌਲੀ ਤੁਰੀ ਜਾਂਦੀ ਹੈ। ਇਸ ਕਰਕੇ ਲੱਗਦਾ ਸੀ ਕਿ ਨਹੀਂ ਕਰ ਪਾਵਾਂਗੇ, ਪਰ ਥੈਂਕਸ ਗੋਡ ਕਿ ਮੈਂ ਵੀ ਇੱਕ ਦਿਨ ਪਲੈਨ ਦੇਖਿਆ ਫਿਰ ਅਸੀਂ ਡਿਸਾਈਡ ਕੀਤਾ ਕਿ ਅਸੀਂ ਇਹ ਬਿਜ਼ਨਸ ਕਰਾਂਗੇ। ਇੱਕ ਸਾਲ ਇਹਨੂੰ ਟਾਈਮ ਦਿੱਤਾ ਕਿ ਇੱਕ ਸਾਲ ਹੀ ਕਰਕੇ ਦੇਖਾਂਗੇ, ਇੱਕ ਸਾਲ ਅਸੀਂ ਆਪਣਾ ਕੰਮ ਕਰੀ ਜਾਵਾਂਗੇ, ਚਾਹੇ ਕੋਈ ਪੈਸਾ ਆਵੇ ਚਾਹੇ ਨਾ ਆਵੇ, ਜਿਵੇਂ ਵੀ ਅਸੀਂ ਆਪਣਾ ਕੰਮ ਕਰਾਂਗੇ। ਤਾਂ ਅਸੀਂ ਕੰਮ ਕਰਨਾ ਸਟਾਰਟ ਕਰ ਦਿੱਤਾ। ਫਸਟ ਮੰਥ ਹੀ ਸਾਨੂੰ ਇੱਕ ਛੋਟਾ ਜਿਹਾ ਬੈਂਕ ਡਰਾਫਟ ਆ ਗਿਆ, ਤਾਂ ਲੱਗਿਆ ਕਿ ਕਰਾਂਗੇ ਇਹਨੂੰ, ਹੈ ਨਾ। ਬੈਂਕ ਡਰਾਫਟ ਨੂੰ ਦੇਖ ਕੇ ਅਸੀਂ ਇੰਨੇ ਖੁਸ਼ ਹੋਏ ਸੀ ਕਿ ਚਲੋ ਥੋੜਾ ਜਿਹਾ ਕੰਮ ਕੀਤਾ, ਥੋੜੇ ਜਿਹੇ ਪੈਸੇ ਆਏ, ਜਿੱਦਣ ਵੱਡਾ ਕੰਮ ਕਰਾਂਗੇ ਵੱਡੇ ਪੈਸੇ ਆ ਜਾਣਗੇ। ਤਾਂ ਅਸੀਂ ਆਪਣਾ ਕੰਮ ਕਰਦੇ ਗਏ, ਲੋਕਾਂ ਨਾਲ ਪ੍ਰੋਡਕਟ ਸ਼ੇਅਰ ਕਰਦੇ ਰਹੇ, ਪ੍ਰੋਡਕਟਸ ਦੀ ਡੈਮੋ ਕਰਦੇ ਰਹੇ। ਬਾਰ ਬਾਰ ਅਸੀਂ ਆਪਣੇ ਘਰ ਡੈਮੋ ਕਰਕੇ ਦੇਖਦੇ ਹੁੰਦੇ ਸੀ ਪਹਿਲਾਂ ਪ੍ਰੋਡਕਟਸ ਦੀ। ਜਦ ਲੱਗਾ ਕਿ ਪ੍ਰੋਡਕਟਸ ਬੜੇ ਵਧੀਆ ਨੇ ਤਾਂ ਅਸੀਂ ਲੋਕਾਂ ਨਾਲ ਸ਼ੇਅਰ ਕਰਨੇ ਸਟਾਰਟ ਕਰ ਦਿੱਤੇ, ਲੋਕਾਂ ਨਾਲ ਗੱਲਬਾਤ ਕਰਦੇ ਸੀ। ਲੋਕ ਲਾ ਆਫ ਐਵਰੇਜ ਦੇ ਹਿਸਾਬ ਨਾਲ ਲੋਕ ਨੋ ਵੀ ਕਹਿੰਦੇ ਸੀ, ਲੋਕ ਯੈਸ ਵੀ ਕਹਿੰਦੇ ਸੀ। ਜਿਹੜੇ ਯੈਸ ਕਹਿੰਦੇ ਸੀ ਉਹ ਸਾਡੇ ਨਾਲ ਜੁੜਦੇ ਗਏ, ਜਿਹੜੇ ਨੋ ਕਹਿੰਦੇ ਸੀ ਉਹ ਆਪਣਾ ਆਪਣਾ ਕਾਰੋਬਾਰ ਕਰਦੇ ਗਏ। ਅਸੀਂ ਨਹੀਂ ਪਿੱਛੇ ਮੁੜ ਕੇ ਦੇਖਿਆ ਕਿ ਕੌਣ ਨੋ ਕਰਦਾ ਹੈ ਕੌਣ ਯੈਸ ਕਰਦਾ ਹੈ, ਅਸੀਂ ਸਿਰਫ ਆਪਣਾ ਕੰਮ ਕੀਤਾ। ਸਾਨੂੰ ਇੰਨਾ ਯਕੀਨ ਸੀਗਾ ਕਿ ਅਸੀਂ ਆਪਣਾ ਕੰਮ ਕਰਦੇ ਜਾਵਾਂਗੇ ਤਾਂ ਪਰਮਾਤਮਾ ਸਾਨੂੰ ਰਿਵਾਰਡ ਤਾਂ ਦੇਵੇਗਾ ਹੀ ਦੇਵੇਗਾ। ਸੋ ਅਸੀਂ ਆਪਣਾ ਕੰਮ ਕਰਦੇ ਗਏ ਤਾਂ ਪਤਾ ਹੀ ਨਹੀਂ ਚੱਲਿਆ, ਅਸੀਂ ਆਪਣੀ ਜਰਨੀ ਨੂੰ ਪੂਰਾ ਇੰਜੋਏ ਕੀਤਾ। ਕਦੀ ਇਹ ਨਹੀਂ ਦੇਖਿਆ ਕਿ ਪਤਾ ਨਹੀਂ ਅਸੀਂ ਬੜੇ ਦੁਖੀ ਹੋ ਕੇ ਕਰ ਰਹੇ ਹਾਂ, ਬੜੇ ਪੂਰੇ ਐਕਸਾਈਟਡ ਹੁੰਦੇ ਸੀਗੇ ਜਦ ਅਸੀਂ ਕੰਮ ਕਰਦੇ ਸੀ। ਕੰਮ ਕਰਦੇ ਹੀ ਫੁੱਲੀ ਐਕਸਾਈਟਡ ਤੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਸੀ। ਲੋਕਾਂ ਨੂੰ ਵੈਸੇ ਹੀ ਬੜਾ ਇੰਟਰਸਟ ਹੁੰਦਾ ਸੀ ਕਿ ਗੱਲਾਂ ਬਾਤਾਂ ਸੁਣੀਏ। ਉਹਨਾਂ ਦਿਨਾਂ 'ਚ ਕੋਈ ਇੰਨਾ ਲੰਬਾ ਚੌੜਾ ਇਹ ਨਹੀਂ ਸੀਗਾ, ਚੰਡੀਗੜ੍ਹ ਕੋਈ ਆਫਿਸ ਨਹੀਂ ਸੀਗਾ, ਸਭ ਕੁਛ ਦਿੱਲੀ ਤੋਂ ਲੈ ਕੇ ਆਉਣਾ ਪੈਂਦਾ ਸੀ, ਕਿੱਟਸ ਦਿੱਲੀ ਤੋਂ ਆਉਂਦੀਆਂ ਸੀ, ਬਾਹਰ ਕੋਈ ਪ੍ਰੋਡਕਟਸ ਨਹੀਂ ਹੈ। ਕਿੱਟ ਹੀ ਇੱਕ ਹੁੰਦੀ ਸੀ, ਉਹਦੇ ਅੰਦਰ ਹੀ 6 ਪ੍ਰੋਡਕਟਸ ਹੁੰਦੇ ਸੀ, ਬਸ ਉਹੀ ਅਸੀਂ ਲੋਕਾਂ ਨਾਲ ਸ਼ੇਅਰ ਕਰਦੇ, ਕਿਉਂਕਿ ਜਦੋਂ ਵੀ ਸਪੋਂਸਰ ਕਰਦੇ ਹਾਂ ਕਿੱਟ ਦੇਣੀ ਪੈਂਦੀ, ਤੇ ਉਹ ਕਿੱਟ 'ਚ 6 ਪ੍ਰੋਡਕਟਸ ਅਸੀਂ ਦਿੰਦੇ ਹਾਂ, ਉਹ ਲੋਕਾਂ ਨਾਲ ਸ਼ੇਅਰ ਕਰਦੇ ਹਾਂ। ਲੋਕ ਸਾਡੇ ਘਰ ਹੀ ਆਉਂਦੇ ਸੀ ਕਿਉਂਕਿ ਅਸੀਂ ਦਿੱਲੀ ਤੋਂ ਸਮਾਨ ਲੈ ਕੇ ਆਉਂਦੇ ਹਾਂ, ਲੋਕ ਸਾਡੇ ਘਰ ਆਉਂਦੇ ਸੀ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਸੀ। ਇਹੋ ਜਿਹੀ ਗੱਲਬਾਤ ਹੁੰਦੀ ਕਿ ਲੋਕਾਂ ਦਾ ਉੱਠਣ ਨੂੰ ਦਿਲ ਨਹੀਂ ਕਰਦਾ, ਏਦਾਂ ਲੱਗਦਾ ਹੁੰਦਾ ਸੀ ਇੱਥੇ ਕੋਈ ਇੰਨਾ ਮਜ਼ਾ ਆ ਰਿਹਾ, ਇੰਨੇ ਮਜ਼ੇ ਨਾਲ ਕੋਈ ਚਾਹ ਪੀ ਰਿਹਾ, ਕੋਈ ਕੁਛ ਕਰ ਰਿਹਾ, ਹੈ ਨਾ, ਬੜਾ ਮਜ਼ੇਦਾਰ ਜਿਹਾ ਮਾਹੌਲ ਬਣ ਜਾਂਦਾ ਸੀ। ਐਮਵੀ ਦੀਆਂ ਗੱਲਾਂ ਹੀ ਲੋਕਾਂ ਨੂੰ ਇੰਨੀਆਂ ਚੰਗੀਆਂ ਲੱਗਦੀਆਂ ਹੁੰਦੀਆਂ ਕਿ ਲੋਕ ਉੱਠਣ ਨੂੰ ਮਨ ਹੀ ਨਹੀਂ ਸੀ ਕਰਦਾ। ਏਦਾਂ ਹੀ ਬਿਜ਼ਨਸ ਆਪਣਾ ਬਿਲਡ ਕੀਤਾ, ਹਰ ਇੱਕ ਪਲ ਹੀ ਇੰਜੋਏ ਕੀਤਾ ਬਿਜ਼ਨਸ ਦਾ। ਹੌਲੀ ਹੌਲੀ ਸਾਡੀਆਂ ਪਿੰਸ ਵਧਣ ਲੱਗ ਗਈਆਂ, ਹੌਲੀ ਹੌਲੀ ਟ੍ਰਿਪਸ ਮਿਲਣ ਲੱਗ ਗਏ। ਜਦ ਅਸੀਂ ALS ਤੇ ਜਾਂਦੇ ਸੀ ਜਾਂ ਕਿਤੇ ਵੀ ਜਾਂਦੇ ਸੀ ਤੇ ਸਾਡੀ ਟੀਮ ਦੇ ਲੋਕ ਬਹੁਤ ਐਕਸਾਈਟਡ ਹੋ ਜਾਂਦੇ, ਇਹ ਉਹ ਦੇਖ ਕੇ ਐਕਸਾਈਟਡ ਹੋ ਜਾਂਦੇ ਸੀ, ਕਿਉਂਕਿ ਫੇਥ ਆ ਜਾਂਦਾ ਸੀ ਕਿ ਅੱਜ ਇਹ ਜਾ ਰਹੇ ਨੇ ਕੱਲ੍ਹ ਨੂੰ ਅਸੀਂ ਵੀ ਜਾਵਾਂਗੇ।
ਇਸ ਸੇਮ ਵੇ ਅੱਜ ਬਹੁਤ ਸਾਰੇ ਲੋਕ ਜਾਂਦੇ ਨੇ, ਸਿਰਫ ਕੰਮ ਇੰਨਾ ਹੈ ਕਿ ਅਸੀਂ ਜੋ ਡਿਸੀਜਨ ਲਿਆ ਸੀ ਅਸੀਂ ਉਹਦੇ ਤੇ ਪੱਕੇ ਰਹੇ। ਕਈ ਵਾਰ ਕੀ ਹੁੰਦਾ ਹੈ ਕਿ ਅਸੀਂ ਕੋਈ ਚੀਜ਼ ਡਿਸਾਈਡ ਕਰ ਲੈਂਦੇ ਹਾਂ ਪਰ ਉਹਦੇ ਜਰਨੀ ਨਹੀਂ ਪੂਰੀ ਕਰਦੇ, ਰਸਤੇ ਜਾਂ ਤਾਂ ਸਟੋਪ ਕਰ ਦਿੰਦੇ ਹਾਂ ਜਾਂ ਵਾਪਸ ਆ ਜਾਂਦੇ ਹਾਂ, ਫਿਰ ਤਾਂ ਕੋਈ ਉਹ ਹੈ ਨਹੀਂ ਨਾ। ਏਦਾਂ ਹੀ ਹੈ ਕਿ ਜਦ ਡਿਸੀਜਨ ਲਿਆ ਪੱਕਾ ਲਿਆ, ਰਾਹ ਛੋਟੇ ਮੋਟੇ ਚੈਲੇਂਜ ਆਉਣਗੇ, ਵੈਸੇ ਵੀ ਲਾਈਫ 'ਚ ਆਉਂਦੇ ਆ, ਚੈਲੇਂਜ ਤਾਂ ਕਿੱਥੇ ਨਹੀਂ ਆਉਂਦੇ, ਜੋਬ 'ਚ ਵੀ ਆਉਂਦੇ ਨੇ, ਵੈਸੇ ਬਿਜ਼ਨਸ 'ਚ ਵੀ ਆਉਂਦੇ ਨੇ, ਤੇ ਐਮਵੇ 'ਚ ਵੀ ਕੋਈ, ਐਮਵੇ 'ਤੇ ਕੋਈ ਚੈਲੇਂਜ ਹੈ ਹੀ ਨਹੀਂ, ਛੋਟਾ ਮੋਟਾ ਇੱਕੋ ਹੀ ਚੈਲੇਂਜ ਹੈ ਐਮਵੇ 'ਚ, ਹਾਏ ਲੋਕ ਮੈਨੂੰ ਨੋ ਕਹਿ ਦੇਣਗੇ। ਫਿਰ ਕੀ ਹੋ ਗਿਆ ਨੋ ਕਹਿ ਦੇਣਗੇ, ਇਹਦੇ ਸਾਰਿਆਂ ਥੋੜ੍ਹੀ ਜਸ ਕਹਿਣੀ, ਸਾਰੇ ਲੋਕ ਇੰਜੀਨੀਅਰ ਨਹੀਂ ਬਣਦੇ, ਸਾਰੇ ਡਾਕਟਰ ਨਹੀਂ ਬਣਦੇ, ਸਾਰੇ ਇੱਕੋ ਹੀ ਕੰਮ ਨਹੀਂ ਕਰਦੇ। ਸੇਮ ਵੇ ਐਮਵੇ ਵੀ ਸਾਰਿਆਂ ਨੇ ਨਹੀਂ ਕਰਨਾ। ਅਗਰ ਅਸੀਂ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਬਲਕ 'ਚ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਲਾ ਆਫ ਐਵਰੇਜ ਦੇ ਹਿਸਾਬ ਨਾਲ ਲੋਕ ਆਉਂਦੇ ਨੇ, ਏਦਾਂ ਹੀ ਸਾਡੇ ਆਏ, ਸਾਨੂੰ ਕੋਈ ਯਾਦ ਨਹੀਂ ਕਿ ਸਾਨੂੰ ਨੋ ਕਿੰਨੇ ਕਿਹਾ ਸੀ, ਕਿਹੜਾ ਸਾਡੇ ਨਾਲ ਨਹੀਂ ਆਇਆ, ਪਰ ਜਿਹੜੇ ਨਾਲ ਆਏ ਉਹ ਸਾਨੂੰ ਯਾਦ ਨੇ। ਔਰ ਏਦਾਂ ਹੀ ਕਰਦੇ ਕਰਦੇ ਬਿਜ਼ਨਸ ਬਣ ਗਿਆ, ਸਾਡੀ ਸਟੋਰੀ ਬਣ ਗਈ, ਕਿਉਂਕਿ ਸਟੋਰੀ ਇਹੋ ਹੈ ਜਦ ਅਸੀਂ ਪਿੰਡ ਤੋਂ ਉੱਠ ਕੇ ਚੰਡੀਗੜ੍ਹ ਆਏ ਸੀ ਤੇ ਇੱਕ ਬੜੀ ਵੱਡੀ ਚੇਂਜ ਸੀਗੀ ਉਹ ਵੀ, ਪਰ ਡਿਸੀਜਨ ਲਿਆ ਸੀਗਾ। ਉਦੋਂ ਹੀ ਬੜੇ ਲੋਕਾਂ ਨੇ ਕਈ ਵਾਰੀ ਲੱਤਾਂ ਖਿੱਚਦੇ ਨੇ, ਉੱਥੇ ਕੀ ਕਰੋਗੇ, ਮਹਿੰਗਾ ਸ਼ਹਿਰ ਆ, ਸਸਤਾ ਸ਼ਹਿਰ ਆ, ਜੇ ਹੋ ਜਾਏਗਾ ਵੋ ਹੋ ਜਾਏਗਾ, ਪਰ ਅਸੀਂ ਆਪਣੇ ਡਿਸੀਜਨ ਤੇ ਪੱਕੇ ਰਹੇ। ਸੇਮ ਵੇ ਅਗਰ ਡਿਸਾਈਡ ਕਰ ਲਿਆ ਇੱਥੇ ਆਪਣੇ ਡਿਸੀਜਨ ਲਈ ਪੱਕੇ ਰਹਾਂਗੇ, ਇੱਕ ਦਿਨ ਜ਼ਰੂਰ ਡਾਇਮੰਡ ਜਾਵਾਂਗੇ। ਥੈਂਕ ਯੂ ਵੈਰੀ ਮੱਚ। ਹਾਂ, ਲਾਸਟ ਵਿੱਚ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦਾ ਕਿ ਜਦ ਅਸੀਂ ਵੀ ਸ਼ੁਰੂ ਕੀਤਾ ਸੀ ਉਹਨਾਂ ਦਿਨਾਂ ਦੇ ਵਿੱਚ ਐਮ ਬੀ ਏ ਦੇ ਪ੍ਰੋਡਕਟ ਵੀ ਬੜੇ ਥੋੜ੍ਹੇ ਸੀ, ਲੋਕਾਂ ਦੇ ਵਿੱਚ ਕੋਈ ਇੰਨੀ ਅਵੇਅਰਨੈਸ ਨਹੀਂ, ਔਰ ਜੇ ਸੋਸ਼ਲ ਮੀਡੀਆ ਐਂਡ ਡਿਜੀਟਲ ਜਿਹੜੀਆਂ ਚੀਜ਼ਾਂ ਨੇ ਇਹ ਉਦੋਂ ਨਹੀਂ ਸੀਗੀਆਂ। ਮੈਂ ਤੁਹਾਨੂੰ ਐਂਡ ਵਿੱਚ ਇਹ ਗੱਲ ਕਹਿਣਾ ਚਾਹੁੰਦਾ ਕਿ ਅੱਜ ਦੀ ਡੇਟ ਦੇ ਵਿੱਚ ਇਹ ਬਹੁਤ ਹੀ ਸੌਖਾ ਹੋ ਗਿਆ ਕਿ ਬਿਜ਼ਨਸ ਕੇ ਨਾਓ ਵੀ ਕੈਨ ਬਿਲਡ ਇਟ ਡਿਜੀਟਲੀ ਔਨ ਸੋਸ਼ਲ ਪਲੇਟਫਾਰਮਸ। ਅਸੀਂ ਆਪਣੀ ਕਮਿਊਨਿਟੀਆਂ ਬਣਾ ਕੇ, ਔਰ ਅੱਜ ਕੱਲ੍ਹ ਇੰਨਾ ਜ਼ਿਆਦਾ ਜੋ ਕਸਟਮਰ ਆ ਇੰਡੀਆ ਦੇ ਵਿੱਚ, ਜਿੰਨੀ ਪ੍ਰੋਡਕਟ ਦੀ ਕੰਜਪਸ਼ਨ ਹੋ ਰਹੀ ਹੈ ਐਮਵੇ ਦੀ, ਮੋਸਟਲੀ ਦੇ ਆਰ ਡਨ ਬਾਈ ਕਸਟਮਰਸ। ਤੋ ਹਰ ਬੰਦੇ ਨੂੰ ਅੱਜ ਪਤਾ ਚੱਲ ਗਿਆ ਕਿ ਐਮਵੇ ਇਜ਼ ਅ ਗ੍ਰੇਟ ਕੰਪਨੀ, ਪ੍ਰੋਡਕਟਸ ਆਰ ਗ੍ਰੇਟ ਐਂਡ ਦੇ ਕੈਰੀ ਵੈਲਿਊ ਇਨ ਇਟ। ਇਸ ਕਰਕੇ ਅੱਜ ਦੀ ਰੇਟ ਦੇ ਵਿੱਚ ਕਸਟਮਰ ਬਣਾਉਣਾ ਇਜ਼ ਸੋ ਸਿੰਪਲ, ਔਰ ਹਰ ਬੰਦਾ ਜਿਹੜਾ ਉਹ 20-30-50,000 ਰੁਪਏ ਦਾ ਬਿਜ਼ਨਸ ਕਸਟਮਰ ਕਰਕੇ ਕਰ ਲੈਂਦਾ ਹੈ। ਤੋ ਅੱਜ ਮੈਂ ਕਹਿੰਦਾ ਕਿ ਅੱਜ ਦੀ ਡੇਟ ਦੇ ਵਿੱਚ ਤੁਸੀਂ ਬਿਜ਼ਨਸ ਅਗਰ ਕਰ ਰਹੇ ਹੋ, ਨਾਓ ਇਟਸ ਦਾ ਏਜ ਆਫ ਦਾ ਡਿਜੀਟਲ ਇੰਡੀਆ ਡਿਜੀਟਲ ਵਰਲਡ, ਤੇ ਵੀ ਕੈਨ ਡੂ ਇਟ। ਅੱਜ ਵੀ ਦੇਖੋ ਜੇ BBS ਸਰ ਸੁਣ ਰਹੇ ਹੋ, ਦਿਸ ਇਜ਼ ਆਲ ਡਿਜੀਟਲ। ਤੁਸੀਂ ਆਪਣੇ ਮੋਬਾਈਲ ਦੇ ਉੱਤੇ ਆਪਣੇ ਕਮਰੇ 'ਚ ਬਹਿ ਕੇ ਆਪਣੇ ਡਰਾਈਵ ਵਿੱਚ ਬੈਠ ਕੇ ਦੇਖ ਰਹੇ ਹੋ, ਇਹ ਅੱਜ ਤੋਂ 10 ਸਾਲ ਪਹਿਲਾਂ ਇਹ ਕੁਝ ਨਹੀਂ ਸੀਗਾ। ਦਿਸ ਇਜ਼ ਅ ਬਿਗ 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 ਇੱਕ ਤਰ੍ਹਾਂ ਦਾ ਇਨਹਾਂਸਰ ਇਨ ਆਵਰ ਬਿਜ਼ਨਸ। ਔਰ ਅੱਜ ਦੀ ਡੇਟ 'ਚ ਮੈਂ ਤੁਹਾਨੂੰ ਇਹੀ ਮੇਰਾ ਐਂਡ ਦੇ ਵਿੱਚ ਮੈਸੇਜ ਹੈ ਕਿ ਐਨੀ ਬੋਡੀ ਹੂ ਇਜ਼ ਸੀਰੀਅਸ ਅਬਾਊਟ ਹਿਜ਼ ਲਾਈਫ, ਹੀ ਕੈਨ ਡੂ ਦਿਸ। ਥੈਂਕ ਯੂ ਵੈਰੀ ਮੱਚ। ਥੈਂਕ ਯੂ ਮਿਸਟਰ ਐਂਡ ਮਿਸਿਸ ਮਾਂਗੜ ਫਾਰ ਦਿਸ ਇਨਸਪਾਇਰਿੰਗ ਸਟੋਰੀ, ਐਂਡ ਮੈਨੂੰ ਹੋਪ ਹੈ ਕਿ ਅੱਜ ਬਹੁਤ ਸਾਰੇ ਲੋਕਾਂ ਨੂੰ ਉਮੀਦ ਜਾਗੀ ਹੋਏਗੀ ਕਿ ਅਸੀਂ ਵੀ ਇੱਕ ਵੱਡਾ ਬਿਜ਼ਨਸ ਬਿਲਡ ਕਰ ਸਕਦੇ ਹਾਂ ਜਿਸ ਲੈਵਲ ਤੱਕ ਮਿਸਟਰ ਐਂਡ ਮਿਸਿਸ ਮਾਂਗੜ ਨੇ ਕੀਤਾ। ਔਰ ਹੋਰ ਵੀ ਦੇ ਆਰ ਹੰਡਰਡਸ ਆਫ ਪੀਪਲ ਜਿਹੜੇ ਇਸ ਬਿਜ਼ਨਸ ਨੂੰ ਬਹੁਤ ਹਾਇਰ ਲੈਵਲ ਤੱਕ ਬਿਲਡ ਕਰ ਰਿਹਾ, ਐਂਡ ਇਟਸ ਦਾ ਟਾਈਮ ਨਾਓ, ਇਟਸ ਦਾ ਟਾਈਮ ਟੂ ਰੈਕੋਗਨਾਈਜ਼ ਦੋਜ਼ ਲੀਡਰਸ ਜਿੰਨਾ ਜਿਹੜੇ ਲੋਕ ਸਟੈਪ ਬਾਏ ਸਟੈਪ ਬਿਜ਼ਨਸ ਦੇ ਵਿੱਚ ਅੱਗੇ ਵੱਧ ਰਹੇ ਆ, ਮਿਹਨਤ ਕਰ ਰਹੇ ਆ। ਐਂਡ ਮੇਰੀ ਮੁਰਾਦ ਹੈ ਕਿ ਇਨ ਰੈਕੋਗਨੀਸ਼ਨ, ਔਰ ਅਸੀਂ ਹੁਣ ਉਹਨਾਂ ਲੋਕਾਂ ਨੂੰ ਰੈਕੋਗਨਾਈਜ਼ ਕਰ ਰਹੇ ਹਾਂ ਜਿਨ੍ਹਾਂ ਨੇ ਸਪਟੰਬਰ ਅਤੇ ਅਕਤੂਬਰ 2022 ਵਿੱਚ ਇੱਕ ਕਹਿੰਦੇ ਨਾ ਸਟਾਰਟਿੰਗ ਲੈਵਲ 3-6% ਨੂੰ ਅਚੀਵ ਕੀਤਾ, ਔਰ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਉਹਨਾਂ ਨੂੰ ਕੰਗ੍ਰੈਚੁਲੇਟ ਕਰਨ ਲਈ। ਬਹੁਤ ਬਹੁਤ ਕੰਗ੍ਰੈਚੁਲੇਸ਼ਨ 3% ਐਂਡ 6%। ਨਾਓ ਇਟਸ ਦ ਟਾਈਮ ਟੂ ਰੈਕੋਗਨਾਈਜ਼ ਦ ਲੀਡਰਸ 9% ਐਂਡ 12%, ਜਿਨ੍ਹਾਂ ਲੋਕਾਂ ਨੇ ਇੱਕ ਰਾਈਟ ਸਟਰਕਚਰ ਦੇ ਨਾਲ ਵਿਦ BFI 9% 12% ਕੀਤਾ, ਉਹਨਾਂ ਲੀਡਰਸ ਵਾਸਤੇ ਜ਼ਬਰਦਸਤ ਕੀਤੀ ਕਰ ਸਕਦੇ ਆਪਾਂ ਸਾਰੇ ਜਣੇ, ਔਰ ਦੇ ਆਰ ਗ੍ਰੇਟ ਅਚੀਵਰਸ। ਐਂਡ 15-18 ਇਹ ਵੀ ਸਾਡੇ ਬਿਜ਼ਨਸ ਦਾ ਬਹੁਤ ਸਿਗਨੀਫੀਕੈਂਸ ਲੈਵਲ ਹੈ, ਇਹ ਉਹ ਲੀਡਰ ਨੇ ਜਿਹੜੇ ਵਿਦ BBI 15-18% ਨੂੰ ਅਚੀਵ ਕਰਦੇ ਨੇ, ਇਹਨਾਂ ਲਈ ਬਹੁਤ ਬਿਗ ਗਰਾਊਂਡ ਫਾਰ ਦੇਅਰ ਰੈਕਗਨੀਸ਼ਨ। ਬਹੁਤ ਜ਼ਬਰਦਸਤ ਆ ਰਹੀ ਉਹਨਾਂ ਲੀਡਰਸ ਵਾਸਤੇ ਜਿਹਨਾਂ 15-18% ਵਿਦ BFI ਐਂਡ BBI ਉਹਨਾਂ ਨੇ ਇਸ ਬਿੱਲ ਨੂੰ ਅਚੀਵ ਕੀਤਾ ਆ। ਐਂਡ ਉਸ ਤੋਂ ਨੈਕਸਟ ਅਗਰ ਆਪਾਂ ਜਾਂਦੇ ਹਾਂ ਤਾਂ ਬਹੁਤ ਹੀ ਪ੍ਰੀਸ਼ੀਅਸ ਲੈਵਲ ਆਉਂਦਾ ਜਿਹਨੂੰ ਕਹਿੰਦੇ ਆਪਾਂ 21%, ਜਿੱਥੇ ਜਾ ਕੇ ਆਪਾਂ ਸਿਲਵਰ ਪ੍ਰੋਡਿਊਸਰਸ ਬਣਦੇ ਹਾਂ, ਐਂਡ ਉਹਨਾਂ ਦੇ ਨਾਲ ਹੀ ਗੋਲਡ ਪ੍ਰੋਡਿਊਸਰਸ ਜੋ 3 ਮੰਥਸ ਇਹਨੂੰ ਮੇਨਟੇਨ ਕਰਦੇ ਆ। ਐਂਡ ਇੱਥੇ ਆ ਕੇ ਉਹੀ ਲੋਕ ਇੱਥੇ ਪਹੁੰਚਦੇ ਜਿਹਨਾਂ ਦੇ ਵਿੱਚ ਇੱਕ ਲੀਡਰਸ਼ਿਪ ਡਿਵੈਲਪ ਹੋ ਜਾਂਦੀ ਆ।
एंड उन्होंने लोगों को जो लोग सितंबर एंड अक्टूबर के जिन्होंने लोगों ने सिल्वर प्रोड्यूसर एंड गोल्ड प्रोड्यूसर अचीव किया उन्होंने वास्ते जबरदस्त ताड़ियां उन्होंने फिगर्स वास्ते एंड दिस इज ग्रेट अचीवमेंट एंड उन्होंने नैक्सट आप चलते हैं एक लैवल होंगे जिन्होंने कहने आप रूबी डायरेक्ट रूबी डायरेक्ट वो लीडर्स होंगे जो डबल वॉल्यूम करते हैं 20,000 पॉइंट वैल्यू जिन्हों की होंगी है एंड दे बिकम रूबी डायरेक्ट्स ये बहुत ही एक प्रीशियस बहुत ही जबरदस्त पेन है इन्होंने वास्ते आप बहुत ही जबरदस्त क्लैप कर सकते हैं दे आर वंडरफुल लीडर्स इन्हों की बहुत वड्डी टीम होंगी है एंड उस तो अगे अं चलते हैं कि उन्होंने लीडर्स आप मिलते हैं रेकोगनाइज करते हैं जिन्ह लोगों ने लीडर्स क्रिएट करने शुरू करते हैं अगे सो मेरी मुराद हैगी है एमरल्ड्स एंड बियॉन्ड जिहड़ियां पेन्स हैगियां ने साडे कोले उन्हां नूं आपां रिकॉग्नाइज करने वास्ते साडे कोल एक ऑडियो वीडियो एक विजुअल्स हैगी है अगे आपां उहनूं एवी नूं देखते हैं अगेन कॉन्ग्रेचुलेट करते हैं जिन्हें एमरल्ड्स एंड बियॉन्ड पिन जी है जिन्होंने आप हमने देखा दे आर ग्रेट अचीवर्स दे आर मेंटर्स ऑफ द मेंटर्स एंड उन्होंने जबरदस्त क्लैपिंग कर सकते हैं हाँ जी लीडर्स अगेन इट्स द टाइम टू इनवाइट द कीनोट स्पीकर्स आई थिंक यू ऑल आर एक्साइटेड अबाउट द सेकेंड सेशन ये सैशन बहुत ही इंपॉर्टेंट होने वाला है क्योंकि ये हार्डकोर टीचिंग्स होनी मांगट एंड मिसिज मांगट दसणगे कि उन्होंने इस बिजनेस नूं एज ए कैरियर क्यों लिया
ਠੀਕ ਹੈ ਔਰ ਕਿਸ ਤਰ੍ਹਾਂ ਕਿਸ ਤਰ੍ਹਾਂ ਉਹਨਾਂ ਨੇ ਸਟੈਪ ਬਾਏ ਸਟੈਪ ਇਸ ਬਿਜ਼ਨਸ ਨੂੰ ਬਿਲਡ ਕੀਤਾ ਔਰ ਇੰਨੇ ਹਾਇਰ ਲੈਵਲ ਤੱਕ ਲੈ ਕੇ ਗਏ ਸੋ ਇਟਸ ਟਾਈਮ ਟੂ ਵੈਲਕਮ ਔਰ ਕੀਨੋਟ ਸਪੀਕਰਸ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਆ ਤੁਹਾਡੀਆਂ ਜ਼ਬਰਦਸਤ ਤਾੜੀਆਂ ਨਾਲ ਅਸੀਂ ਵੈਲਕਮ ਕਰਦੇ ਹਾਂ ਫਾਊਂਡਰ ਜੀ ਡੀ ਸੀ ਅਜੀਤਪਾਲ ਸਿੰਘ ਰਣਜੀਤ ਕੌਰ ਸਤਿ ਸ੍ਰੀ ਅਕਾਲ ਜੀ ਵੰਸ ਅਗੇਨ ਸਤਿ ਸ੍ਰੀ ਅਕਾਲ ਆਪਾਂ ਜਿਵੇਂ ਤੁਹਾਡੇ ਨਾਲ ਗੱਲ ਕਰ ਰਹੇ ਸੀ ਪਹਿਲੇ ਸੈਸ਼ਨ ਦੇ ਵਿੱਚ ਕਿ ਹਾਊ ਵੀ ਡਿਡ ਇਟ ਕਿ ਆਪਾਂ ਕਿਸ ਬੈਕਗਰਾਊਂਡ ਤੋਂ ਆਏ ਔਰ ਕਿੱਦਾਂ ਆਪਾਂ ਇਹ ਬਿਜ਼ਨਸ ਦੇ ਵਿੱਚ ਜਿਹੜੇ ਚੈਲੰਜ ਸੀਗੇ ਉਹਨਾਂ ਨੂੰ ਐਕਸੈਪਟ ਕੀਤਾ ਔਰ ਇਸ ਬਿਜ਼ਨਸ ਦੇ ਵਿੱਚ ਅਸੀਂ ਇਸਨੂੰ ਆਪਣੇ ਆਪ ਨੂੰ ਐਜੂਕੇਟ ਕੀਤਾ ਆਪਣੇ ਨੂੰ ਸਿੱਖਣ ਦੀ ਕੋਸ਼ਿਸ਼ ਕੀਤੀ ਐਂਡ ਵੀ ਹੈਡ ਏ ਪੈਸ਼ਨ ਟੂ ਬਿਕਮ ਔਰ ਟੂ ਅਚੀਵ ਸਮਥਿੰਗ ਇਨ ਦਿਸ ਬਿਜ਼ਨਸ ਐਂਡ ਉਸ ਕਰਕੇ ਅਸੀਂ ਇਹ ਬਿਜ਼ਨਸ ਸਕਸੈਸਫੁਲ ਹੋ ਗਏ ਦੂਸਰੀ ਗੱਲ ਕਿ ਐਮਵੇ ਕਾਰਪੋਰੇਸ਼ਨ ਬਾਰੇ ਕੀ ਗੱਲ ਕਰੀਏ ਇੰਨੀ ਐਥੀਕਲ ਔਰ ਇੰਨੀ ਹੋਨੈਸਟ ਔਰ ਇੰਨੀ ਹਾਈ ਕੁਆਲਿਟੀ ਇਹ ਕੰਪਨੀ ਹੈ ਕਿ ਅਸੀਂ ਤੇ ਕੰਪਨੀ ਨੂੰ ਐਡਾ ਮਿਸ਼ੀਗਨ ਤੱਕ ਇਹਦੇ ਜਿਹੜੇ ਓਨਰਜ ਨੇ ਡਗ ਡੀ ਵਾਸ ਐਂਡ ਸਟੀਵ ਵੈਨ ਹੈਂਡਲ ਉਹਨਾਂ ਨੂੰ ਕਈ ਵਾਰ ਮਿਲ ਚੁੱਕੇ ਹੈ ਉਹੋ ਜਿਹੇ ਬੰਦੇ ਜਿਹੜੇ ਸੇਟਲੀ ਪਰਸਨ ਬਿਜ਼ਨਸਮੈਨ ਤੇ ਨੇ ਪਰ ਉਹ ਏਡੇ ਵਧੀਆ ਲੋਕ ਨੇ ਇੰਨੀਆਂ ਫੁੱਲ ਆਫ ਵੈਲਿਊਜ ਨੇ ਕਿ ਇਹ ਬਿਜ਼ਨਸ ਦਾ ਕੋਈ ਮੁਕਾਬਲਾ ਹੀ ਨਹੀਂ ਜਿਹੜੀ ਗੱਲ ਮੈਂ ਕਹਿਣਾ ਚਾਹੁੰਦਾ ਤੁਹਾਨੂੰ ਇਹ ਬਿਜ਼ਨਸ ਦਾ ਕੋਈ ਮੁਕਾਬਲਾ ਹੀ ਨਹੀਂ ਹੈ ਕਿਉਂਕਿ ਤੁਸੀਂ ਅਜੇ ਬਿਜ਼ਨਸ ਦੇ ਵਿੱਚ ਪੂਰੀ ਤਰ੍ਹਾਂ ਡੁੱਬੇ ਨਹੀਂ ਆ ਜਿਉਂ ਜਿਉਂ ਤੁਸੀਂ ਬਿਜ਼ਨਸ ਡੁੱਬੋਗੇ ਜਿਉਂ ਜਿਉਂ ਬਿਜ਼ਨਸ ਦੇ ਵਿੱਚ ਤੁਸੀਂ ਨੀਚੇ 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 ਇਹਨੂੰ ਗ੍ਰਾਸ ਕਰੋਗੇ ਬਿਜ਼ਨਸ ਇਸ ਬਿਜ਼ਨਸ ਦੀਆਂ ਵੈਲਿਊ ਜਿਉਂ ਜਿਉਂ ਤੁਹਾਡੇ ਅੰਦਰ ਆਉਣਗੀਆਂ ਤੁਸੀਂ ਆਸ਼ਸ਼ ਕਰ ਉੱਠੋਗੇ ਬੈਸਟ ਆਫ ਦਾ ਬੈਸਟ ਕੁਆਲਿਟੀ ਪ੍ਰੋਡਕਟ ਅੱਜ ਪੂਰੀ ਦੁਨੀਆਂ ਨੂੰ ਪਤਾ ਚੱਲ ਗਿਆ ਕਿ ਐਮਵੇ ਦਾ ਕੋਈ ਮੁਕਾਬਲਾ ਨਹੀਂ ਹੈ ਇਨ ਰਿਸਪੈਕਟ ਆਫ ਕੁਆਲਿਟੀ ਔਰ ਕੁਝ ਲੋਕਾਂ ਨੂੰ ਅਜੇ ਸਟਿਲ ਜਿਹੜੇ ਇਗਨੋਰੈਂਟ ਨੇ ਕਿ ਉਹ ਸਮਝਦੇ ਨੇ ਕਿ ਸ਼ਾਇਦ ਮਹਿੰਗੇ ਨੇ ਮਹਿੰਗੇ ਨਹੀਂ ਹੈ ਪ੍ਰੋਡਕਟ ਇਹਨਾਂ ਦੀ ਕੰਸੈਂਟਰੇਸ਼ਨ ਥਿਊਰੀ ਹੈ ਜਿਹੜੀ ਇਹਨਾਂ ਦੀ ਪ੍ਰਾਈਸ ਕੰਪੈਰੀਜ਼ਨ ਕਰਕੇ ਦੇਖੋ ਤਾਂ ਦੇ ਆਰ ਆਲਮੋਸਟ ਐਟ ਦਾ ਸੇਮ ਹੀ ਲੈਵਲ ਤੇ ਨੇ ਪਰ ਜੇ ਸਾਨੂੰ ਕੁਆਲਿਟੀ ਚਾਹੀਦੀ ਹੈ ਮਰਸਡੀ ਖਰੀਦਣੀ ਚਾਹੋ ਜਾਂ ਹੰਡਾ ਸਿਟੀ ਫਰਕ ਤੇ ਹੈ ਹੀ ਨਾ ਹੁਣ ਇਹ ਤੇ ਨਹੀਂ ਕਿ ਤੁਸੀਂ ਕਹੋ ਕਿ ਮਰਸਡੀ ਮਹਿੰਗੀ ਹੈ ਤੇ ਮਹਿੰਗੀ ਹੈ ਤੇ ਫਿਰ ਲੈਂਦੇ ਕਿਉਂ ਨੇ ਲੋਕ ਯਾਰ ਐਪਲ ਦਾ ਫੋਨ ਡੇਢ ਡੇਢ ਲੱਖ ਦਾ ਵੀ ਹੈਗਾ ਹੈ ਕੋਈ ਉਹ ਕਹੋ ਜੀ ਉਹ ਬੜਾ ਮਹਿੰਗਾ ਹੈ ਮਹਿੰਗਾ ਤੇ ਫਿਰ ਲੈਂਦੇ ਕਿਉਂ ਨੇ ਲੋਕ ਕੁਛ ਮਹਿੰਗਾ ਨਹੀਂ ਹੁੰਦਾ ਕੁਛ ਸਸਤਾ ਨਹੀਂ ਹੁੰਦਾ ਇਟਸ ਦਾ ਵੈਲਿਊ ਹਾਉ ਮਚ ਵੈਲਿਊ ਯੂ ਆਰ ਗੈਟਿੰਗ ਆਊਟ ਆਫ ਇਟ ਐਮਵੇ ਦੇ ਪ੍ਰੋਡਕਟ ਦੇ ਅਗਰ ਤੁਸੀਂ 100 ਰੁਪਏ ਖਰਚਿਆ ਦੇ ਵਿਲ ਗਿਵ ਯੂ ਵੈਲਿਊ ਫਾਰ 100 ਰੁਪਏ ਤਾਂ ਤੁਸੀਂ ਕਦੇ ਵੀ ਤੁਹਾਨੂੰ ਇਹ ਨਹੀਂ ਲੱਗੇਗਾ ਕਿ ਆਈ ਐਮ ਨਾਟ ਸੈਟੀਸਫਾਈਡ ਜਾਂ ਮੈਨੂੰ ਕਿਸੇ ਨੇ ਪੈਸੇ ਜ਼ਿਆਦਾ ਚਾਰਜ ਕਰ ਲਏ ਇਹ ਗੱਲ ਹੁੰਦੀ ਤੇ 70 ਸਾਲ ਹੋ ਚਲੇ ਨੇ ਇਹ ਕੰਪਨੀ ਇੰਨੇ ਲੰਬੇ ਸਮੇਂ ਤੋਂ ਖਿੱਚ ਰਹੀ ਹੈ ਇਸ ਕਰਕੇ ਰੱਬ ਸਾਡੀ ਬੜੀ ਸਭ ਦੀ ਤੁਹਾਡੀ ਸਾਡੀ ਚੰਗੀ ਕਿਸਮਤ ਹੈ ਕਿ ਰੱਬ ਨੇ ਸਾਡਾ ਸਿਰ ਇੱਦਾਂ ਹਿਲਾਇਆ ਔਰ ਸਾਨੂੰ ਇਹ ਬਿਜ਼ਨਸ ਦਿੱਤਾ ਇਹ ਨਹੀਂ ਹੈ ਕਿ ਅਸੀਂ ਬੜੇ ਇੰਟੈਲੀਜੈਂਟ ਹੀ ਸਾਨੂੰ ਇਹ ਬਿਜ਼ਨਸ ਸਮਝ ਆ ਗਈ ਸਾਡੇ ਦੋਸਤਾਂ ਨੂੰ ਸਮਝ ਨਹੀਂ ਆਈ ਇਹ ਗੱਲ ਨਹੀਂ ਹੈ ਇਹ ਰੱਬ ਨੇ ਜਿਹਨੂੰ ਬਿਜ਼ਨਸ ਦੇਣਾ ਦੇ ਦਿੱਤਾ ਰੈਂਟ ਦੇ ਮਕਾਨਾਂ ਦੇ ਵਿੱਚ ਔਰ ਕਿੱਥੇ ਸਰਕਾਰੀ ਮਕਾਨਾਂ ਦੇ ਵਿੱਚ ਕੁਆਟਰਾਂ ਦੇ ਵਿੱਚ ਬਿਗ ਬਿਗ ਬੰਗਲੋਜ਼ ਇਨ ਸਟਾਈਲ ਡਿਊ ਟੂ ਦਿਸ ਬਿਜ਼ਨਸ ਵੀ ਟਰੈਵਲ ਐਂਡ ਵੀ ਰਾਈਡ ਬੈਸਟ ਆਫ ਦੀ ਬੈਸਟ ਕਾਰਸ ਔਰ ਦੁਨੀਆਂ ਭਰ ਦੀਆਂ ਸੈਰਾਂ ਕੀਤੀਆਂ ਨੇ ਇਹ ਬਿਜ਼ਨਸ ਦੇ ਰਾਹੀਂ ਅੱਜ ਅਸੀਂ ਤੁਹਾਡੇ ਨਾਲ ਦੱਸਾਂਗੇ ਕਿ ਤੁਹਾਨੂੰ ਕੀ ਕਰਨਾ ਚਾਹੀਦਾ ਪਿਛਲੇ ਸਾਡਾ ਜਿਹੜਾ ਸੈਸ਼ਨ ਤੁਸੀਂ ਵੇਖਿਆ ਉਹਦੇ ਵਿੱਚ ਅਸੀਂ ਦੱਸਿਆ ਕਿ ਅਸੀਂ ਕੀ ਕੀਤਾ ਅਸੀਂ ਹੈ ਕੌਣ ਸਾਂ ਸਾਡੀ ਆਈਡੈਂਟੀ ਕੀ ਸੀ ਹੁਣ ਆਪਾਂ ਗੱਲ ਕਰਾਂਗੇ ਵੀ ਤੁਸੀਂ ਕਿਵੇਂ ਇਹ ਬਿਜ਼ਨਸ ਕਰਕੇ ਔਰ ਸਾਡੇ ਜਾਂ ਸਾਡੇ ਤੋਂ ਵੀ ਜ਼ਿਆਦਾ ਉੱਚੇ ਲੈਵਲ ਤੇ ਕਿਵੇਂ ਜਾ ਸਕਦੇ ਹੋ ਪਹਿਲਾਂ ਮੈਂ ਚਾਹਾਂਗਾ ਕਿ ਰਣਜੀਤ ਤੁਹਾਨੂੰ ਆਪਣੇ ਪਰਸਪੈਕਟਿਵ ਤੋਂ ਇਸ ਬਿਜ਼ਨਸ ਬਾਰੇ ਦੱਸੇ ਕਿ ਹਾਊ ਆਈ ਡਿਡ ਇਟ ਐਂਡ ਵਟ ਸ਼ੁਡ ਵੀ ਡੂ ਉਹਦੇ ਬਾਅਦ ਫਿਰ ਮੈਂ ਗੱਲ ਕਰਾਂਗਾ ਤੋ ਓਵਰ ਟੂ ਰਣਜੀਤ ਹੈਲੋ ਜੀ ਸਤਿ ਸ੍ਰੀ ਅਕਾਲ ਵੰਸ ਅਗੇਨ ਜਦ ਅਸੀਂ ਇਹ ਬਿਜ਼ਨਸ ਦੇਖਿਆ ਸੀਗਾ ਤਾਂ ਅਸੀਂ ਫਸਟ ਡੇ ਜਦ ਡਿਸਾਈਡ ਹੀ ਕੀਤਾ ਸੀਗਾ ਇਸ ਬਿਜ਼ਨਸ ਬਾਰੇ ਤਾਂ ਅਸੀਂ ਆਪਣੇ ਆਪ ਚ ਸੋਚ ਲਿਆ ਕਿ ਸਾਡਾ ਬਿਜ਼ਨਸ ਹੈ ਇਹਨੂੰ ਅਸੀਂ ਚਲਾਉਣਾ ਕਿਉਂਕਿ ਅਸੀਂ ਫਸਟ ਡੇ ਓਨਰਸ਼ਿਪ ਲੈ ਲਈ ਬਿਜ਼ਨਸ ਦੀ ਅਸੀਂ ਕਦੀ ਉੱਤੇ ਨੀ ਵੇਖਿਆ ਥੱਲੇ ਨੀ ਵੇਖਿਆ ਇੱਧਰ ਨੀ ਉੱਧਰ ਨੀ ਜਸਟ ਸਾਡਾ ਬਿਜ਼ਨਸ ਆ ਅਸੀਂ ਇਹਦੇ ਚ ਕੰਮ ਕਰਾਂਗੇ ਪ੍ਰੋਡਕਟਸ ਬੇਸਡ ਬਿਜ਼ਨਸ ਆ ਬਿਜ਼ਨਸ ਪੈਸੇ ਤਾਂ ਹੀ ਹੋਣਗੇ ਅਗਰ ਸਾਡੇ ਪ੍ਰੋਡਕਟਸ ਮੂਵ ਹੋਣਗੇ ਸਭ ਤੋਂ ਪਹਿਲਾਂ ਅਸੀਂ ਆਪਣੇ ਪ੍ਰੋਡਕਟਸ ਨੂੰ ਸਿੱਖਿਆ ਜਿੰਨੇ ਵੀ ਪ੍ਰੋਡਕਟ ਸੀਗੇ ਅਸੀਂ ਉਹਨਾਂ ਨੂੰ ਸਿੱਖਿਆ ਬਾਰ ਬਾਰ ਉਹਨਾਂ ਦੀ ਡੈਮੋ ਕੀਤੀ ਜਦੋਂ ਪੂਰਾ ਫੇਥ ਹੋ ਗਿਆ ਪੂਰਾ ਪਤਾ ਲੱਗ ਗਿਆ ਕਿ ਪ੍ਰੋਡਕਟਸ ਬਹੁਤ ਵਧੀਆ ਨੇ ਬਹੁਤ ਅੱਛਾ ਕੰਮ ਕਰਦੇ ਨੇ ਤਦ ਅਸੀਂ ਲੋਕਾਂ ਨਾਲ ਸ਼ੇਅਰ ਕਰ ਦਿੱਤੇ ਜਿੰਨੇ ਪ੍ਰੋਡਕਟਸ ਸੀ ਉਨੇ ਸ਼ੇਅਰ ਕਰਨ ਲੱਗ ਗਏ ਕੰਪਨੀ ਆਪਣਾ ਕੰਮ ਕਰਦੀ ਰਹੀ ਪ੍ਰੋਡਕਟਸ ਹੋਰ ਹੋਰ ਨਵੇਂ ਨਵੇਂ ਪ੍ਰੋਡਕਟਸ ਆਉਂਦੇ ਗਏ ਅਸੀਂ ਨਵੇਂ ਨਵੇਂ ਪ੍ਰੋਡਕਟਸ ਨੂੰ ਸਿੱਖਦੇ ਰਹੇ ਤਦ ਕੀ ਸੀ ਕਿ ਸਾਡੇ ਟਾਈਮ ਕੋਈ ਟ੍ਰੇਨਿੰਗਸ ਨਹੀਂ ਹੁੰਦੀਆਂ ਸੀਗੀਆਂ ਕੋਈ ਇੱਥੇ ਆਫਿਸ ਨਹੀਂ ਸੀਗਾ ਚੰਡੀਗੜ੍ਹ
ਅਸੀਂ ਸਭ ਕੋਈ ਦਿੱਲੀ ਕਰਨ ਜਾਂਦੇ ਹੁੰਦੇ ਸੀਗੇ, ਉੱਥੋਂ ਟ੍ਰੇਨਿੰਗਸ ਲੈਣ ਜਾਂਦੇ ਹੁੰਦੇ ਕਿ ਪ੍ਰੋਡਕਟਸ ਕਿਵੇਂ ਯੂਜ ਹੋਣੇ ਆ, ਉਹਦੀ ਕੰਸੈਂਟ੍ਰੇਸ਼ਨ ਪਾਵਰ ਕਿੰਨੀ ਆ, ਇਹ ਕਿਵੇਂ ਬਾਅਦ ਯੂਜ ਸਸਤੇ ਪੈਂਦੇ ਨੇ। ਤਾਂ ਫਿਰ ਅਸੀਂ ਆਪਣੇ ਪ੍ਰੋਡਕਟਸ ਨੂੰ ਸਿੱਖਦਿਆਂ ਸਿੱਖਦਿਆਂ ਲੋਕਾਂ ਨਾਲ ਸ਼ੇਅਰ ਕਰਨ ਲੱਗੇ। ਅੱਜ ਇਹ ਬਿਜ਼ਨਸ ਬਹੁਤ ਸੌਖਾ ਹੈ ਕਿਉਂਕਿ ਅੱਜ ਤਾਂ ਡਿਜੀਟਲੀ ਤੁਹਾਡੇ ਹਰ ਇੱਕ ਦੀ ਜੇਬ 'ਚ ਇੱਕ ਫੋਨ ਆ, ਫੋਨ ਦੇ ਵਿੱਚ ਤੁਹਾਡੇ ਟ੍ਰੇਨਿੰਗਸ ਆ ਰਹੀਆਂ ਨੇ ਰੋਜ਼ ਦੇ ਰੋਜ਼, ਤੁਸੀਂ ਉਹਨਾਂ ਨੂੰ ਸਿੱਖੋ, ਬਾਰ ਬਾਰ ਅਸੀਂ ਸਿੱਖ ਸਕਦੇ ਹਾਂ। ਤਦ ਦਾ ਬਿਜ਼ਨਸ ਕਰਨਾ, ਮੈਂ ਸੋਚ ਰਹੀ ਹਾਂ ਕਿ ਤਦ ਬਿਜ਼ਨਸ ਕਰਨਾ ਥੋੜਾ ਟਫ ਸੀਗਾ, ਪਰ ਅੱਜ ਬੜਾ ਆਸਾਨ ਹੈ। ਅੱਜ ਸਭ ਕੁਝ ਤੁਹਾਡੇ ਕੋਲ ਆ, ਇੰਨੇ ਜ਼ਿਆਦਾ ਪ੍ਰੋਡਕਟਸ ਨੇ, 150 ਪਲੱਸ ਪ੍ਰੋਡਕਟਸ ਨੇ ਤੁਹਾਡੇ ਕੋਲ। ਜੇ ਕਿਸੇ ਨੂੰ ਇੱਕ ਸੈਸ਼ਨ ਚਾਹੀਦਾ ਉਹ ਵੀ ਹੈਗਾ, ਵੱਡਾ ਚਾਹੀਦਾ ਪ੍ਰੋਡਕਟ, ਛੋਟਾ ਚਾਹੀਦਾ, ਸਭ ਕੁਛ ਹੈਗਾ ਹੈ। ਅੱਜ ਇੰਨੇ ਜ਼ਿਆਦਾ ਪ੍ਰੋਡਕਟਸ ਨੇ ਕਿ ਅਸੀਂ ਸਾਰੇ ਪ੍ਰੋਡਕਟਸ ਨੂੰ ਅਗਰ ਸਿੱਖ ਲੈਂਦੇ ਹਾਂ, ਲੋਕਾਂ ਨਾਲ ਸ਼ੇਅਰ ਕਰਦੇ ਹਾਂ, ਸ਼ੇਅਰ ਕਰਨ ਤੇ ਬਹੁਤ ਸਾਰੇ ਲੋਕ ਤੁਹਾਡੇ ਕੋਲ ਪ੍ਰੋਡਕਟਸ ਬਾਏ ਕਰਦੇ ਨੇ। ਪ੍ਰੋਡਕਟਸ ਅਸੀਂ ਲੋਕਾਂ ਨੂੰ ਕਿਵੇਂ ਦੇਣੇ, ਜਦੋਂ ਅਸੀਂ ਸਾਡਾ ਕਸਟਮਰ ਬੇਸ ਬਣਦਾ ਹੈ, ਟੀਮਸ ਦੇ ਵਿੱਚ ਟੀਮਸ ਬਣਦੀਆਂ ਨੇ, ਕੋਈ ਕਸਟਮਰ ਬੇਸ ਬਣਦਾ ਹੈ, ਕਸਟਮਰ ਜਿਹੜੇ ਨੇ ਕੀ ਸਾਡੇ ਰਿਪੀਟ ਕਸਟਮਰਸ ਹੈਗੇ ਨੇ, ਰਿਪੀਟ ਕਸਟਮਰ ਕਿਵੇਂ ਹੁੰਦੇ ਨੇ ਕਿ ਜਦ ਅਸੀਂ ਕਿਸੇ ਨੂੰ ਕਿਸੇ ਨਾਲ ਗੱਲ ਕੀਤੀ, ਅਸੀਂ ਉਹਦਾ ਪੂਰਾ ਨਾਮ ਨਾ ਲਿਖਿਆ, ਉਹਦਾ ਪੂਰਾ ਆਪਣਾ ਐਡ ਕੀਤਾ ਉਹਨੂੰ ਆਪਣੇ ਗਰੁੱਪ ਚ, ਉਹਦਾ ਨਾਂ ਲਿਖਿਆ, ਔਰ ਸਾਨੂੰ ਪਤਾ ਹੋਣਾ ਚਾਹੀਦਾ ਡੇਟ ਲਿਖੀ ਕਿ ਇਹ ਪ੍ਰੋਡਕਟਸ ਉਹਨੇ ਇਸ ਟਾਈਮ ਲਿਆ ਸੀਗਾ। ਇਹ ਨਹੀਂ ਹੈ ਕਿ ਅਸੀਂ ਲੋਕਾਂ ਨੂੰ ਪ੍ਰੋਡਕਟਸ ਵਧੋ ਵਧੀ ਥਮਾਉਣੇ ਨੇ, ਥਮਾਉਣੇ ਨਹੀਂ ਨੇ, ਲੋਕਾਂ ਨੂੰ ਸੋਲਿਊਸ਼ਨ ਦੇਣਾ ਉਹਨਾਂ ਦੀ ਪ੍ਰੋਬਲਮ ਦਾ। ਅਗਰ ਕਿਸੇ ਦੇ ਗੋਡੇ ਦਰਦ ਕਰ ਰਹੇ ਨੇ ਤੇ ਉਹਨੂੰ ਅਸੀਂ ਪ੍ਰੋਟੀਨ ਨਹੀਂ ਥਮਾ ਸਕਦੇ, ਉਹਨੂੰ ਗਲੂਕੋਜ਼ਾ ਵੀ ਨਹੀਂ ਦਵਾਂਗੇ, ਕਿਉਂਕਿ ਬਿਜ਼ਨਸ ਸਿਖਾਇਆ ਜਾਂਦਾ ਕਿ ਕਿਸੇ ਨਾਲ ਝੂਠ ਨਹੀਂ ਬੋਲਣਾ, ਕਿਸੇ ਨੂੰ ਵਧਾ ਚੜਾ ਕੇ ਗੱਲ ਨਹੀਂ ਦੱਸਣੀ, ਜੋ ਗੱਲ ਹੈਗੀ ਆ ਉਹ ਕਰਾਂਗੇ। ਕਿੰਨਾ ਸੌਖਾ ਹੈ ਪ੍ਰੋਡਕਟ ਸ਼ੇਅਰ ਕਰਨਾ, ਕਿਉਂਕਿ ਹਰ ਪ੍ਰੋਡਕਟਸ ਦੀ ਮਨੀ ਬੈਕ ਗਰੰਟੀ ਆ। ਅਗਰ ਨਹੀਂ ਪਸੰਦ ਆਇਆ ਤੇ ਤੁਸੀਂ ਆਪਣਾ ਪ੍ਰੋਡਕਟਸ ਵਾਪਸ ਕਰਕੇ ਆਪਣਾ ਫੁੱਲ ਰਿਫੰਡ ਲੈ ਸਕਦੇ ਹੋ 30 ਡੇਜ਼ ਦੇ ਅੰਦਰ ਅੰਦਰ। ਇਹ ਆ ਕਿ ਜਿਹਦੇ ਗੋਡੇ ਦੁਖਦੇ ਨੇ ਉਹਨੂੰ ਗਲੂਕੋਜ਼ਾ ਵੀ ਨਹੀਂ ਦਵਾਂਗੇ, ਅਗਰ ਉਹਨੂੰ ਦਵਾਂਗੇ ਉਹਨੂੰ ਫਰਕ ਪਏਗਾ ਤੇ ਉਹ ਬਾਰ ਬਾਰ ਮੰਗੇਗਾ। ਸਾਡੇ ਕੋਲ ਉਹਦਾ ਪੂਰਾ ਡਾਟਾ ਹੈਗਾ, ਸਾਨੂੰ ਯਾਦ ਹੈ ਕਿ ਉਹਨੇ ਇੰਨੀ ਡੇਟ ਨੂੰ ਲਿਆ ਸੀਗਾ ਇਹ ਪ੍ਰੋਡਕਟਸ, ਇੰਨੀ ਡੇਟ ਨੂੰ ਉਹਦਾ ਖਤਮ ਹੋਣ ਵਾਲਾ, ਅਸੀਂ ਉਹਦਾ ਫੋਲੋ ਅਪ ਕਰਦੇ ਰਹਾਂਗੇ। ਪ੍ਰੋਡਕਟਸ ਦੇ ਕੇ ਅਸੀਂ ਉਹਦਾ ਫੋਲੋ ਅਪ ਵੀ ਕਰਾਂਗੇ ਕਿ ਕਿਵੇਂ ਯੂਜ ਕਰ ਰਹੇ ਹੋ। ਕਈ ਵਾਰੀ ਇਹ ਵੀ ਹੁੰਦਾ ਹੈ ਕਿ ਦੋ ਦੋ ਜਿਹੜੇ ਲੈਣੀਆਂ ਹੈ ਟੈਬਲੇਟਸ ਜਾਂ ਕੈਪਸੂਲਸ, ਕਈ ਵਾਰੀ ਬੰਦਾ ਇੱਕ ਇੱਕ ਲੈਂਦਾ ਰਹਿੰਦਾ, ਨਹੀਂ ਉਹਦੇ ਸਮਝ ਚ ਆਉਂਦਾ, ਜਦ ਅਸੀਂ ਦੁਬਾਰਾ ਫੋਨ ਕਰਕੇ ਉਹਨੂੰ ਪੁੱਛਦੇ ਹਾਂ ਕਿ ਕਿਵੇਂ ਲੈ ਰਹੇ ਹੋ ਜਾਂ ਕਿੱਦਾਂ ਹੈ, ਤੇ ਉਹ ਇੱਕ ਤਾਂ ਲੋਕਾਂ ਨੂੰ ਚੰਗਾ ਲੱਗਦਾ ਹੈ ਕਿ ਸਾਡੀ ਕੇਅਰ ਕਰ ਰਹੇ ਨੇ, ਦੂਜਾ ਇਹ ਹੈ ਕਿ ਸਾਨੂੰ ਪਤਾ ਲੱਗ ਜਾਂਦਾ ਹੈ ਕਿ ਸਹੀ ਤਰੀਕੇ ਨਾਲ ਯੂਜ਼ ਹੋ ਰਿਹਾ ਤੇ ਉਹਨੂੰ ਫਰਕ ਵੀ ਪਵੇਗਾ। ਏਦਾਂ ਅਗਰ ਅਸੀਂ ਲੋਕਾਂ ਦਾ ਫੋਲੋ ਅਪ ਕਰਦੇ ਰਹਿੰਦੇ ਹਾਂ, ਫਿਰ ਤੁਹਾਡੇ ਰਿਪੀਟ ਕਸਟਮਰ ਹੁੰਦੇ ਨੇ, ਉਹ ਫਿਰ ਬਾਰ ਬਾਰ ਤੁਹਾਡੇ ਕੋਲ ਲੈਂਦੇ ਨੇ। ਅਗਰ ਅਸੀਂ ਕਦੀ ਕਿਸੇ ਨੂੰ ਡੇਲੀ ਦੇ ਦਿੱਤੀ, ਉਹਨੂੰ ਕੋਈ ਪੁੱਛ ਲਿਆ, ਪੁੱਛਿਆ ਨਹੀਂ, ਪਤਾ ਨਹੀਂ ਉਹਨੇ ਖਾਧੀ ਆ ਨਹੀਂ ਖਾਧੀ, ਉਹਦੇ ਘਰ ਹੀ ਪਈ ਆ, ਬਾਅਦ ਚ ਦੁਬਾਰਾ ਨਹੀਂ ਉਹ ਕਦੀ ਲਏਗਾ, ਕਿਉਂਕਿ ਉਹਨੂੰ ਉਹਦੇ ਬਾਰੇ ਪਤਾ ਹੀ ਨਹੀਂ ਹੈਗਾ ਇੰਨਾ। ਸੋ ਇਹ ਹੈ ਕਿ ਸਾਡੀਆਂ ਐਫਰਟਸ ਕੀ ਨੇ ਪ੍ਰੋਡਕਟ ਸ਼ੇਅਰ ਕਰਨ ਚ, ਅਗਰ ਅਸੀਂ ਆਪਣੀਆਂ ਐਫਰਟ ਸੰਸੀਅਰਲੀ ਲਾਉਂਦੇ ਹਾਂ ਤਾਂ ਪ੍ਰੋਡਕਟਸ ਦੇ ਰਿਪੀਟ ਕਸਟਮਰ ਹੁੰਦੇ ਨੇ, ਤੁਹਾਡੇ ਪੱਕੇ ਕਸਟਮਰ ਬਣ ਜਾਂਦੇ ਨੇ ਜਿਹੜੇ ਵਾਰ ਵਾਰ ਤੁਹਾਡੇ ਕੋਲ ਚੀਜ਼ਾਂ ਲੈਂਦੇ ਨੇ। ਅਗਰ ਆਪਾਂ ਏਦਾਂ ਕਰਦੇ ਰਹਿੰਦੇ ਹਾਂ ਤਾਂ ਬਹੁਤ ਸਾਰੇ ਪ੍ਰੋਡਕਟਸ ਮੂਵ ਹੁੰਦੇ ਨੇ, ਜੋ ਅਸੀਂ ਕਰਦੇ ਹਾਂ ਉਹ ਵੀ ਅਸੀਂ ਆਪਣੇ ਲੋਕਾਂ ਨੂੰ ਸਿਖਾਉਂਦੇ ਹਾਂ, ਉਹ ਹੀ ਸਾਡੀਆਂ ਟੀਮਸ ਕਰਦੀਆਂ। ਟੀਮਸ ਦੇ ਵਿੱਚ ਉਹੀ ਚੀਜ਼ਾਂ ਥੱਲੇ ਜਾਂਦੀਆਂ ਨੇ ਜਿਹੜੀਆਂ ਲੀਡਰ ਕਰ ਰਹੇ ਹਾਂ। ਇਹ ਨਹੀਂ ਹੈ ਕਿ ਅਸੀਂ ਪ੍ਰਵਚਨ ਕਰਦੇ ਰਹਿਣਾ ਆਪਣੇ ਲੋਕਾਂ ਨਾਲ, ਟੀਮਸ ਦੇ ਵਿੱਚ ਪ੍ਰਵਚਨ ਜਿਹੜੇ ਕਰਦੇ ਨੇ ਉਹਨਾਂ ਦਾ ਬਿਜ਼ਨਸ ਇੰਨਾ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ। ਅਸੀਂ ਕੀ ਕਰਦੇ ਸੀ ਕਿ ਪਹਿਲਾਂ ਆਪ ਕੰਮ ਕਰਦੇ ਸੀ, ਲੋਕ ਸਾਨੂੰ ਕੰਮ ਕਰਦੇ ਦੇਖਦੇ ਸੀ, ਅਸੀਂ ਕਦੀ ਕਿਸੇ ਨੂੰ ਇਹ ਨਹੀਂ ਦੱਸਦੇ ਵੀ ਵੇਖੋ ਆ ਕੇ, ਅਸੀਂ ਆਪਣਾ ਕੰਮ ਕਰੀ ਜਾਂਦੇ ਸੀ, ਟੀਮ ਚ ਵੇਖਦੀਆਂ ਸੀ ਕਿ ਇਹ ਕੰਮ ਕਰ ਰਹੇ ਨੇ, ਸੇਮ ਵੇ ਲੋਕ ਵੀ ਆ ਉਹ ਵੀ ਕੰਮ ਕਰਨ ਲੱਗ ਜਾਂਦੇ ਸੀ ਜੋ ਅਸੀਂ ਕਰਦੇ ਸੀ। ਏਦਾਂ ਹੀ ਆ ਕਿ ਅਗਰ ਅਸੀਂ ਕਰਾਂਗੇ ਤਾਂ ਲੋਕ ਵੀ ਕਰਨਗੇ, ਔਰ ਬਹੁਤ ਹੀ ਵਧੀਆ ਬਿਜ਼ਨਸ ਆ। ਰਿਵਾਰਡਸ ਬੜੇ ਵੱਡੇ ਨੇ ਇਹਦੇ, ਇੰਨੇ ਵੱਡੇ ਰਿਵਾਰਡਸ ਨੇ, ਅਗਰ ਅਸੀਂ ਇਹਨੂੰ ਸਹੀ ਢੰਗ ਨਾਲ ਬਿਜ਼ਨਸ ਬਿਲਡ ਕਰ ਲਿਆ ਤਾਂ ਬਹੁਤ ਹੀ ਵਧੀਆ ਲਾਈਫ ਸਟਾਈਲ ਹੋ ਜਾਏਗਾ। ਥੈਂਕ ਯੂ ਵੈਰੀ ਮਚ, ਵੈਲਕਮ। ਓਕੇ, ਇਟਸ ਮਾਈ ਟਰਨ ਅਗੇਨ। ਤਾਂ ਆਪਾਂ ਗੱਲ ਕਰ ਰਹੇ ਸੀ ਕਿ ਆਪਾਂ ਕਿਵੇਂ ਇਹ ਬਿਜ਼ਨਸ ਕਰ ਸਕਦੇ ਹਾਂ। ਸਭ ਤੋਂ ਪਹਿਲੀ ਗੱਲ ਤੇ ਇਹ ਪੱਲੇ ਬੰਨ ਲਓ ਕਿ ਐਮਵੇ ਬਿਜ਼ਨਸ ਇਜ਼ ਅ ਪ੍ਰੋਡਕਟ ਬੇਸਡ ਬਿਜ਼ਨਸ। ਪ੍ਰੋਡਕਟ ਕੌਣ ਯੂਜ਼ ਕਰਦਾ? ਕਸਟਮਰਸ। ਸਾਨੂੰ ਆਪਣੀ ਸੈਲਿੰਗ ਅਬਿਲਿਟੀ, ਰਿਟੇਲਿੰਗ ਅਬਿਲਿਟੀ ਐਨਹਾਂਸ ਕਰਨੀਆਂ ਚਾਹੀਦੀਆਂ ਨੇ, ਔਰ ਅੱਜ ਕੱਲ੍ਹ ਤੇ ਇੰਨਾ ਸੌਖਾ ਹੋ ਗਿਆ
ਕਿ ਐਵਰੀਬਾਡੀ ਇਨ ਸਰਚ ਆਫ ਐਮਏ ਪ੍ਰੋਡਕਟਸ, ਹਰ ਬੰਦੇ ਨੂੰ ਨਿਊਟ੍ਰੀਐਂਟ ਚਾਹੀਦਾ। ਸਾਡੇ ਗੁਰਬਾਣੀ ਚ ਆਉਂਦਾ ਕਿ ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਉਹ ਸਤਿਗੁਰੂ ਤੋਂ ਇਲਾਵਾ, ਰੱਬ ਤੋਂ ਇਲਾਵਾ ਸਾਰੀ ਦੁਨੀਆਂ ਰੋਗੀ ਹੈ। ਜਿਹਦੇ ਨਾਲ ਮਰਜ਼ੀ ਗੱਲ ਕਰਕੇ ਵੇਖ ਲਓ, ਜਦ ਤੁਸੀਂ ਉਹਦੀ ਸਟੋਰੀ ਸੁਣੋਗੇ, ਉਹਦੇ ਨਾਲ ਗੱਲਬਾਤ ਕਰੋਗੇ, ਐਨਹਾਂਸ ਕਰੋਗੇ ਗੱਲਬਾਤ, ਉਹ ਆਪਣੇ ਆਪ ਹੀ ਤੁਹਾਨੂੰ ਦੱਸਣ ਲੱਗ ਜਾਏਗਾ, ਮੇਰਾ ਅੱਜ ਕੱਲ ਇਹ ਖਰਾਬ ਹੈ, ਮੇਰਾ ਕੋਲੈਸਟ੍ਰੋਲ ਵੱਧ ਗਿਆ, ਮੈਨੂੰ ਡਾਕਟਰ ਕਹਿੰਦਾ ਤੇਰੇ ਗ੍ਰੀਸ ਹੋ ਗਈ ਗੋਡਿਆਂ ਚ, ਉਹ ਆਪੇ ਹੀ ਦੱਸੇਗਾ। ਜਦ ਉਹਨੇ ਦੱਸਣਾ ਸ਼ੁਰੂ ਕੀਤਾ, ਧਿਆਨ ਦੇ ਨਾਲ ਕੀਨਲੀ ਅਬਜ਼ਰਵ ਕਰੋ ਉਸ ਬੰਦੇ ਦੀ ਟਾਕ ਨੂੰ, ਇੱਕ ਲਵ ਯੂ ਵਿਲ ਫਾਈਂਡ ਅ ਸੋਲੂਸ਼ਨ, ਤੁਹਾਨੂੰ ਪਤਾ ਲੱਗ ਜਾਏਗਾ, ਤੁਸੀਂ ਉਹਨੂੰ ਦੱਸਣਾ ਸ਼ੁਰੂ ਕਰ ਦੋਗੇ ਵੀ ਆਈ ਹੈਵ ਅ ਸੋਲੂਸ਼ਨ ਫਾਰ ਦੈਟ। ਜਿਵੇਂ ਫਾਰ ਐਗਜ਼ਾਮਪਲ, ਮੈਂ ਇੱਥੇ ਸੈਰ ਕਰਨ ਜਾਂਦਾ, ਸਾਡੇ ਬਹੁਤ ਵੱਡਾ ਪਾਰਕ ਹੈ, ਉੱਥੇ ਮੈਂ ਸਵੇਰੇ ਸੈਰ ਕਰਨ ਜਾਂਦਾ, ਔਰ ਆਈ ਐਮ ਆਲਵੇਜ਼ ਇਨ ਸਰਚ ਆਫ ਕਸਟਮਰ, ਕਿ ਮੇਰਾ ਉੱਥੇ ਇੱਕ ਫਰੈਂਡ ਬਣ ਗਿਆ ਨਵਾਂ ਨਵਾਂ, ਔਰ ਉਹ ਦੋਸਤ ਬਣ ਗਿਆ, ਤੇ ਉਹਨੂੰ ਪਤਾ ਨਹੀਂ ਕਿ ਮਾਂਗੜ ਦਾ ਕਿਤਰਾਂ ਦਾ ਸੁਭਾਅ ਹੈ, ਤੇ ਰੋਜ਼ ਸ਼ਾਮ ਨੂੰ ਮੈਨੂੰ ਫੋਨ ਕਰ ਦੇਣਾ, ਮਾਂਗੜ ਜੀ ਆਜੋ, ਅੱਜ ਮੁਰਗਾ ਬਣਾਇਆ, ਅੱਜ ਫਲਾਣ ਬਣਾਇਆ, ਆ ਜਾਓ ਫਿਰ ਘੜੀ, ਅੱਜ ਪਾਰਟੀ ਹੈ। ਉਹ ਮੈਂ ਕਿਹਾ ਭਰਾਵਾ ਤੂੰ ਮੈਨੂੰ ਰਹਿਣ ਦੇ, ਮੈਂ ਪਾਰਟੀਆਂ ਪੁੱਟੀਆਂ ਤੋਂ ਥੋੜਾ ਦੂਰ ਹੀ ਰਹਿਣਾ, ਆਈ ਐਮ ਬਿਜ਼ੀ ਸਮਵੇਅਰ ਐਲਸ, ਮੇਰਾ ਕੋਈ ਜ਼ਿੰਦਗੀ ਚ ਫੋਕਸ ਹੈ, ਮੈਂ ਪਹਿਲਾਂ ਉਹ ਕੰਮ ਕਰਨਾ ਬੜਾ ਜ਼ਰੂਰੀ ਹੈ। ਉਹਨੂੰ ਪਤਾ ਸੀਗਾ ਵੀ ਐਮ ਬੀ ਬੀ ਐਸ ਕਰਦੇ ਆ। ਦੋ ਤਿੰਨ ਵਾਰੀ ਇਹਨੇ ਬੁਲਾਇਆ, ਪਰ ਮੈਨੂੰ ਪਤਾ ਚੱਲ ਗਿਆ ਕਿ ਉਹ ਬੰਦਾ ਸ਼ਰਾਬ ਬਹੁਤ ਜ਼ਿਆਦਾ ਪੀਂਦਾ ਹੈ। ਔਰ ਇੱਕ ਦਿਨ ਮੈਨੂੰ ਮਿਲਿਆ ਗੱਲਾਂ ਗੱਲਾਂ ਦੇ ਵਿੱਚ, ਮੈਂ ਰਾਤੀ ਕਹਿੰਦਾ ਰਾਤੀ ਯਾਰ ਜ਼ਿਆਦਾ ਪੀ ਲਈ, ਮੈਂ ਕਿਹਾ ਤੁਹਾਨੂੰ ਪਤਾ ਕਿ ਜ਼ਿਆਦਾ ਪੀਣ ਦੇ ਨਾਲ ਲਿਵਰ ਖਰਾਬ ਹੋ ਜਾਂਦਾ ਬੰਦੇ ਦਾ। ਮੈਂ ਕਿਹਾ ਸਾਡੇ ਲਿਵਰ ਦੀ ਸਿਰਫ ਇੱਕ ਲਿਮਿਟ ਆ ਕਿ ਇੰਨੀ ਇੰਨੇ ਮਿਲੀਲੀਟਰ ਜਿਹੜੀ ਅਲਕੋਹਲ ਆ ਉਹਨੂੰ ਉਹ ਮੈਟਾਬੋਲਾਈਜ਼ ਕਰ ਸਕਦਾ, ਉਹ ਤੋਂ ਜ਼ਿਆਦਾ ਅਗਰ ਹੋਏਗੀ ਤੇ ਲਿਵਰ ਸੈੱਲ ਡੈਮੇਜ ਹੋਣ ਲੱਗ ਜਾਂਦੇ ਨੇ ਸਾਡੀ। ਉਹ ਕਹਿੰਦਾ ਬੋਡੀ ਆਪੇ ਬਣਾ ਲੈਂਦੀ ਹੈ, ਫਿਰ ਮੈਂ ਕਿਹਾ ਲਿਵਰ ਦੇ ਸੈੱਲ ਵੀ ਬਣਾ ਲੈਂਦੀ ਹੈ, ਪਰ ਉਹਨਾਂ ਦਾ ਆਰਕੀਟੈਕਚਰ ਖਰਾਬ ਹੋ ਜਾਂਦਾ, ਇਸ ਕਰਕੇ ਉਹ ਫਜੂਲ ਹੋ ਕੇ ਕੰਮ ਦੇ ਰਹਿੰਦੇ ਨੇ ਉਹ ਸੈੱਲ। ਇਸ ਕਰਕੇ ਬਹੁਤ ਸਾਰੇ ਲੋਕ ਜਿਹੜੇ ਜ਼ਿਆਦਾ ਸ਼ਰਾਬ ਪੀਣ, ਉਹਨਾਂ ਨੂੰ ਲਿਵਰ ਸਾਈਰੋਸਿਸ ਨਾਂ ਦਾ ਰੋਗ ਹੋ ਜਾਂਦਾ, ਜਿਹੜਾ ਕਿ ਪ੍ਰੋਗਰੈਸਿਵ ਹੈ, ਉਹ ਵੱਧਦਾ ਚਲਿਆ ਜਾਂਦਾ, ਉਹ ਰਿਟਰਨ ਨਹੀਂ ਹੁੰਦਾ ਕਦੇ ਵੀ। ਉਹ ਜਦੋਂ ਜਿਹਨੂੰ ਹੋ ਗਿਆ ਉਹਨੂੰ ਡਾਕਟਰ ਕਹਿੰਦੇ ਨੇ ਵੀ ਤੇਰੀ ਇੰਨੇ ਸਾਲ ਜਾਂ ਇੰਨੇ ਮਹੀਨੇ ਰਹਿ ਗਏ ਭਾਈ ਤੇਰਾ, ਤੇ ਮੈਂ ਕਿਹਾ ਯਾਰ ਥੋੜਾ ਅਕਲ ਨੂੰ ਹੱਥ ਮਾਰੋ, ਥੋੜਾ ਨਾ ਕਰੋ ਇਹ ਕੰਮ। ਵੈਸੇ ਮੈਂ ਕਿਹਾ 10,000 ਦਾ ਟੂ ਮਚ ਹੈ, ਆਪੇ ਇਹਨੂੰ ਕੰਸਿਸਟੈਂਟ ਕਸਟਮਰ ਆਪਾਂ ਬਣਾਉਣਾ, ਮੈਂ ਉਹਨੂੰ 5-4 ਹਜ਼ਾਰ ਰੁਪਏ ਦਾ ਸਮਾਨ ਲਿਆ ਕੇ ਦੇਤਾ। ਵਾਈਫ ਇੱਕ ਸੈਰ ਕਰ ਰਹੀ, ਇੱਕ ਲੇਡੀ ਏਦਾਂ, ਉਹ ਲੱਖ ਦੇ ਨਾਲ ਉਹਦਾ ਵਿਚਾਰੀ ਦਾ ਹੋਣਾ, ਬਜ਼ੁਰਗ ਸੀਗੀ, ਬੈਲਟ ਪਾਈ ਸੀਗੀ, ਤੇ ਵਾਈਫ ਦੀ ਹਰ ਲੇਡੀ ਦਾ ਹਾਏ ਹੈਲੋ, ਵੈਸੇ ਕੰਪੈਸ਼ਨੇਟ ਗਰਾਉਂਡ ਤੇ ਗੱਲਾਂ ਕਰਨ ਲੱਗ ਜਾਂਦੀ ਹੈ, ਤੇ ਗੱਲਾਂ ਕਰਦੀ ਕਰਦੀ ਹੋ ਗਿਆ, ਆਂਟੀ ਬੇਟਾ ਮੈਂ ਕੀ ਦੱਸਾਂ, ਮੈਂ ਨਾ ਮੇਰੇ ਤਾਂ ਗੋਡੇ ਨੀ ਚੱਲਦੇ, ਤੇ ਇਹ ਕਹਿੰਦੀ ਦੱਸਾਂ ਤੇ ਫਿਰ ਗੋਡਿਆਂ ਵਿੱਚ ਕੀ ਕਰਦੇ, ਕਹਿੰਦੇ ਉਹ ਐਮ ਬੀ ਕੰਪਨੀ ਦਾ ਨਾ ਇੱਕ ਆਉਂਦਾ, ਮੈਂ ਉਹ ਖਾਂਦੀ ਹੁੰਦੀ, ਉਹਦੇ ਨਾਲ ਮੈਂ ਠੀਕ ਰਹੀ, ਕਿ ਉਹ ਕਹਿੰਦੀ ਅਸੀਂ ਵੀ ਤਾਂ ਐਮ ਬੀ ਕਰਦੇ, ਸਾਨੂੰ ਦੱਸੋ ਕੀ ਚੀਜ਼ ਹੈ, ਕਹਿੰਦੀ ਅੱਛਾ ਤੁਸੀਂ ਐਮ ਬੀ ਤੇ ਬੇਟਾ ਤੂੰ, ਮੈਂ ਤੂੰ ਮੈਨੂੰ ਪਲੀਜ਼ ਉਹ ਮੈਨੂੰ ਮੰਗਾ ਦੇ, ਇਹ ਕਹਿੰਦੀ ਕੋਈ ਗੱਲ ਨੀ ਮੰਗਾ ਦੇ, ਕਹਿੰਦੇ ਅੰਮ੍ਰਿਤਸਰ ਮੈਂ ਕਿਤੇ ਲੈਂਦੀ ਹੁੰਦੀ ਸੀਗੀ, ਉਹ ਬਾਅਦ ਚੋਂ ਬੰਦੇ ਨੇ ਕਦੀ ਫੋਨ ਹੀ ਨਹੀਂ ਆਇਆ, ਤੇ ਇਹ ਗਲਤੀ ਆਪਾਂ ਕਰਦੇ ਹਾਂ। ਜੋ ਵਾਈਫ ਨੇ ਉਹਨੇ ਤੁਹਾਨੂੰ ਕਿਹਾ ਕਿ ਅਸੀਂ ਕਸਟਮਰ ਨੂੰ ਰੱਖਦੇ ਹਾਂ, ਕਸਟਮਰ ਨੂੰ ਟੇਨ, ਸਾਰੀ ਆਪਣੀ ਗਲਤੀ ਨਾਲ ਹੀ ਵੀ ਲੂਜ਼ ਦਾ ਕਸਟਮਰ, ਤਾਂ ਕਿਉਂਕਿ ਬਿਜ਼ਨਸ ਕਸਟਮਰ ਦਾ, ਬਿਜ਼ਨਸ ਵੋਲਿਊਮ ਦਾ, ਇਹ ਕਰਕੇ ਇੱਕ ਵਾਰੀ ਤਾਂ ਕਸਟਮਰ ਬਣ ਜਾਏ ਤੇ ਉਹਨੂੰ ਰਿਟੇਨ ਕਰਨਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਜਿਹੜੀ ਸਭ ਤੋਂ ਮੋਸਟ ਇੰਪੋਰਟੈਂਟ ਹੈ ਅੱਜ ਦੀ ਡੇਟ ਦੇ ਵਿੱਚ, ਕਿਉਂਕਿ ਬੈਸਟ ਵੇ ਟੂ ਰੀਚ ਮੈਕਸੀਮਮ ਪੀਪਲ ਇਜ਼ ਡਿਜੀਟਲ। ਅੱਜ ਆਪਣੇ ਫੋਨ ਰਾਹੀਂ ਅਸੀਂ ਪੂਰੀ ਦੁਨੀਆਂ ਨੂੰ ਟੱਚ ਕਰ ਸਕਦੇ ਹਾਂ, ਤਾਂ ਤੁਹਾਡੇ ਹੱਥ 'ਚ ਇਹੋ ਜਿਹਾ ਬਿਜ਼ਨਸ ਆ ਗਿਆ ਕਿ ਤੁਸੀਂ ਸੋਸ਼ਲ ਮੀਡੀਆ ਰਾਹੀਂ, ਤੁਸੀਂ ਇੰਸਟਾਗ੍ਰਾਮ ਰਾਹੀਂ, ਤੁਸੀਂ ਫੇਸਬੁੱਕ, ਹੋਰ ਕਿੰਨੇ ਟਵਿੱਟ, ਕਿੰਨਾ ਕੁਛ ਹੈ ਉਹਦੇ ਰਾਹੀਂ, ਯੂ ਕੈਨ ਰੀਚ ਟੂ ਐਨੀ ਨੰਬਰ ਆਫ ਪੀਪਲ। ਔਰ ਐਮਵੇ ਦਾ ਇੱਕ ਕ੍ਰੀਏਟਰ ਮੋਡਿਊਲ ਹੈ, ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਨਹੀਂ ਹੈ, ਤੁਸੀਂ ਆਪਣੀ ਵੈਬਸਾਈਟ 'ਤੇ ਜਾ ਕੇ ਉਹਨੂੰ ਯੂਜ਼ ਕਰੋ, ਉਹ ਤੁਹਾਨੂੰ ਦੱਸੇਗਾ ਵੀ ਤੁਸੀਂ ਇੰਸਟਾਗ੍ਰਾਮ ਨੂੰ ਕਿਵੇਂ ਯੂਜ਼ ਕਰ ਸਕਦੇ ਹੋ, ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਕਿਵੇਂ ਯੂਜ਼ ਕਰ ਸਕਦੇ ਆ ਟੂ ਕ੍ਰੀਏਟ ਅ ਕਸਟਮਰ ਸੈਂਟ੍ਰਿਕ ਬਿਜ਼ਨਸ। ਕਿਉਂਕਿ ਜਿੰਨਾ ਤੁਹਾਡੇ ਕੋਲ ਜ਼ਿਆਦਾ ਕਸਟਮਰ ਹੋਏਗਾ, ਉਹਨਾਂ ਜ਼ਿਆਦਾ ਤੁਹਾਡਾ ਪ੍ਰੋਡਕਟ ਮੂਵ ਹੋਏਗਾ, ਉਹ ਜੋ ਤੁਸੀਂ ਕਰੋਗੇ ਉਹੀ ਤੁਹਾਡੀ ਡਾਊਨਲਾਈਨ ਟੀਮਾਂ ਕਰਨਗੇ, ਜੋ ਆਪਾਂ ਕਰਾਂਗੇ ਉਹੀ ਟੀਮਾਂ ਕਰੇ, ਕਿਉਂਕਿ ਸਾਡਾ ਜਿਹੜਾ ਬਿਜ਼ਨਸ ਆ ਇਟਸ ਟੋਟਲੀ ਅੱਜ ਦੀ ਡੇਟ ਦੇ ਵਿੱਚ ਹਰ ਜਿਹੜਾ ਡਿਸਟ੍ਰੀਬਿਊਟਰ ਹੈ, ਹਰ ADS ਹੈ ਜਿਹੜਾ ਐਮਵੇ ਦਾ ADS ਪਾਰਟਨਰ, ਹਰ ਇੱਕ ਕੋਲ 10-10, 20-20 ਪ੍ਰੈਫਰਡ ਕਸਟਮਰਸ ਨੇ। ਔਰ ਜਿੰਨੇ ਜ਼ਿਆਦਾ ਤੁਹਾਡੇ ਕੋਲ ਪ੍ਰੈਫਰਡ ਕਸਟਮਰ ਨੇ, ਉਨੀ ਜ਼ਿਆਦਾ ਤੁਹਾਡੀ ਜਿਹੜੀ ਹੈ ਬਿਜ਼ਨਸ ਦੀ ਵੋਲਿਊਮ ਹੋ ਰਹੀ ਆ, ਉਨੀ ਜ਼ਿਆਦਾ ਤੁਹਾਡੀ ਰਿਟੇਲਿੰਗ ਹੋ ਰਹੀ ਆ, ਤੇ ਉਨੇ ਜ਼ਿਆਦਾ ਤੁਹਾਡੇ ਚੰਦ ਪੈਸੇ ਵੀ ਐਮਵੇ ਤੋਂ ਜ਼ਿਆਦਾ ਇਨਕਮ ਆ ਰਹੀ ਹੈ, ਕਿਉਂਕਿ ਬਿਜ਼ਨਸ ਹੀ ਅਸਲ ਦੇ ਵਿੱਚ ਇਹ ਆ। ਤੇ ਮੈਂ ਕਹਿੰਦਾ ਕਿ ਤੁਸੀਂ ਸੋਸ਼ਲ ਮੀਡੀਆ ਨੂੰ ਯੂਜ਼ ਕਰੋ ਇਹਦੇ ਵਾਸਤੇ, ਨਹੀਂ ਪਤਾ ਚੱਲਦਾ ਆਪਣੀ ਅਪਲਾਈਨ ਚੈੱਕ ਕਰੋ ਕਿ ਹਾਓ ਕਹਿੰਦਾ ਯੂਜ਼ ਸੋਸ਼ਲ ਮੀਡੀਆ। ਮੈਨੂੰ ਪਹਿਲਾਂ ਇੰਸਟਾਗ੍ਰਾਮ ਨਹੀਂ ਚਲਾਉਣਾ ਆਉਂਦਾ, ਮੈਂ ਜਿਹਦੇ ਨਾਲ ਗੱਲ ਕਰਾਂ, ਛੋਟੇ ਛੋਟੇ ਬੱਚੇ ਕਹਿੰਦੇ ਗੱਲ ਕਰਾਂ, ਮੈਂ ਕੀ ਕਰਦਾ ਰਿਹਾ ਸਾਰਾ ਦਿਨ ਇੰਸਟਾ, ਮੈਂ ਯਾਰ ਛੋਟੇ ਛੋਟੇ ਬੱਚਿਆਂ ਨੂੰ ਇੰਸਟਾ ਪਤਾ ਨੀ, ਸਾਨੂੰ ਇੰਸਟਾ ਪਤਾ ਹੀ ਨਹੀਂ। ਔਰ ਫਿਰ ਮੈਂ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਹੌਲੀ ਹੌਲੀ, ਫਿਰ ਮੈਂ ਦੇਖਿਆ, ਮੈਂ ਕਿਹਾ ਯਾਰ ਇਹ ਤਾਂ ਵਧੀਆ ਕੰਮ ਹੈ, ਆਪਣੇ ਕਮਰੇ 'ਚ ਬੈਠੇ ਬੈਠੇ ਪੂਰੀ ਦੁਨੀਆ 'ਚ ਪਹੁੰਚੋ ਤੁਸੀਂ, ਹੈਗੇ ਨੀ ਉਦਾਂ ਕਿਤੇ ਗੱਡੀਆਂ ਵਾਲੇ ਆਪਦੇ ਪਹੁੰਚਾਂਗੇ। ਤਾਂ ਬੈਸਟ ਥਿੰਗ ਇਜ਼ ਕਿ
डिजिटली लोगों तक पहुंचो, कम्यूनिटी बनाओ, कम्यूनिटी बहुत लोगों ने कम्यूनिटी बना रखी है, कोई वेट मैनेजमेंट कम्यूनिटी बना रखी है किसी ने, मेरा डायमंड एंड ऑनलाइन उन्होंने बहुत बड़ी कम्यूनिटी वेट मैनेजमेंट की बनाई है, प्रोटीन पाउडर साडे को डेली है, साडे को मधुनाशनी है, असीं इन्हां नाल सोनम सोल्यूशन दे सकदे, बट वी हैव टू यूज आवर माउथ, टंग बोलना तो पड़ेगा ना, जे मैं उसे मुंह मिट के पैर पारक सैर करता कहता हूँ एटीट्यूड लेके मैं लागू जो फू फू करता निकल जा तो आई वोंट मेक एनी फ्रेंड्स, मैं उसे घूमना मैं हर एक हाय हैलो करना, मैं लोगों को रोक रोक के हाथ मिलाना उन्होंने नाल, ये नहीं है कि मैं उन्होंने एमवे दसन बह जाना, आई जस्ट मेक फ्रेंड्स, एमवे बिजनेस इज जस्ट मेकिंग फ्रेंड्स एंड हेल्पिंग देम टू इंप्रूव देयर हेल्थ, तो अगर आप ये काम कर सकते हैं तो बिजनेस इज सो सिंपल, मैनू लगता नहीं अज की डेट बिजनेस कभी, मैं कहना करोना के करके जो काम 10 साल बाद होना सीगा वो अज हो गया, साढ़े हर बंदे की जेब एक ट्रांसमिटर है, वो जेब रिसीवर है, जिथे मर्जी खड़ के जो मर्जी ट्रांसमिट कर लग जा, यू आर इट सेल्फ लाइक एन एंकर लाइक ए टीवी अनाउंसर, तो अजकल इन्ना सौखा हो गया टू कम्यूनीकेट, तो इनफॉर्मेशन इधर उधर डिसेमीनेट करना इट सो सिंपल, तो सूँ यूज करना। दूसरी गल हर कस्टमर साडा जरा वो ब्रांड अंबेसडर है, ईवन एमवे का नहीं बाजार दुकान वाले का भी ब्रांड अंबेसडर है, अगर कोई दुकान वाला किसी किसी को समान लैन गए उन्हें तो हंस के गल की है, अगर कहना कोई भाजी गल नहीं कोई गल नहीं बड़े प्यार मिठी गल कर तुम बार बार जाओगे, अगर वो तुम मत्थे से वट पा के बड़ा एटीट्यूड जो गल चीज कर दिया तुम जो लैवर हो गए, तो कस्टमर रिटेन करना क्योंकि कस्टमर नहीं धक्के, गांधी ने कहते कहा कि यू आर इन द बिजनेस ड्यू टू योर कस्टमर्स, कस्टमर करके ही तुम बिजनेस के बेचे हो, अगर कस्टमर नहीं है तो यू आर नन नो वेयर यू आर नो बडी, तो इस करके कस्टमर नू ट्रीट लाइक ए किंग और उदा रिकॉर्ड रखना, उदे नाल फ्रेंडशिप रखनी, उदे नाल इना कॉर्डियली और इना नाइस रहना, एंड ऑन हाई करैक्टर ऑन वेरी हाई करैक्टर, कोई तेज लालच नहीं होनी चाहिए, कोई ये नहीं है हैरबा मैं वेचता वेचता, नो वी डोंट डू दैट, वी गिव वैल्यू, वी एड वैल्यू टू द पीपल, अही लोगों को चेपते नहीं हाँ, मुहावरे बड़े आप सुनते हैं फलाना बंदा जी वो तो गंजे कंघिया वेच जाता, वी डोंट डू दैट, साडा बिजनेस वो नहीं है, अही गंजे कंघिया तो वेच आओगे पर गंजे ने कहते तुम देख लिया ना तो तुम भी गजा कर दूंगा बस दूसरी बारी भी बेहतर बेवकूफ बना कंघी वेच देते हैं, अला वाले कंघी वेचा दसागे कंघी की इंपोर्टेंस है, साडे प्रोडक्ट से भी किवें हैल्प कर सकते हैं, बी ऑनेस्ट बी एथिकल, कभी एग्जैकरेट ना करो गल ना दसो जो है उ दसो, ये ना हो भी आजेगा आ हो जाएगा आ हो जाएगा, बड़े लोगों को भी फर्क पै सकता है, ठीक है नी, तो दीज आर दी थिंग, छोटिया छोटिया चीजा ने जो ये करते हैं तो अभी बेचा दे कामयाब हो जाने, ये की है आप अपने डायरेक्ट सैलर का बेस बढ़ाने, साड़ी टीम है जी वी बिल टीम टीम ऑफ डायरेक्ट सैलरस, क्योंकि कल्ली टीम बढ़ाने पैसे नहीं आते एमवे के, जे कोई कहे मैं जी 100 बंदा लाता मैं 550 लाते एक पैसा नहीं आना सर, पैसे आने ने बिजनेस वॉल्यूम प्रोडक्टा की मूवमेंट न, पर टीम बधावे ना, मान लो मैं 20 बंद कैटर कर रहा, मेरे 20 कस्टमर ने, मैं समान वेचा 1000 का 20000 का 30000 का मैं 50000 का वेच लिया, मैं डायमंड बन जूंगा कि नो, कि मैं लखा रुपये कमा लगा एमवे तो नो, लखा रुपये कमाने वी हैव शुड हैव अ टीम, और वो टीम जी टीम कि बनी हो गई फ्रेंडशिप, जरा बंदा तुहाडा दोस्त बन गया वो बिजनेस छड्डेगा जी, और वो जो तुम कर रहे हो तुम कस्टमर को कैटर कर रहे हो टीम बिल्ड कर रहे हो वो भी करने सीख जाएगा हौली हौली, तो इस तरह टीम टीम बन लग जाएगी और साडा ग्रुप साइज बड़ा हो जाएगा, जो जो ग्रुप साइज बड़ा हो जाए त्यों तो साड़ी, क्योंकि एवरीबॉडी इज केटरिंग टू द कस्टमर पीसी, अजकल एमवे तो इनकम लैंड वास्ते भी यू शुड हैव प्रेफर्ड कस्टमर, इफ यू डोंट हैव प्रेफर्ड कस्टमर प्रोडक्टिव तुम पैसे नहीं आने, तो इसलिए एक बड़ा जरूरी हो गया इट्स नेसेसरी नाउ टू हैव कस्टमर, बाकी बिजनेस ही कार हो जाए जो कस्टमर ही नहीं आऊगा तो बिजनेस होगा वो तो एवं गल है ना, तो ये गल्ला मैं तुहाडे नाल कुछ करना चाहुंदा सीगा कि बहुत ही वधिया बिजनेस है, तुहाडा फोकस होना चाहिए बिजनेस दे विच, दूसरी गल है कि एमवे
ਹਰ 10 ਸਾਲ ਦੇ ਬਾਅਦ ਆਪਣੀ ਜਿਹੜੀ ਫਾਊਂਡਿੰਗ ਈਅਰ ਸ਼ੁਰੂ ਕੀਤਾ ਹੈ 1959 ਦੇ ਵਿੱਚ ਸਟਾਰਟ ਕੀਤਾ ਹੈ ਐਮਵੇ ਬਿਜ਼ਨਸ ਤੋਂ ਬੜੇ ਬਿਗ ਫੈਨਫੇਅਰ ਦੇ ਨਾਲ ਐਮਵੇ ਸਕਸੈਸਫੁਲ ਲੋਕਾਂ ਨਾਲ ਸੈਲੀਬ੍ਰੇਟ ਕਰਨਾ ਹੁਣ ਆਉਣ ਵਾਲੇ ਸਮੇਂ ਤੇ A70 ਆਏਗਾ A70 ਆਪਾਂ A50 ਤੇ ਵੀ ਆਪਾਂ ਲਾਸ ਵੇਗਸ ਗਏ A60 ਤੇ ਵੀ ਗਏ A70 ਤੇ ਜਾਵਾਂਗਾ ਮੈਂ ਚਾਹੁੰਦਾ ਕਿ ਆਪਾਂ ਸਾਡੇ ਨਾਲ ਚੱਲੋ ਸਾਰੇ ਤੁਸੀਂ ਜਿੰਨੇ ਲੋਕ ਮੈਨੂੰ ਸੁਣ ਰਹੇ ਹੋ ਡੂ ਇਟ ਪ੍ਰੋਪਰਲੀ ਜਸਟ ਫਿਗਰ ਆਊਟ ਕਰੋ ਕਿ ਵਾਈ ਯੂ ਆਰ ਇਨਟੂ ਦਿਸ ਬਿਜ਼ਨਸ ਆਪਾਂ ਇਹ ਬਿਜ਼ਨਸ ਆਏ ਕੀ ਰਹਿਣ ਵਾਸਤੇ ਕਿਆ ਕਰਨਾ ਚਾਹੁੰਦੇ ਹਾਂ ਬਿਜ਼ਨਸ ਵਿੱਚ ਬਿਜ਼ਨਸ ਸਿੱਖੋ ਇਹਦੇ 'ਚ ਆਪਣੇ ਆਪ ਨੂੰ ਫੋਕਸ ਕਰੋ ਬਿਜ਼ਨਸ ਨੂੰ ਔਰ ਇਹਨੂੰ ਐਜੂਕੇਟ ਕਰੋ ਆਪਣੇ ਆਪ ਨੂੰ ਸਿੱਖੋ ਆਪਣੀ ਅਪਲਾਈਨ ਦੇ ਨਾਲ ਟਾਈਟ ਰਹੋ ਕਿਉਂਕਿ ਦੇ ਆਰ ਦੀ ਬੈਸਟ ਕੋਚ ਔਰ ਦੂਸਰੀ ਐਮਵੇ ਕੰਪਨੀ ਜਿਹੜੀ ਆ ਦੇਖੋ ਜਦ ਆਪਾਂ ਬਿਜ਼ਨਸ ਸਟਾਰਟ ਕੀਤਾ ਸੀਗਾ ਸਾਨੂੰ ਟ੍ਰੇਨਿੰਗ ਲੈਣ ਵਾਸਤੇ ਐਮਵੇ ਸੈਂਟਰ ਜਾਣਾ ਪੈਂਦਾ ਸੀਗਾ ਜਦੋਂ ਆਪਾਂ ਸਾਇੰਸ ਸ਼ੁਰੂ ਕੀਤਾ ਹੈ ਉਦੋਂ ਇਹ ਚੰਡੀਗੜ੍ਹ ਵੀ ਐਮਵੇ ਸੈਂਟਰ ਹੈ ਹੀ ਨਹੀਂ ਸੀਗਾ ਅਸੀਂ ਦਿੱਲੀ ਜਾਂਦੇ ਹੁੰਦੇ ਹਾਂ ਪ੍ਰੋਡਕਟ ਦੀ ਟ੍ਰੇਨਿੰਗ ਕਰਨ ਵਾਸਤੇ ਆਰਡਰ ਪਾਉਣ ਜਾਣਾ ਦਿੱਲੀ ਉੱਥੇ ਪ੍ਰੋਡਕਟ ਦੀ ਟ੍ਰੇਨਿੰਗ ਹੋਣੀ ਔਰ ਉੱਥੇ ਪ੍ਰੋਡਕਟ ਦੀਆਂ ਟ੍ਰੇਨਿੰਗ ਲੈਣ ਜਾਇਆ ਕਰਨਾ ਫਿਰ ਚੰਡੀਗੜ੍ਹ ਸਿਸਟਮ ਖੁੱਲ ਗਿਆ ਸਾਰਾ ਫਿਰ ਅਸੀਂ ਚੰਡੀਗੜ੍ਹ ਉਹਨਾਂ ਦੇ ਹਾਲ ਦੇ ਵਿੱਚ ਬੈਠ ਕੇ ਉੱਥੇ ਬਾਕੀ ਲੋਕਾਂ ਨੂੰ ਲੈ ਕੇ ਜਾਣਾ ਉੱਥੇ ਜਿਹੜਾ ਐਮਵੇ ਦਾ ਟ੍ਰੇਨਰ ਹੈ ਉਹ ਤੁਹਾਨੂੰ ਇੱਕ ਚੀਜ਼ ਐਮਵੇ ਦਾ ਪ੍ਰੋਡਕਟ ਦੇ ਬਾਰੇ ਟ੍ਰੇਨਿੰਗ ਦਿੰਦੇ ਦੀ ਕੋਸਟ ਕੰਪੈਰੀਜ਼ਨ ਉਹਦੀ ਕੁਆਲਿਟੀ ਉਹਦੀ ਹਾਊ ਇਟ ਵਰਕਸ ਹੈ ਨਾ ਤੋ ਇਹ ਸਾਰਾ ਕੁਝ ਉਹ ਐਮਵੇ ਤੋਂ ਆਪਾਂ ਸਿੱਖਦੇ ਨੇ ਅੱਜ ਕੱਲ੍ਹ ਕੀ ਹੋ ਗਿਆ ਐਮਵੇ ਦਾ ਈ-ਲਰਨਿੰਗ ਪ੍ਰੋਗਰਾਮ ਆ ਗਿਆ ਤੁਸੀਂ ਆਪਣੇ ਮੋਬਾਈਲ ਦੇ ਉੱਤੇ ਘਰੇ ਬੈਠੇ ਸਾਰਾ ਕੁਝ ਸਿੱਖ ਲਓ ਇੱਕ ਮੈਂ ਕਹਿੰਦਾ ਤੁਹਾਨੂੰ ਸਿੱਖਣਾ ਵੀ ਚਾਹੀਦਾ ਸਾਡਾ ਪ੍ਰੋਟੀਨ ਪਾਊਡਰ ਬਾਜ਼ਾਰ ਵਾਲੇ ਐਕਸ ਬ੍ਰਾਂਡ ਨਾਲ ਕਿਉਂ ਬੈਟਰ ਹੈ ਕੈਨ ਯੂ ਡਿਫਰੈਂਸ਼ੀਏਟ ਕੈਨ ਯੂ ਟੈਲ ਐਨੀਬਾਡੀ ਆਈ ਕੈਨ ਟੈਲ ਮੈਂ ਦੱਸ ਸਕਦਾ ਮੈਂ ਬੋਰਡ ਦੇ ਉੱਤੇ ਗ੍ਰਾਫ ਬਣਾ ਕੇ ਮੈਂ ਸਮਝਾ ਸਕਦਾ ਕਿ ਸਾਡਾ ਪ੍ਰੋਟੀਨ ਪਾਊਡਰ ਬਾਜ਼ਾਰ ਵਾਲੇ ਪ੍ਰੋਟੀਨ ਪਾਊਡਰ ਤੋਂ ਕਿਵੇਂ ਸਸਤਾ ਪੈਂਦਾ ਹੈ ਮੈਂ ਦੱਸਾਂਗਾ ਉਹਦੇ ਵਿੱਚ ਕਿ ਸਾਡਾ ਪੀਡੀਕਾ ਸਕੋਰ ਕਿੰਨਾ ਹੈ ਸਾਡੀ ਅਬਜ਼ੋਰਪਸ਼ਨ ਪਾਵਰ ਕਿੰਨੀ ਹੈ ਇਹਦੀ ਕਿੰਨੀ ਹੈ ਠੀਕ ਹੈ ਔਰ ਕਿੰਨੇ ਪਰਸੈਂਟ ਜਿਹੜਾ ਇਹਦੇ ਵਿੱਚ 80% ਪ੍ਰੋਟੀਨ ਹੈ ਬਾਜ਼ਾਰ ਵਾਲੇ ਵਿੱਚ ਕਿੰਨੇ ਪ੍ਰੋਟੀਨ ਪਰਸੈਂਟ ਹੈ ਈਵਨ ਬ੍ਰਾਂਡਡ ਜਿਹੜੇ ਬ੍ਰਾਂਡਡ ਕੰਪਨੀਆਂ ਉਹਨਾਂ ਦੇ ਮੈਂ ਕੰਪੇਅਰ ਕਰ ਰਿਹਾ ਆਈ ਕੈਨ ਪ੍ਰੂਵ ਟੂ ਐਨੀਬਾਡੀ ਕਿ ਸਾਡਾ ਜਿਹੜਾ ਪ੍ਰੋਟੀਨ ਪਾਊਡਰ ਹੈ ਅਗਰ ਉਨੀ ਪ੍ਰੋਟੀਨ ਤੁਹਾਨੂੰ ਚਾਹੀਦੀ ਹੈ ਤਾਂ ਬਾਜ਼ਾਰ ਵਾਲਾ ਉਹਦੇ ਤੋਂ ਕਈ ਗੁਣਾ ਜ਼ਿਆਦਾ ਮਹਿੰਗਾ ਖਰੀਦਣਾ ਪਏਗਾ ਕਈ ਡੱਬੇ ਖਾਣੇ ਪੈਣਗੇ ਫਿਰ ਤੁਸੀਂ ਉਨੀ ਇੱਕ ਐਮਵੇ ਦੇ ਪ੍ਰੋਟੀਨ ਨਿਊਟ੍ਰੀਲੈਂਟ ਪ੍ਰੋਟੀਨ ਦੇ ਬਰਾਬਰ ਆਈ ਕੈਨ ਡੂ ਇਟ ਕਿਉਂਕਿ ਮੈਨੂੰ ਪਤਾ ਹੈ ਮਿਸਟਰ ਮੇਰਾ ਬਿਜ਼ਨਸ ਹੈ ਜਿਹੜਾ ਮੇਰਾ ਬਿਜ਼ਨਸ ਹੈ ਅਸੈਂਸ਼ੀਅਲ ਅਮਾਈਨੋ ਐਸਿਡ ਕੀ ਨੇ ਨੋਨ ਅਸੈਂਸ਼ੀਅਲ ਕੀ ਨੇ ਅਮਾਈਨੋ ਐਸਿਡ ਹੁੰਦੇ ਕੀ ਨੇ ਪ੍ਰੋਟੀਨ ਦੀ ਸਟਰਕਚਰ ਕੀ ਹੈ ਆਈ ਨੋ ਦੈਟ ਕਿਉਂਕਿ ਮੇਰਾ ਬਿਜ਼ਨਸ ਹੈ ਯਾਰ ਆਈ ਹੈਵ ਟੂ ਟੀਚ ਮਾਈ ਡਾਊਨ ਲਾਈਨਸ ਪੀਡੀ ਕਾ ਸਕੋਰ ਕਿਆ ਚੀਜ਼ ਹੈ ਆਈ ਨੋ ਡੇਲੀ ਦੇ ਵਿੱਚ ਕਿੰਨੇ ਵਿਟਾਮਿਨ ਕਿੰਨੇ ਮਿਨਰਲ ਕਿੰਨੇ ਟ੍ਰੇਸ ਐਲੀਮੈਂਟ ਮੈਨੂੰ ਪਤਾ ਹੈ ਸੈਲਮਨ ਮੇਗਾ ਕਿੱਥੇ ਬਣਦਾ ਹੈ ਕਿੱਥੋਂ ਫਿਸ਼ ਪਕੜੀ ਜਾਂਦੀ ਹੈ ਕੀ ਇੱਥੇ ਜੂਹੂ ਤੋਂ ਬੰਬੇ ਤੋਂ ਪਕੜੀ ਜਾਂਦੀ ਹੈ ਗੰਦੇ ਪਾਣੀ ਦੀ ਕਿੱਥੇ ਨਾਰਵੇ ਸਾਊਥ ਪੋਲ ਸਾਨੂੰ ਪਤਾ ਤਾਂ ਹੋਵੇ ਕਿ ਸਾਡਾ ਕੀ ਬਿਜ਼ਨਸ ਹੈ ਬਾਈ ਤੋ ਇਹ ਜਦੋਂ ਤੁਸੀਂ ਐਜੂਕੇਟ ਕਰੋਗੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਮੰਨ ਲਓ ਤੁਹਾਡੀ ਕੱਪੜੇ ਦੀ ਦੁਕਾਨ ਹੈ ਬਿਜ਼ਨਸ ਤਾਂ ਬਿਜ਼ਨਸ ਹੈ ਚਾਹੇ ਕੋਈ ਵੀ ਹੋਏ ਇੱਥੇ ਵੀ ਆਪਾਂ ਉਹਨਾਂ ਤੁਹਾਡੀ ਕੱਪੜੇ ਦੀ ਦੁਕਾਨ ਹੈ ਤੁਹਾਨੂੰ ਪਤਾ ਹੀ ਨਹੀਂ ਕਿ ਮੇਰੀ ਦੁਕਾਨ ਚ ਕਿਹੜੇ ਕਿਹੜੇ ਥਾਂ ਪਏ ਨੇ ਤੇ ਯੂ ਵਿਲ ਫੇਲ ਕਿਉਂਕਿ ਕੋਈ ਆਇਆ ਕਸਟਮਰ ਉਹ ਕਹਿੰਦਾ ਮੈਨੂੰ ਫਲਾਣਾ ਟਾਈਪ ਦਾ ਚਾਹੀਦਾ ਉਹ ਕਹਿੰਦਾ ਨਹੀਂ ਯਾਰ ਮੈਨੂੰ ਤਾਂ ਪਤਾ ਨਹੀਂ ਉਹ ਮੁੰਡਾ ਅੱਜ ਆਇਆ ਨਹੀਂ ਉਹਨੂੰ ਡੈਂਗੂ ਹੋ ਗਿਆ ਉਹ ਆਇਆ ਨਹੀਂ ਤੇ ਹੁਣ ਤੁਸੀਂ ਪਰਸੋਂ ਆਏ ਤੂੰ ਪਰਸੋਂ ਆਇਆ ਉਹ ਦੂਜੀ ਦੁਕਾਨ ਤੇ ਵੜ ਜੂ ਜਾ ਕੇ ਜਿਹੜੇ ਬੰਦੇ ਨੂੰ ਇਹੀ ਨਹੀਂ ਪਤਾ ਹੈ ਕਿ ਮੇਰੀ ਦੁਕਾਨ ਚ ਕੀ ਸਮਾਨ ਪਿਆ ਉਹਦੀ ਕੁਆਲਿਟੀ ਕੀ ਹੈ ਉਹਦੀ ਪ੍ਰਾਈਸ ਕੀ ਹੈ ਹੀ ਇਜ਼ ਲਾਇਬਲ ਟੂ ਫੇਲ ਸਿਮਿਲਰਲੀ ਤੁਸੀਂ ਐਮਵੇ ਬਿਜ਼ਨਸ ਮੈਨ ਤੁਹਾਡੇ ਕੋਲ 150 ਪ੍ਰੋਡਕਟ ਯੂ ਡੋਨਟ ਨੋ ਕਿ ਇਹਦੇ ਗੋਡੇ ਖਰਾਬ ਨੇ ਤੁਸੀਂ ਉਹਨੂੰ ਕੋਈ ਹੋਰ ਫੜਾਤਾ ਉਹਨੂੰ ਐਕਿਰੇਸ਼ੀਆ ਦੇ ਲੈ ਦੇ ਨਾ ਫੱਕ ਪੈ ਜਾਏਗਾ ਤੇ ਹੈਨਾ ਤੋ ਇਹ ਹਰ ਪ੍ਰੋਡਕਟ ਦੀ ਜਾਣਕਾਰੀ ਲੈਣੀ LOC ਦੀ ਕੀ ਕੰਸਿਡਰੇਸ਼ਨ ਹੈ SC8 ਔਰ ਬਾਕੀ ਬਾਜ਼ਾਰ ਵਾਲਿਆਂ ਚ ਕੀ ਫਰਕ ਹੈ ਵੀ ਸ਼ੁਡ ਨੋ ਦੈਟ FSC80 ਕੀ ਪ੍ਰੋਡਕਟ ਹੈ ਕੋਈ ਗੱਲ ਨਹੀਂ ਤੋ ਇਹ ਗੱਲਾਂ ਨੇ ਜਿਹੜੀਆਂ ਜ਼ਰੂਰੀ ਅਸੀਂ ਕੀਤੀਆਂ ਮੈਂ ਗੱਲਾਂ ਦੱਸਣ ਨਹੀਂ ਕਿਹਾ ਮੈਂ ਤੁਹਾਨੂੰ ਮੈਡਮ ਨੇ ਕਿਹਾ ਕਿ ਜ਼ਿਆਦਾ ਇਕੱਲੀ ਤੁਸੀਂ ਅਗਰ ਵਿਖਿਆਮ ਜ਼ਿਆਦਾ ਕਰੋਗੇ ਲੋਕਾਂ ਨੂੰ ਟੀਚ ਜ਼ਿਆਦਾ ਕਰੋਗੇ ਸਿਖਾਉਣ ਦੀ ਜ਼ਿਆਦਾ ਕਰੋਗੇ ਖੁਦ ਨਹੀਂ ਕਰੋਗੇ ਯੂ ਵਿਲ ਫੇਲ ਇਹ ਬਿਜ਼ਨਸ ਤੇ ਹੁੰਦਾ ਹੈ ਕਿ ਫਸਟ ਵੇ ਡੂ ਦੈਨ ਵੀ ਟੀਚ ਯੂ ਡੂ ਐਂਡ ਐਕਸਪੀਰੀਅੰਸ ਐਂਡ ਫੀਲ ਐਂਡ ਦੈਨ ਟੀਚ ਇਹ ਨਹੀਂ ਹੈ ਮੈਨੂੰ ਪਤਾ ਵੀ ਨਹੀਂ ਤੇ ਮੈਂ ਉੱਥੇ ਦੱਸਣ ਪੈ ਜਾ ਲੋਕਾਂ ਨੂੰ ਵੀ ਇਹ ਬੜੀ ਵਧੀਆ ਚੀਜ਼ ਐਮਵੇ ਦੀ ਫਲਾਈ ਚੀਜ਼ ਬੜੀ ਵਧੀਆ ਤੁਸੀਂ ਵਰਤ ਕੇ ਵੇਖਿਆ ਨਹੀਂ ਮੈਂ ਵਰਤੀ ਹੈ ਬੜੀ ਵਧੀਆ ਤੈਨੂੰ ਕਿਤਾ ਪਤਾ ਨਹੀਂ ਪਤਾ ਮੈਂ ਬਹੁਤ ਵਧੀਆ ਮੈਨੂੰ ਪਤਾ ਤੋ ਇਹ ਏਦਾਂ ਨਹੀਂ ਕਰਨਾ ਆਪਾਂ ਯੂ ਸ਼ੁਡ ਬੀ ਵੈਰੀ ਲੌਜੀਕਲ ਔਰ ਤੁਹਾਡੀ ਹਰ ਗੱਲ ਤੇ ਲੋਕਾਂ ਨੂੰ ਘੱਟੋ ਘੱਟ ਵਿਸ਼ਵਾਸ ਆਏ ਵੀ ਹਾਂ ਯਾਰ ਇਹ ਬੰਦੇ ਨੂੰ ਪਤਾ ਦੂਸਰੀ ਗੱਲ
ਤੁਹਾਡੇ ਮੂੰਹ ਜਿਹੜੇ ਲਫ਼ਜ਼ ਨਿਕਲਣੇ ਨਾ ਉਹ ਤੁਹਾਡੇ ਕੌਨਫੀਡੈਂਸ ਨਾਲ ਬਿਲੀਫ ਐਂਡ ਟਰਸਟ ਨਾਲ ਨਿਕਲਣੇ ਆ। ਜਿੰਨਾ ਤੁਹਾਡੇ ਆਪਣੇ ਆਪ ਚ ਬਿਲੀਫ ਹੈ ਪ੍ਰੋਡਕਟਸ ਬਾਰੇ ਓਨਾ ਫੋਰਸਫੁਲੀ ਤੁਹਾਡੀ ਕਨਵਿੰਸਿੰਗਲੀ ਤੁਹਾਡੇ ਮੂੰਹ ਚੋਂ ਲਫ਼ਜ਼ ਨਿਕਲਣਗੇ। ਜੇ ਤੁਸੀਂ ਅੰਦਰੋਂ ਵੀ ਗਏ ਨਾ ਤੁਹਾਡੀ ਜ਼ਬਾਨ ਕੰਬੇਗੀ। ਤੁਸੀਂ ਗੱਲ ਨੀ ਕਰ ਸਕਦੇ ਕਿਸੇ ਨਾਲ ਕਿ ਇਹਨੂੰ ਆਈ ਕੰਟੈਕਟ ਨਹੀਂ ਦੇ ਸਕਦੇ ਤੁਸੀਂ। ਮੈਂ ਦੇਖਿਆ ਬਹੁਤ ਬੰਦੇ ਨੇ ਗੱਲ ਕਰਨੀ ਹੋਈ ਇੱਧਰ ਉੱਧਰ ਬੀਟਿੰਗ ਬੋਰਡ ਦਾ ਪੁੱਛ ਕੇ ਜੇ ਤਾਂ ਨੂੰ ਵੇਖਣਗੇ ਤੇ ਠਾਂ ਨੂੰ ਵੇਖਣੇ ਬੰਦੇ ਦੀ ਅੱਖ ਚੱਕ ਪਾ ਕੇ ਗੱਲ ਨਹੀਂ ਕਰਦੇ। ਅੱਖ ਚੱਕ ਪਾ ਕੇ ਗੱਲ ਕਰਨੀ ਕੌਨਫੀਡੈਂਸ ਇਹ ਗਜ਼ਲ ਵੀ ਹੈਗੀ ਹੈ ਕੋਈ ਗੱਲ ਨੀ ਵੀ ਆਂਖ ਸੇ ਆਂਖ ਮਿਲਾ ਬਾਤ ਬਣਾਤਾ ਕਿਉਂ ਹੈ ਤੂੰ ਅਗਰ ਮੁਸੇ ਖਫਾ ਹੈ ਤੂੰ ਛਿਪਾਤਾ ਕਿਉਂ ਹੈ। ਬੰਦਿਆਂ ਨੇ ਤਾਂ ਵੀ ਅੱਖ ਨਾਲ ਅੱਖ ਮਿਲਾ ਜਾ ਅੱਖ ਕਿਉਂ ਨੀ ਸਿੱਧੀ ਕਰਦਾ ਵੀ ਤੂੰ ਪੰਜਾਬੀ ਚ ਕਹਿੰਦੇ ਨੇ ਉਹ ਜੱਟ ਯਾਰ ਮੂੰਹ ਤਾਂ ਕੇ ਅੱਖ ਨਾਲ ਅੱਖ ਮਿਲਾ ਕੇ ਗੱਲ ਕਰ ਇੱਧਰ ਉੱਧਰ ਕੀ ਗੱਲ ਕਰਨ ਡਿਆ ਜੇ ਸੱਚੀ ਗੱਲ ਹੈ ਸਿੱਧੀ ਕਿਉਂ ਨੀ ਅੱਖ ਚ ਥਾਂ ਕਰਦੀ ਮਾਲ ਦਾ ਤਾਂ ਇਹੀ ਗੱਲ ਹੈ। ਅਗਰ ਤੁਹਾਡੇ ਅੰਦਰ ਕੌਨਫੀਡੈਂਸ ਹੈ ਅਗਲੇ ਦੀ ਅੱਖ ਚ ਅੱਖ ਪਾ ਕੇ ਗੱਲ ਕਰੋਗੇ। ਜਦ ਤੁਸੀਂ ਕਿਸੇ ਅੱਖ ਚ ਅੱਖ ਪਾਲਦੇ ਪਾਉਂਦੇ ਹੋ ਤੁਸੀਂ ਉਹਨੂੰ ਕੋਰੀਡੋਰ ਦਿੰਦੇ ਹੋ ਉਹ ਬੰਦਾ ਤੁਹਾਡੇ ਅੰਦਰ ਜਾ ਕੇ ਤੁਹਾਡੇ ਦਿਲ ਨੂੰ ਚੈੱਕ ਕਰਕੇ ਆਉਂਦਾ ਉਹ ਬੰਦਾ। ਜੇ ਤੈਨੂੰ ਅੱਖ ਨਹੀਂ ਮਿਲਣ ਤੇ ਮਿਲਾ ਰਿਹਾ ਉਹਦੇ ਨਾਲ ਇਹਦਾ ਮਤਲਬ ਯੂ ਆਰ ਹਾਈਡਿੰਗ ਸਮਥਿੰਗ ਇਹਦਾ ਮਤਲਬ ਕੋਈ ਚੋਰੀ ਕਰ ਰਿਹਾ ਕੋਈ ਗੜਬੜ ਕਰ ਰਿਹਾ ਕੋਈ ਇਹਨਾਂ ਫੇਰੀ ਕਰ ਰਿਹਾ। ਤਾਂ ਅਲਟੀਮੇਟਲੀ ਜਿਹੜੀ ਮੈਂ ਗੱਲ ਕਹਿਣੀ ਚਾਹੁੰਦਾ ਜੋ ਆਪਣੇ ਪਿਛਲੇ 10-15 ਮਿੰਟ ਤੋਂ ਕਹਿਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਅੱਜ ਬਿਜ਼ਨਸ ਬਹੁਤ ਸੌਖਾ ਹੈ ਐਮਵੇ ਬਿਜ਼ਨਸ। ਇਹਦੇ ਚ ਕੋਈ ਰਾਏ ਨਹੀਂ ਹੈ ਕਿ ਪੈਸਾ ਤਾਂ ਬਿਜ਼ਨਸ ਹੀ ਹੁੰਦਾ ਹੈ ਜੋਬ ਕਦੀ ਵੀ ਬਿਜ਼ਨਸ ਦਾ ਮੁਕਾਬਲਾ ਨਹੀਂ ਕਰ ਸਕਦੀ। ਜਹਾਜ਼ ਦੇ ਵਿੱਚ ਬੈਠਾ ਨਾ ਕਹਿੰਦੇ ਜੀ ਇਕੋਨਮੀ ਕਲਾਸ ਹੈ ਬਿਜ਼ਨਸ ਕਲਾਸ ਹੈ ਮੈਂ ਕਹਿ ਰਿਹਾ ਸੀ ਵਾਈ ਬਿਜ਼ਨਸ ਕਲਾਸ ਵਾਈ ਨਾਟ ਡਾਕਟਰ ਕਲਾਸ ਵਾਈ ਨਾਟ ਕਰਨਲ ਕਲਾਸ ਵਾਈ ਨਾਟ ਸੀਨੀਅਰ ਮੈਨੇਜਰ ਕਲਾਸ ਵਾਈ ਬਿਜ਼ਨਸ ਕਲਾਸ ਕਿਉਂਕਿ ਇੱਜ਼ਤ ਹੀ ਉਹਨਾਂ ਦਾ ਟੌਰ ਹੀ ਉਹਨਾਂ ਦਾ 5-star ਹੋਟਲ ਚਲ ਜਾਓ ਇਹ ਬਿਜ਼ਨਸ ਸਵੀਟ ਇਹਨਾਂ ਦਾ ਵਾਈ ਬਿਜ਼ਨਸ ਸਵੀਟ ਹੀ ਹੈ ਵਾਈ ਨਾਟ ਆਫਿਸਰ ਸਵੀਟ ਬਿਜ਼ਨਸ ਦਾ ਟੌਰ ਹੈ ਸਰ ਪੈਸਾ ਬਿਜ਼ਨਸ ਵਾਲਿਆਂ ਕੋਲ ਲਾਈਫ ਸਟਾਈਲ ਬਿਜ਼ਨਸ ਵਾਲਿਆਂ ਕੋਲ ਇੱਜ਼ਤ ਬਿਜ਼ਨਸ ਵਾਲਿਆਂ ਕੋਲ ਸਾਨੂੰ ਫ੍ਰੀ ਦੇ ਵਿੱਚ ਬਿਜ਼ਨਸ ਮਿਲ ਗਿਆ। ਫ੍ਰੀ ਦਾ ਮਤਲਬ ਕਿ ਬੜੀ ਤਗੜੀ ਸਾਨੂੰ ਕੋਈ ਇਨਵੈਸਟਮੈਂਟ ਨਹੀਂ ਕਰਨੀ ਪਈ ਐਮਵੇ ਦੇ ਵਿੱਚ ਪਰ ਜੇ ਤੁਸੀਂ ਚਾਹੋ ਤੁਸੀਂ ਕਰੋੜਾਂ ਰੁਪਏ ਦੀ ਟਰਨਓਵਰ ਕਰ ਸਕਦੇ ਹੋ। ਸਾਡੇ ਕੋਲ ਆਉਂਦੇ ਆ ਕਈ ਲੋਕ ਬੜੇ ਬੜੇ ਦਿੱਗਜ ਜੇ ਪੁੱਛੀਏ ਕਿੰਨੀ ਕੁ ਤੁਹਾਡੀ ਟਰਨਓਵਰ ਹੈ ਤੇ ਜਦੋਂ ਦੱਸਦੇ ਆ ਨਾ ਸਾਨੂੰ ਅਸੀਂ ਅਸੀਂ ਕਦੀ ਉਹਨਾਂ ਦੇ ਮੂੰਹ ਤੇ ਉਹਨਾਂ ਨੂੰ ਲੈਟ ਆਊਨ ਨਹੀਂ ਕਰਦੇ ਪਰ ਸਾਨੂੰ ਵੇਖ ਕੇ ਅਸੀਂ ਕੰਪੈਰੀਜ਼ਨ ਕਰਦਾ ਮੈਂ ਅਸੀਂ ਤੇ ਕੁਛ ਵੀ ਨਹੀਂ ਕਰਦੇ ਕਰ ਲੈਂਦੇ ਫਿਰ ਇਹ ਸਾਡਾ ਤੁਹਾਡੇ ਤੋਂ ਜ਼ਿਆਦਾ ਟਰਨਓਵਰ ਸਾਡੀ ਕਰੋੜਾਂ ਦੀ ਟਰਨਓਵਰ ਕਰਦੀ ਦੇ ਤਾਂ ਤੁਸੀਂ ਵੀ ਕਰ ਸਕਦੇ ਹੋ। ਪਰ ਅੱਜ ਜਿਹੜੀ ਐਂਡ ਤੇ ਜਿਹੜੀ ਗੱਲ ਜਿਹੜਾ ਟੂਡੇ ਅੱਜ ਦੀ ਜਿਹੜਾ ਮੇਨ ਥੀਮ ਹੈ ਅੱਜ ਦੇ ਬੀਬੀਐਸ ਦਾ ਜਿਹੜੀ ਜਿਸਟ ਹੈ ਜਿਹੜੀ ਗੱਲ ਦੀ ਕਿ ਕ੍ਰਕਸ ਆਫ ਦਾ ਥਿੰਗ ਇਹ ਹੈ ਕਿ ਅੱਜ ਇਹ ਬਿਜ਼ਨਸ ਬਹੁਤ ਸੌਖਾ ਹੈ ਯੂ ਆਰ ਐਟ ਰਾਈਟ ਟਾਈਮ ਇਨ ਰਾਈਟ ਬਿਜ਼ਨਸ ਐਟ ਰਾਈਟ ਪਲੇਸ ਐਂਡ ਯੂ ਪੁੱਟ ਮੈਸਿਵ ਐਕਸ਼ਨ। ਕਾਮਯਾਬੀ ਦਾ ਰੂਲ ਹੈ ਕਿ ਯੂ ਸ਼ੁੱਡ ਬੀ ਐਟ ਰਾਈਟ ਪਲੇਸ ਐਟ ਰਾਈਟ ਟਾਈਮ ਐਂਡ ਯੂ ਪੁੱਟ ਮੈਸਿਵ ਐਕਸ਼ਨ। ਤੋ ਯੂ ਆਰ ਐਟ ਰਾਈਟ ਪਲੇਸ ਇਨ ਦਾ ਰਾਈਟ ਟਾਈਮ ਐਂਡ ਯੂ ਪੁੱਟ ਐਕਸ਼ਨ। ਇਹ ਨਹੀਂ ਤੁਸੀਂ ਘਰ ਲੰਮੇ ਪੈ ਰਹੇ ਬਾਅਦ ਮੇਰਾ ਤਾਂ ਚੱਲਿਆ ਨਹੀਂ ਆਪਣੇ ਦੁਨੀਆਂ ਤੇ ਕੁਛ ਨਹੀਂ ਚੱਲਦਾ ਚਲਾਉਣਾ ਪੈਂਦਾ। ਤੋ ਅੱਜ ਦੀ ਜਿਹੜੀ ਡਿਜੀਟਲ ਵਰਲਡ ਹੈ ਡਿਜੀਟਲ ਇਟਸ ਟੋਟਲੀ ਕੰਪੈਟੀਬਲ ਟੂ ਐਮਵੇ ਬਿਜ਼ਨਸ। ਮੈਨੂੰ ਐਵੇਂ ਲੱਗਦਾ ਕਿ ਐਮਵੇ ਬਿਜ਼ਨਸ ਨੇ ਆਪਣੇ ਆਪ ਨੂੰ ਰੀਇਨਵੈਂਟ ਕਰ ਲਿਆ ਹੈ ਡਿਊ ਟੂ ਦਿਸ ਡਿਜੀਟਲ ਥਿੰਗ। ਅੱਜ ਬਿਜ਼ਨਸ ਕਰਨਾ ਬਹੁਤ ਹੀ ਸੌਖਾ ਹੋ ਗਿਆ ਜਦੋਂ ਸ਼ੁਰੂ ਕੀਤਾ ਡੈਨ ਇਜ਼ ਨਾਟ ਡਿਫੀਕਲਟ ਬੜੀਆਂ ਸੜਕਾਂ ਆਪਣੀਆਂ ਪੈਂਦੇ ਹੈ ਅੱਜ ਚੱਲ ਜਾਂਦਾ ਕੰਮ ਦਿਨ ਅੱਜ ਕੱਲ੍ਹ ਆਪਣੇ ਡਰਾਇੰਗ ਰੂਮ ਚ ਬੈਠੇ ਆਪਣੇ ਕਮਰੇ ਚ ਬਹਿ ਗਏ ਤੁਸੀਂ ਮੈਂ ਆਪਣੇ ਬੈਡਰੂਮ ਚ ਬਹਿ ਕੇ ਮੈਂ ਪਟਿਆਲੇ ਬੰਦਾ ਸਪੋਂਸਰ ਕਰਤਾ ਮੈਂ ਇੰਦੌਰ ਸਪੋਂਸਰ ਕਰਤਾ ਮੈਂ ਉਹ ਅਹਿਮਦਾਬਾਦ ਸਪੋਂਸਰ ਕਰਤਾ ਇੱਥੇ ਮੀਟੀ ਮੀਟੀ ਨਾ ਮੈਂ ਉਹ ਬੰਦੇ ਦੀ ਸ਼ਕਲ ਵੇਖੀ ਅੱਜ ਤੱਕ ਨਾ ਉਹਨੇ ਮੇਰੀ ਵੇਖੀ ਹੈ ਫੋਟੋ ਵੇਖੀ ਇੱਕ ਦੂਜੇ ਦੇ ਵੱਡੂ ਸਪੋਂਸਰ ਐਂਡ ਦੇ ਦਾਰਜੀਲਿੰਗ ਇੱਕ ਬੰਦਾ ਮੇਰੀ ਡਾਊਨਲਾਈਨ ਦੇ ਵਿੱਚ ਦਾਰਜੀਲਿੰਗ ਦਾਰਜੀਲਿੰਗ ਸਿੱਕਮ ਦੇ ਪਤਾ ਨਹੀਂ ਲੱਗੇ ਉਹ ਇੰਨਾ ਵਧੀਆ ਬੰਦਾ ਕਿ ਦੋ ਦੋ ਤਿੰਨ ਤਿੰਨ ਸੌ ਪੀਵੀ ਕਰ ਲੈਂਦਾ ਪਰਸਨਲ ਕੰਜਪਸ਼ਨ ਪਲੱਸ ਇੱਧਰ ਰਿਟੇਲਿੰਗ ਕਰਨ ਦੇ ਉੱਤੇ ਕਿੱਦਾਂ ਲੱਭਿਆ ਮੈਨੂੰ ਐਸੇ ਡਾਊਨਲਾਈਨ ਦੇ ਵਿੱਚ ਕਰਦੇ 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 ਕਿੱਥੋਂ ਦੇਖ ਲਿਆ ਮੈਂ ਉਹਨੂੰ ਬਿਜ਼ਨਸ ਪਲਾਨ ਗੱਲਾਂ ਬਾਤਾਂ ਮਾਰੀਆਂ ਬਿਜ਼ਨਸ ਦੇ ਪਲਾਨ ਦਿਖਾਇਆ ਉਹ ਕਹਿੰਦਾ ਓਕੇ ਮਾਗੜ ਸਾਹਿਬ ਮਾਗੜ ਸਾਹਿਬ ਮਾਗੜ ਸਾਹਿਬ ਕਰਨ ਲੱਗੇ ਮੈਂ ਕਿਹਾ ਅਸੀਂ ਆਵਾਂਗੇ ਯਾਰ ਅਸੀਂ ਬੜਾ ਸੁਣਿਆ ਦਾਰਜੀਲਿੰਗ ਕਹਿੰਦੇ ਬਹੁਤ ਵਧੀਆ ਇਹ ਕੰਟਰੀ ਹੈ ਸਟੇਟ ਹੈ ਬੜਾ ਵਧੀਆ ਹੈ ਸਿਟੀ ਹੈ ਕਹਿੰਦੇ ਜੀ ਤੁਸੀਂ ਆਓ ਸਰ ਸਾਡੇ ਕੋਲ ਬਿਗ ਹਾਊਸ ਐਂਡ ਆਪਾਂ ਤੁਹਾਨੂੰ ਸਾਰਾ ਘੁਮਾਵਾਂਗੇ ਤੂੰ ਵੇਖੋ ਇਹ ਬਿਜ਼ਨਸ 'ਚ ਕਿੰਨੇ ਰਿਲੇਸ਼ਨਸ਼ਿਪ ਬਣਦੇ ਆ ਲੋਕਾਂ ਦੇ ਨਾਲ ਇਹ ਤਾਂ ਕੋਈ ਮੈਂ ਨਾ ਲਫ਼ਜ਼ ਹੀ ਮੁੱਕ ਜਾਂਦੇ ਨੇ ਐਮਵੇ ਬਿਜ਼ਨਸ ਐਕਸਪਲੇਨ ਨਹੀਂ ਹੁੰਦਾ ਕਦੇ ਵੀ ਐਮਵੇ ਬਿਜ਼ਨਸ ਦਾ ਕੋਈ ਅੰਤ ਨਹੀਂ ਹੈ ਇਹਦੀ ਦੂਰੀ ਇਹਦੀ ਡੰਗਾਈ ਕੋਈ ਨਾ ਵੀ ਨਹੀਂ ਸਕਦਾ ਇਟਸ ਦਾ ਜਿੰਨਾ ਇਹਨੂੰ ਬਿਜ਼ਨਸ ਦੇ ਵਿੱਚ ਤੁਸੀਂ ਗਰੋ ਕਰਦੇ ਹੋ ਉਨਾ ਹੀ ਇਹ ਬਿਜ਼ਨਸ ਹੋਰ ਵੱਡਾ ਵਿਰਾਟ ਹੁੰਦਾ ਚਲਿਆ ਜਾਂਦਾ ਹੈ ਜਿੰਨੇ ਲੋਕ ਜ਼ਿਆਦਾ ਕਾਮਯਾਬ ਹੁੰਦੇ ਜਾਣਗੇ ਐਮਵੇ 'ਚ ਐਮਵੇ ਉਨਾ ਹੀ ਵੱਡਾ ਹੁੰਦਾ ਚਲਿਆ ਜਾਂਦਾ ਵੀ ਕਿੱਡੀ ਵੱਡੀ ਗੱਲ ਹੈ ਯਾਰ ਕਿੱਡੀ ਵੱਡੀ ਗੱਲ ਹੈ ਜਸਟ ਡੂ ਇਟ ਪ੍ਰੋਪਰਲੀ ਕਸਟਮਰ ਤੇ ਧਿਆਨ ਰੱਖੋ ਮੇਕ ਕਸਟਮਰ ਡੂ ਇਟ ਕਸਟਮਰ ਸੈਂਟ੍ਰਿਕ ਬਿਗ 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 ਬਿਜ਼ਨਸ ਦੀ ਵੋਲਿਊਮ ਕਰੋ ਬਾਈ ਪ੍ਰੋਡਕਟ ਬੇਸਡ ਐਂਡ ਗੋ ਡਾਇਮੰਡ ਵੀ ਵਿਲ ਸੀ ਯੂ ਔਨ ਦਾ ਬੀਚਸ ਆਫ ਦੀ ਵਰਲਡ ਥੈਂਕ ਯੂ ਵੈਰੀ ਮਚ ਥੈਂਕ ਯੂ ਮੈਨੂੰ ਪਤਾ ਹੈ ਕਿ ਅੱਜ ਬਹੁਤ ਸਾਰੇ ਲੋਕਾਂ ਦੀ ਲਾਈਫ ਚੇਂਜ ਹੋ ਚੁੱਕੀ ਹੈ ਔਰ ਜੋ ਵੀ ਅੱਜ ਆਪਾਂ ਸਟੋਰੀ ਸੁਣੀ ਉਹਨਾਂ ਦੇ ਜੋ ਟੀਚਿੰਗ ਪਾਰਟ ਸੀਗਾ
ਅਸੀਂ ਉਹਨੂੰ ਇੰਪਲੀਮੈਂਟ ਕਰਾਂਗੇ। ਕਹਿੰਦੇ ਆ ਕਿ ਜਿਹੜੀ ਨੌਲੇਜ ਹੁੰਦੀ ਹੈ ਉਹ ਪਾਵਰ ਨਹੀਂ ਹੁੰਦੀ, ਅਪਲਾਈਡ ਨੌਲੇਜ ਜਿਹੜੀ ਹੁੰਦੀ ਹੈ ਉਹ ਪਾਵਰ ਹੁੰਦੀ ਹੈ। ਅਗਰ ਅਸੀਂ ਉਹਨੂੰ ਯੂਜ਼ ਨਹੀਂ ਕੀਤਾ, ਇੰਪਲੀਮੈਂਟ ਨਹੀਂ ਕੀਤਾ, ਤੇ ਇਹਦਾ ਮਤਲਬ ਸਾਡਾ ਅੱਜ ਇਹਨੂੰ ਸੁਣਨ ਦਾ ਜਾਂ ਡਗੜਨ ਦਾ ਕੋਈ ਫਾਇਦਾ ਨਹੀਂ ਹੋਇਆ। ਐਂਡ ਅਸੀਂ ਅਗੇਨ ਲਾਸਟ ਦੇ ਵਿੱਚ ਉਹਨਾਂ ਦਾ ਮਿਸਟਰ ਅਜੀਤਪਾਲ ਸਿੰਘ ਐਂਡ ਰਣਦੀਪ ਕੌਰ ਮਾਂਗੜ ਦਾ ਹੀ ਥੈਂਕ ਯੂ ਕਰਦੇ ਹਾਂ। ਐਂਡ ਥੈਂਕ ਯੂ ਵੈਰੀ ਮਚ ਸਰ, ਮੈਮ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਔਰ ਇੱਕ ਵਾਰ ਜ਼ੋਰਦਾਰ ਸਾਡੀ ਦੇ ਦਿਓ।